ਕੋਈ ਲਾਲਾਂ ਵਾਲਾ ਬਾਬਾ ਕੋਈ ਮਰੇਕੋਟ ਵਾਲਾ ਬਾਬਾ ਇੰਨਾ ਬਰ ਚੇਲਿਆਂ ਚ ਆਊ ਯਾਰ ਜਿਹੜੇ ਬੰਦੇ ਬੀੜੀਆਂ ਪੀਂਦੇ ਆ ਜਿੰਨਾ ਕਮਜ਼ੋਰ ਹੁੰਦਾ ਘਰੋਂ ਉੱਠ ਕੇ ਬਾਬਾ ਬਣ ਜਾਂਦਾ ਕਿਹੜਾ ਬੋਲਦਾ ਕਿੱਥੋਂ ਚੱਲਦਾ ਕਿਹਦੇ ਨਾਲ ਆਈ ਆ ਬੰਦਾ ਬੇਹੋਸ਼ ਕਰ ਦਿੰਦੇ ਆ ਬੰਦੇ ਨੂੰ ਇਹ ਇਹ ਸਭ ਇੱਕ ਉੱਥੇ ਦਿਖਾਵਾ ਕੀਤਾ ਜਾਂਦਾ ਨਾ ਕੁਛ ਹੁੰਦਾ ਨਾ ਕੁਛ ਹੈਗਾ ਇਹ ਸਭ ਸਿਸਟਮ ਦੇ ਉਲਟ ਗੱਲਾਂ ਕਰਕੇ ਲੋਕਾਂ ਨੂੰ ਜਾਲ ਚ ਫਸਾਇਆ ਤੇਰਾ ਘਰ ਹੈ ਤੇਰੇ ਦੋ ਘਰ ਛੱਡ ਕੇ ਤੀਜਾ ਘਰ ਆਉਂਦਾ ਕਰਾਉਂਦਾ ਨੀ ਹਾਂਜੀ ਆਉਂਦਾ ਹੈ ਲੈ ਫਿਰ ਤੁਹਾਡੇ ਸਕਿਆਂ ਦਾ ਤਕਰੀਬਨ ਨੇੜੇ ਤੇੜੇ ਸਕਿਆਂ ਦਾ ਘਰ ਹੁੰਦਾ ਹੈ ਤਾਂ ਵੀ ਸਾਡੇ ਨੇੜੇ ਹੈ ਉਹਨਾਂ ਨੇ ਕਰਾਇਆ ਉਹਨਾਂ ਦੇ ਇੱਕ ਬੁੜੀ ਨੇ ਕਰਾਇਆ ਬੁੜੀ ਹਰੇਕ ਦੀ ਕਰਾਉਣ ਵਾਲੇ ਚ ਮੂਹਰੇ ਹੁੰਦੀ ਆ ਦੂਜੇ ਦੂਜੇ ਉਹ ਸਿਸਟਮ ਨਾਲ ਇੰਨਾ ਭੜਾ ਜੁੜ ਜਾਂਦਾ ਵੀ ਬਾਬੇ ਨੇ ਵੱਟ ਕੱਢਤੇ ਉਹ ਨਿੰਮ ਸੀ ਉਹਨਾਂ ਦੇ ਘਰੇ ਅਗਲਾ ਕਹਿੰਦਾ ਜੀ ਨਿੰਮ ਤਾਂ ਇਹਨੂੰ ਪੱਟਦਾ ਹੋ ਉਹਦੇ ਕਰਕੇ ਸਿਸਟਮ ਨਾਲ ਇੰਨਾ ਡਰਾਇਆ ਜਾਂਦਾ ਭੂਤ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ ਇੱਕ ਹਵਾ ਹੁੰਦੀ ਆ ਆਤਮਾ ਜਿਹਨੂੰ ਕਹਿੰਦੇ ਨੂੰ ਭੂਤ ਕਾਬੂ ਕਰਨ ਨੂੰ ਤਾਂ ਕੋਈ ਜਾਨਵਰ ਥੋੜ੍ਹੀ ਹੈ ਇਹਨੂੰ ਕਾਬੂ ਕਰ ਲਾਂਗੇ ਕੋਈ ਇਹਨਾਂ ਚ ਪੀਰ ਨਹੀਂ ਆਉਂਦਾ ਕੋਈ ਇਹਨਾਂ ਕੋਲੇ ਪ੍ਰੇਤ ਨਹੀਂ ਹੁੰਦਾ ਕੋਈ ਇਹਨਾਂ ਕੋਲੇ ਭੂਤ ਨਹੀਂ ਹੁੰਦਾ ਕੋਈ ਕਿਸੇ ਦਾ ਵਿਗਾੜ ਨਹੀਂ ਸਕਦੀ ਜੇ ਕਹਿਣਾ ਅਸੀਂ ਵਿਗਾੜ ਦੇਂਗੇ ਸਭ ਝੂਠ ਹੈ ख्वाजा पीर दी ठीक है आ मानता हैगी है दुर्गा माता दी आ मानता हैगी है लालनाले पीर दी आ मानता हैगी है साडी मरेकोट वाले पीर दी एक पता नहीं होर कोई उनां दा ਬਾਬਾ ਸੀ ਖੇਤਾਂ ਵਾਲਾ ਇਹ ਕਹਿੰਦਾ ਜੀ ਸਾਡੇ ਸਮਾਧਾਂ ਵਾਲੇ ਦੀ ਹੈ ਹੁਣ ਮੈਂ ਤਾਂ ਆਈ ਉਲਝ ਗਿਆ ਵੀ ਯਾਰ ਇਹ ਐਸੜੀ ਉਹ ਬੰਦਾ ਹੈ ਸਾਰੇ ਬਾਬੇ ਨੂੰ ਘਰੇ ਲਿਆ ਕੇ ਮੰਨੀ ਜਾਂਦਾ ਜੇ ਵਿਗਾੜ ਨਾ ਹੁੰਦਾ ਫਿਰ ਮੈਂ ਮੁਕੇਸ਼ ਅੰਬਾਨੀ ਨੂੰ ਬਸ ਕਰਕੇ ਆਪਦੇ ਕੋਲ ਹੀ ਲਿਆਉਂਦਾ ਨਾ ਲੋੜ ਹੀ ਨਹੀਂ ਮੈਂ ਪ੍ਰਾਈਮ ਮਿਨਿਸਟਰ ਮੋਦੀ ਦੇ ਜੜਾਂ ਨੂੰ ਪੈਰਾਂ ਨੂੰ ਬੰਨ ਕੇ ਇੱਥੇ ਲਿਆਉਂਦਾ ਜੰਤਰ ਮੰਤਰ ਤੰਤਰ ਤਿੰਨ ਨਹੀਂ ਉਹਨੂੰ ਜੋਤਸੀ ਲਿਖ ਕੇ ਦਿੰਦੇ ਆ ਪੰਡਿਤ ਲਿਖ ਕੇ ਦਿੰਦੇ ਆ ਪੰਡਿਤ ਨੇ ਲਿਖ ਕੇ ਦਿੱਤੇ ਹਾਂ ਕੋਈ ਵੀ ਲਿਖ ਕੇ ਕੋਈ ਹੁਣ ਚੇਲੇ ਵੀ ਲਿਖਣ ਲੱਗ ਗਏ ਉਹ ਸਭ ਫਰਾਡਬਾਜ਼ੀ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਲੋਕ ਵਾਈ ਟੀਵੀ ਦੇਖ ਰਹੇ ਹੋ ਤੇ ਮੈਂ ਮਨਿੰਦਰਜੀਤ ਸਿੱਧੂ ਇਸ ਤੋਂ ਪਹਿਲਾਂ ਅਸੀਂ ਬੜੀਆਂ ਤੁਹਾਡੇ ਨਾਲ ਵੀਡੀਓ ਸਾਂਝੀਆਂ ਕੀਤੀਆਂ ਤਰਕਸ਼ੀਲ ਸੁਸਾਇਟੀ ਦੀਆਂ ਜਿਹਦੇ ਵਿੱਚ ਭੂਤਾਂ ਪ੍ਰੇਤਾਂ 'ਤੇ ਆਪਾਂ ਗੱਲਬਾਤ ਕੀਤੀ ਜਾਦੂ ਟੂਣਿਆਂ 'ਤੇ ਗੱਲਬਾਤ ਕੀਤੀ ਜੋਤਿਸ਼ 'ਤੇ ਗੱਲਬਾਤ ਕੀਤੀ ਹੈ ਉਹ ਰਹਿਗੀ ਤਰਕਸ਼ੀਲ ਸੁਸਾਇਟੀ ਦੀ ਗੱਲ ਪਰ ਆਪਾਂ ਅੱਜ ਉਹਨਾਂ ਨਾਲ ਗੱਲਬਾਤ ਕਰਨੀ ਹੈ ਜਿਨ੍ਹਾਂ ਨੇ ਇਹ ਚੀਜ਼ਾਂ ਕੀਤੀਆਂ ਵੀ ਹੈ ਜਿਨ੍ਹਾਂ ਨੇ ਤਾਂਤਰਿਕ ਵਿੱਦਿਆ ਕੀਤੀ ਹੈ ਜਿਨ੍ਹਾਂ ਨੇ ਪੁੱਛਾਂ ਕੱਢੀਆਂ ਵੀ ਹੈ ਜਿਨ੍ਹਾਂ ਨੇ ਇਹ ਸਭ ਕੁਝ ਕੀਤਾ ਵਾ ਪੁੱਤ ਦਿੱਤੇ ਵਿਆ ਦੁੱਧ ਦਿੱਤਾ ਵਾ ਉਹਨਾਂ ਤੋਂ ਪੁੱਛਾਂਗੇ ਵੀ ਉਹ ਭੂਤਾਂ ਕਿਵੇਂ ਕੱਢ ਦਿੰਦੇ ਸੀ ਉਹ ਤਾਂਤਰਿਕ ਵਿੱਦਿਆ ਨਾਲ ਇਲਾਜ ਕਿਵੇਂ ਕਰ ਦਿੰਦੇ ਸੀ ਉਹ ਪੁੱਤ ਕਿਵੇਂ ਦੇ ਦਿੰਦੇ ਸੀ ਕੁਦਰਤ ਦੇ ਨਿਯਮ ਤੋਂ ਕਿਵੇਂ ਕੁਦਰਤ ਦੇ ਨਿਯਮ ਨੂੰ ਹੀ ਕਿਵੇਂ ਬਦਲ ਦਿੰਦੇ ਸੀ ਇਹ ਤਾਂ ਗੱਲਬਾਤ ਕਰਾਂਗੇ ਸਾਡੇ ਨਾਲ ਸਾਬਕਾ ਪਰ ਮੈਂ ਜ਼ਰੂਰ ਕਹੂੰਗਾ ਕਿ ਸਾਬਕਾ ਬਾਬਾ ਕੁਲਵਿੰਦਰ ਜੀ ਉਹ ਸਾਡੇ ਨਾਲ ਨੇ ਉਹ ਜਾਣਕਾਰੀ ਦੇਣਗੇ ਸਾਡੇ ਮਿੱਤਰ ਨੇ ਉਹਨਾਂ ਨੇ ਕੰਮ ਕੀਤਾ ਹੋਇਆ ਅਤੇ ਜਿਹੜਾ ਬੰਦੇ ਨੇ ਕੰਮ ਕੀਤਾ ਉਹ ਬੜੇ ਵਧੀਆ ਤਰੀਕੇ ਨਾਲ ਸਾਨੂੰ ਉਹਦੇ ਬਾਰੇ ਜਾਣਕਾਰੀ ਦੇ ਸਕਦਾ ਹੈ ਜੇ ਅਸੀਂ ਚੰਗੀ ਤਰ੍ਹਾਂ ਜਾਣਕਾਰੀ ਲੈਣੀ ਹੋਵੇ ਦੂਜਾ ਬੰਦਾ ਤਾਂ ਇਹ ਕਹਿ ਸਕਦਾ ਕਿ ਹੋ ਸਕਦਾ ਹੈ ਨਹੀਂ ਹੋ ਸਕਦਾ ਉਹ ਸਹੀ ਦੱਸ ਸਕਦਾ ਕਿ ਹੋ ਵੀ ਕਿਸ ਤਰੀਕੇ ਨਾਲ ਹੁੰਦਾ ਹੈ ਅਤੇ ਕਿਸ ਤਰੀਕੇ ਦੇ ਨਾਲ ਸੱਚ ਹੈ ਜਾਂ ਝੂਠ ਹੈ ਆਪਾਂ ਗੱਲਬਾਤ ਕਰਦੇ ਬਾਬਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਬਾ ਜੀ ਮੈਂ ਪਹਿਲਾਂ ਹੀ ਸਵਾਲ ਲਊਂਗਾ ਹਾਂ ਵੀ ਤੁਹਾਡੇ ਕੋਲ ਆ ਜਾਂਦਾ ਬੰਦਾ ਹਾਂ ਇਕੱਠ ਹੁੰਦਾ ਪੂਰਾ ਹਾਂ ਵਿੱਚੋਂ ਉੱਠ ਕੇ ਕਹਿ ਦਿੰਦੇ ਆ ਫਲਾਨਾ ਉੱਠ ਖੜੋ ਫਲਾਨਾ ਜਿਹੜਾ ਕਣ ਪਾ ਕੇ ਲੈ ਕੇ ਆਇਆ ਕਣ ਜਿਹਾ ਪਾ ਕੇ ਲੈ ਕੇ ਆਉਂਦੇ ਕਣਕ ਜੀ ਲੈ ਕੇ ਆਉਂਦੇ ਆ ਜਿਹੜਾ ਫਲਾਨੀ ਚੀਜ਼ ਦਾ ਕਣ ਪਾ ਕੇ ਲੈ ਗਿਆ ਉਹ ਕਿਵੇਂ ਸੱਟਾ ਐਂ ਕਿਵੇਂ ਮਾਰ ਦਿੰਦੇ ਜਿਵੇਂ ਸਹੀ ਸੱਟਾ ਕੀ ਹੁੰਦਾ ਮਨਿੰਦਰ ਪਹਿਲਾਂ ਤਾਂ ਜਿਹੜਾ ਮੇਰਾ ਸਿਸਟਮ ਸੀ ਮੈਂ ਅੱਜ ਤੋਂ ਕੋਈ 20 ਸਾਲ ਪਹਿਲਾਂ ਸਿਸਟਮ ਕਰਿਆ ਆ ਆਪਣਾ ਉਹ ਸਿਸਟਮ ਨਹੀਂ ਸੀ ਹੈਗਾ ਅੱਛਾ ਜੀ ਤੁਹਾਡੇ ਸਵਾਲ ਦਾ ਜਵਾਬ ਮੈਂ ਪਹਿਲਾਂ ਦਿੰਦਾ ਹਾਂਜੀ ਹੁਣ 400 ਬੰਦਾ ਬੈਠਾ ਹੈ ਹਾਂ 400 ਬੰਦੇ ਦੇ ਵਿੱਚ ਉਹੋ ਜਿਹੀ ਕਣ ਬੋਲੂਗਾ ਜਿਹੜਾ ਕਣ ਉਹ ਸਾਡੇ ਨਾਲ ਰਿਲੇਟਡ ਹੋਵੇ ਹਾਂਜੀ ਕਿਸੇ ਦਾ ਘਰ ਵਾਲਾ ਦਾਰੂ ਪੀਂਦਾ ਹੈ ਹਾਂਜੀ ਕਿਸੇ ਦਾ ਮੁੰਡਾ ਹੈ ਨਹੀਂ ਕਿਸੇ ਦਾ ਮੁੰਡਾ ਗਵਾਚਿਆ ਹੋਇਆ ਹੈ ਜਾਂ ਕੋਈ ਉੱਦਾਂ ਦਾ ਰਿਲੇਟਡ ਹੋਊ ਕੋਈ ਬਾਹਰ ਲਾਨੀ ਉਹ ਤੁਹਾਨੂੰ ਸਿੜ ਸਕਦਾ ਹਾਂਜੀ ਤਾਂ ਉਹਦੇ ਵਿੱਚ ਘੱਟੋ ਘੱਟ ਜਦੋਂ ਬੋਲਦਾ ਦਿੰਦਾ ਹੈ ਮਤਲਬ ਚੇਲਾ ਆਪਦੇ ਸਿਸਟਮ ਨਾਲ ਜਾਂ ਕੋਈ ਵੀ ਬਾਬਾ ਹੈ ਪੁੱਛ ਦਿੰਦਾ ਹੈ ਤਾਂ ਉੱਥੇ ਬੰਦਾ ਖੜਾ ਹੋ ਜਾਂਦਾ ਹੈ ਘੱਟੋ ਘੱਟ 4-5 ਉਸ ਨਾਲ ਰਿਲੇਟਡ ਹੁੰਦੇ ਹੈ ਹਾਂ ਫਿਰ ਉਹਦੇ 'ਚ ਉਹਨੇ ਛਾਟਣਾ ਹੁੰਦਾ ਹਾਂਜੀ ਵੀ ਕਿਹੜੇ ਬੰਦੇ ਨੇ ਕਿਹੜੇ ਦੀ ਕਿਹੜੀ ਸਿਸਟਮ ਨਾਲ ਜੁੜਿਆ ਹਾਂਜੀ ਫਿਰ ਉਹ ਸਾਟ ਦੇ ਕੇ ਉਹਦੇ 'ਚ ਪੁੱਛਦਾ ਵੀ ਹਾਂ ਵੀ ਤੂੰ ਇਸ ਸਿਸਟਮ ਨਾਲ ਜੁੜਿਆ ਹਾਂ ਸਪੋਜ਼ ਕਰੋ ਉਹਦੇ 'ਚੋਂ ਕਿਸੇ ਬੰਦੇ ਦੀ ਗੱਡੀ ਚੋਰੀ ਹੋ ਗਈ ਹਾਂਜੀ ਉਹਨੇ ਕਹਿਣਾ ਵੀ ਤੇਰੀ ਗੱਡੀ ਚੋਰੀ ਹੋ ਗਈ ਉਹਨੇ ਕਹਿਣਾ ਹਾਂ ਮਹਾਰਾਜ ਜੀ ਮੇਰੀ ਗੱਡੀ ਚੋਰੀ ਹੋ ਗਈ ਹਾਂਜੀ 400 ਬੰਦਾ ਖੜਾ ਹੁੰਦਾ ਹੈ ਬਾਬਾ ਆਪਦਾ ਨਾਮ ਧਿਆਉਂਦਾ ਹੈ ਤੇ ਜਾਂ ਬਾਬਾ ਸਿਰਕ ਘਾਉਂਦਾ ਹੈ ਢੋਲ ਵੱਜਦੇ ਹੈ ਤੇ ਬਾਬਾ ਉੱਥੇ ਕਹਿੰਦਾ ਬੋਲ ਬਈ
ਮਨਿੰਦਰ ਤੇਰੀ ਗੱਡੀ ਚੋਰੀ ਹੋਈ ਹੈ ਜੀ ਹੋਈ ਹੈ ਕਿਹੜੀ ਗੱਡੀ ਸੀ ਹਾਂਜੀ ਮਹਾਰਾਜ ਜੀ ਮੇਰੀ ਤਾਂ ਮਹਿੰਦਰਾ ਦੀ ਸਕਾਰਪੀਓ ਸੀ ਹਾਂਜੀ ਫਿਰ ਬੰਦਾ ਸਿਰ ਕਿਉਂ ਦਾ ਕਿਉਂ ਦੱਸ ਦਈਏ ਫਿਰ ਹਾਂਜੀ ਦੱਸ ਦਿਓ ਮਹਾਰਾਜ ਜਮਾ ਮਾਰ ਗਿਆ ਰੇਖ ਚਮੇਖ ਹਾਂਜੀ ਮਾਰੋ ਜੀ ਰੇਖ ਚਮੇਖ ਦੁਨੀਆਂ ਦੀ ਸਾਰੀ 400-500 ਬੰਦੇ ਦਾ ਧਿਆਨ ਉੱਥੇ ਹੁੰਦਾ ਉਹ ਜਦੋਂ ਪੂਰਾ ਬਾਬਾ ਬੋਲਦਾ ਵੀ ਤੇਰੀ ਗੱਡੀ ਬਰਨਾਲਾ ਰੋਡ ਤੋਂ ਮੋਗਾ ਰੋਡ ਤੋਂ ਹੀ ਪੱਖੋ ਕਲਾਂ ਪਿੰਡ ਪੈਂਦਾ ਹੈ ਪੱਖੋ ਕਲਾਂ ਪਿੰਡ ਦੇ ਨਾਲ ਅੱਗੇ ਜਾ ਕੇ ਇੱਕ ਸੜਕ ਪਾਟਦੀ ਹੈ ਜਿਹੜੀ ਸੜਕ ਪਾਟਦੀ ਉਹ ਗ੍ਰਿੱਡ ਦੇ ਨਾਲ ਤੇ ਗ੍ਰਿੱਡ ਤੋਂ ਅੱਗੇ ਜਾ ਕੇ ਇੱਕ ਬਹੁਤ ਵੱਡਾ ਘਰ ਬਣਿਆ ਹੋਇਆ ਉਸ ਘਰ ਦੇ ਵਿੱਚ ਤੇਰੀ ਗੱਡੀ ਫਲਾਣੇ ਨੰਬਰ ਸੈਕਟਰ ਦੇ ਵਿੱਚ ਖੜੀ ਹੈ ਦੁਨੀਆਂ ਦੇਖਦੀ ਹੈ ਵੀ ਕਮਾਲ ਹੋ ਗਈ ਯਾਰ ਬਾਬੇ ਨੇ ਤਾਂ ਜਿਵੇਂ ਜਿਵੇਂ ਰੇਖ ਚਮੇਖ ਮਾਰੀ 400 ਬੰਦਾ ਹੁੰਦਾ ਉੱਥੇ ਭਗਤ ਹੁੰਦਾ ਬਾਬੇ ਦਾ ਉਹ ਜਦੋਂ ਜਾਂਦਾ ਹੈ ਵਿਚਾਰਾ ਜਿਉਂ ਭੱਜਦਾ ਹੈ ਦੂਏ ਦਿਨ ਕਿ ਉਸੇ ਦਿਨ ਹੀ ਚੱਕ ਦਿੰਦਾ ਪਹਿਲਾਂ ਤੋਂ ਬਰਨਾਲੇ ਜਾਂਦਾ ਬਰਨਾਲੇ ਤੋਂ ਪੱਖੋ ਕਲਾਂ ਜਾਂਦਾ ਫਿਰ ਪੱਖੋ ਕਲਾਂ ਤੋਂ ਰੋਡ ਫੜਦਾ ਫਿਰ ਉਹ ਸੈਲਰ ਵਾਲੀ ਨਾ ਤਾਂ ਉੱਥੇ ਘਰ ਹੁੰਦਾ ਨਾ ਉੱਥੇ ਕੋਈ ਸਿਸਟਮ ਹੁੰਦਾ ਉੱਥੇ ਜਦੋਂ ਕੁਛ ਨਹੀਂ ਹੁੰਦਾ ਮਤਲਬ ਭਾਲ ਕੇ ਥੱਕ ਕੇ ਅਖੀਰ ਨੂੰ ਉਹ ਕਹਿ ਦਿੰਦਾ ਯਾਰ ਵੀ ਬੜਾ ਭੈਣ ਬਾਬੇ ਨੇ ਤਾਂ ਸਾਲਾ ਅੱਠ ਹੀ ਮਾਰਤਾ ਜਾਂ ਬਾਬੇ ਤੋਂ ਚੁੱਕ ਲੱਗ ਗਈ ਫਿਰ ਉਹ ਬਾਬੇ ਪ੍ਰਤੀ 50-50% ਹੋ ਜਾਂਦਾ ਪਰ ਜਿਹੜਾ 400 ਬੰਦਾ ਬੈਠਾ ਹੁੰਦਾ ਨਾ ਉਹ ਬਾਬੇ ਨਾਲ ਜੁੜ ਜਾਂਦਾ ਵੀ ਬੱਲੇ 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 ਬਾਬੇ ਨੇ ਤਾਂ ਵੱਟ ਕੱਢਤੇ ਜਾਵਾਂ ਬਾਬੇ ਨੇ ਤਾਂ ਤਸੱਲੀ ਕਰਾਤੀ ਜਾਵਾਂ ਉਹ 400 ਬੰਦਾ ਫਿਰ ਮੀਡੀਆ ਦੀ ਤਰ੍ਹਾਂ ਅੱਗੇ ਫੈਲਦਾ ਤੇ ਫਿਰ ਇਸ ਤਰੀਕੇ ਨਾਲ ਇਹ ਸਾਰਾ ਸਿਸਟਮ ਨੂੰ ਘਕਾਇਆ ਜਾਂਦਾ ਜਿਹੜੀ ਤੰਤਰਿਕ ਵਿੱਦਿਆ ਇਹਦਾ ਬਹੁਤ ਉੱਚੇ ਮੁਕਾਮ ਦੀ ਵਿੱਦਿਆ ਇਹਦੇ 'ਤੇ ਸ਼ੋਸ਼ਣ ਹੀ ਹੋ ਰਿਹਾ ਜ਼ਿਆਦਾਤਰ ਕੋਈ ਇਹਦੇ 'ਤੇ ਕੁਛ ਹੋਰ ਨਹੀਂ ਜਿੰਨਾ ਕਹਿੰਦੇ ਉਨਾ ਹੀ ਸ਼ੋਸ਼ਣ ਹੋ ਰਿਹਾ ਅਰਬਾਂ ਖਰਬਾਂ ਰੁਪਏ ਦਾ ਇਹਦੇ 'ਤੇ ਬਹੁਤ ਵੱਡਾ ਇੱਕ ਗੋਰਖ ਧੰਦਾ ਹੈ ਉਹ ਧੰਦੇ ਦੇ ਥਹਿ 'ਤੇ ਚੱਲ ਰਹੀ ਹੈ ਅਤੇ ਜਿਹੜੇ ਅਸਲੀ ਤੰਤਰਿਕ ਸੀ ਹੁਣ ਤਾਂ ਮੈਂ ਮੰਨ ਹੀ ਨਹੀਂ ਸਕਦਾ ਪਹਿਲਾਂ ਦੇਖੋ ਤੁਹਾਨੂੰ ਸਾਧ ਮਿਲ ਜਾਂਦੇ ਗੁਰਦੁਆਰਿਆਂ 'ਚ ਡੇਰਿਆਂ 'ਚ ਗੁਰਬਾਣੀ ਦੇ ਵਿੱਚ ਵੀ ਸੁਖਮਨੀ ਸਾਹਿਬ ਦੇ ਵਿੱਚ ਸਾਧ ਦੀ ਬੜੀ ਉਪਮਾ ਸੀ ਹੁਣ ਤੁਹਾਨੂੰ ਸਾਧ ਹੀ ਨਹੀਂ ਮਿਲਦਾ ਸਾਧ ਜੇ ਮਿਲੂ ਰਸਾਂ ਦੇ ਵਿੱਚ ਭੋਗੂ ਰਸਾਂ ਦੇ ਵਿੱਚ ਉਲਝਿਆ ਹੋਊਗਾ ਉਹਦੇ ਕੋਲ ਗੱਡੀ ਵੀ ਚੰਗੀ ਹੋਊਗੀ ਉਹਦੇ ਏਸੀ ਵੀ ਹੋਣਗੇ ਉਹਦਾ ਬੈਡਰੂਮ ਵੀ ਬੜਾ ਤਕੜਾ ਹੋਊ ਉਹ ਸਵਾਹ ਨਹੀਂ ਲਾਉਂਦਾ ਹੋਊਗਾ ਉਹ ਸਮਰਿਆ ਸਮਾਰਿਆ ਹੋਊ ਇਹਦੇ ਕਰਕੇ ਤੰਤਰਿਕ ਵਿੱਦਿਆ ਦਾ ਦੁਰਪ੍ਰਯੋਗ ਹੀ ਹੋਇਆ ਨਾ ਕਿ ਇਹਦਾ ਸਹੀ ਪ੍ਰਯੋਗ ਹੋਇਆ ਸਹੀ ਪ੍ਰਯੋਗ ਹੋਇਆ ਹਾਂ ਜਿਵੇਂ ਹੁਣ ਤੁਸੀਂ ਆਪਾਂ ਗੱਲ ਫਿਰ ਆ ਜਾਂਦੇ ਹਾਂ ਵੀ ਉਹ ਤਾਂ ਹੋ ਗਈ ਹੁਣ ਵੀ ਵਿੱਚੋਂ ਉਠਾਉਣ ਵਾਲੀ ਗੱਲ ਇੱਕ ਤੁਸੀਂ ਜਦੋਂ ਬੰਦਾ ਆਉਂਦਾ ਬੜੇ ਹੁੰਦੇ ਆ ਆਹ ਨਾਲ ਕਿਹਨੂੰ ਲਈ ਫਿਰਦਾ ਹੈ ਉਹ ਅਗਲਾ ਝਾਕਦਾ ਇੱਧਰ ਉੱਧਰ ਵੀ ਮੇਰੇ ਨਾਲ ਕੌਣ ਆ ਗਿਆ ਉਹ ਕਹਿੰਦੇ ਆ ਫਲਾਨਾ ਫਲਾਨਾ ਤੇਰੇ ਨਾਲ ਤੁਰਿਆ ਫਿਰਦਾ ਉਹ ਕਿਵੇਂ ਪਤਾ ਲੱਗ ਜਾਂਦਾ ਬਾਈ ਤੁਹਾਨੂੰ ਐਕਚੁਅਲੀ ਮਨਿੰਦਰ ਫਿਰ ਉੱਥੇ ਗੱਲ ਆ ਜਾਂਦੀ ਹੈ ਜਿਹੜਾ ਬੰਦਾ ਤੰਤਰਿਕ ਕੋਲੇ ਜਾਂਦਾ ਹੈ ਜਾਂ ਬਾਬੇ ਕੋਲੇ ਜਾਂਦਾ ਦੁਖੀ ਬਹੁਤ ਹੁੰਦਾ ਹਾਂ ਦੇਖੋ ਜਾਂ ਤਾਂ ਉਹ ਕਿਸੇ ਵੀ ਗੱਲ ਦਾ ਸਤਾਇਆ ਹੁੰਦਾ ਜੀ ਜਦੋਂ ਸਤਾਇਆ ਹੁੰਦਾ ਤਾਂ ਜੇ ਤਾਂ ਮਿਲ ਗਿਆ ਉਹ ਸਹੀ ਜਗ੍ਹਾ ਤੇ ਤਾਂ ਫਿਰ ਤਾਂ ਉਹਨੂੰ ਕੋਈ ਰਾਹ ਪਾ ਦੇ ਆਦਮੀ ਪਾ ਦੇ ਹਨਾ ਤੇ ਨਹੀਂ ਫਿਰ ਤੈਨੂੰ ਪਤਾ ਵੀ ਬਾਬਾ ਜਦੋਂ ਐਂ ਕਹਿੰਦਾ ਵੀ ਹਰ ਜਾ ਹਰ ਜਾ ਹਰ ਜਾ ਤੇਰੇ ਨਾਲ ਦੋ ਕਿਹੜੇ ਕਿਹੜੇ ਲਈ ਫਿਰਦੀਆਂ ਦੋ ਕਿੱਧਰ ਖੜਾ ਕਿੱਧਰ ਖੜਾ ਇਹ ਟੋਟਲੀ ਰੋਂਗ ਹੈ ਇਹ ਸਭ ਇੱਕ ਉੱਥੇ ਦਿਖਾਵਾ ਕੀਤਾ ਜਾਂਦਾ ਨਾ ਕੁਛ ਹੁੰਦਾ ਨਾ ਕੁਛ ਹੈਗਾ ਇਹ ਸਭ ਸਿਸਟਮ ਦੇ ਉਲਟ ਗੱਲਾਂ ਕਰਕੇ ਲੋਕਾਂ ਨੂੰ ਜਾਲ 'ਚ ਫਸਾਇਆ ਜਾਂਦਾ ਤੰਤਰਿਕ ਵਿੱਦਿਆ ਤਾਂ ਬਹੁਤ ਉੱਚ ਕੋਟੀ ਦੀ ਸਿਸਟਮ ਹੈ ਇਹਦੇ ਬਾਰੇ ਤਾਂ ਬਹੁਤ ਮਤਲਬ ਇੰਡੀਆ ਦੇ ਵਿੱਚ ਤਾਂ ਇਹ ਬਹੁਤ ਪੁਰਾਣਾ ਇੱਕ ਬੜੀ ਪੁਰਾਣੀ ਵਿੱਦਿਆ ਹੈ ਜਿਹਨੂੰ ਕਰਨ ਵਾਸਤੇ ਜਿਹਨੂੰ ਪਾਉਣ ਵਾਸਤੇ ਜਾਂ ਜਿਹਦੇ ਇਹਦੇ ਇਹਦੇ ਨੂੰ ਇਹਨੂੰ ਤਿਆਰ ਕਰਨ ਲਈ ਜੇ ਅਸੀਂ ਦੇਖਿਆ ਜਾਵੇ ਸਾਈਂ ਬਾਬਾ ਹੁੰਦਾ ਸੀ ਸਿਰੜੀ ਵਾਲਾ ਨੀਮ ਕਰੋੜੀ ਬਾਬਾ ਜੀ ਹੁੰਦੇ ਸੀ ਜਿਹਦੇ ਵਿੱਚ ਬੜੇ ਤਕੜੇ ਬਹੁਤ ਹੀ ਉੱਚ ਕੋਟੀ ਦੇ ਤੰਤਰਿਕ ਹੋਏ ਨੇ ਜਿਹਦੇ ਵਿੱਚ ਬਹੁਤ ਹੀ ਰਾਮ ਕ੍ਰਿਸ਼ਨ ਜੀ ਭਗਤ ਹੋਏ ਨੇ ਬਹੁਤ ਵੱਡੇ ਤਲੰਗ ਸਵਾਮੀ ਜੀ ਹੋਏ ਨੇ ਜਿਹਦੇ ਵਿੱਚ ਹੁਣੇ ਹੁਣੇ ਪਿਛਲੇ ਸਮੇਂ ਉਹ ਸੁਰਗਵਾਸ ਹੋ ਗਏ ਕਈ ਸਾਲ ਹੋ ਗਏ ਚੰਦਰਾ ਸਵਾਮੀ ਬੜਾ ਟੌਪ ਦਾ ਤੰਤਰਿਕ ਸੀ ਲੇਕਿਨ ਜਦੋਂ ਤੰਤਰਿਕ ਵਿੱਦਿਆ 'ਚ ਉਹ ਵੀ ਨਾ ਫਸ ਕੇ ਰਹਿ ਗਿਆ ਉਹ ਵੀ ਦਲਾਲੀਆਂ 'ਚ ਸੈਕਸਬਾਜ਼ੀ 'ਚ ਕੁੜੀਆਂ ਦੇ ਸ਼ੋਸ਼ਣ 'ਚ
ਵੱਡੇ ਵੱਡੇ ਜਹਾਜ਼ਾਂ ਦੇ ਸੌਦਿਆਂ 'ਚ ਪ੍ਰਾਈਮ ਮਿਨਿਸਟਰ ਦੇ ਪੈਰਾਂ 'ਚ ਡਿੱਗਦੇ ਸੀ। ਚੰਦਰਾ ਸਵਾਮੀ ਤੁਸੀਂ ਯੂਟਿਊਬ 'ਤੇ ਕੱਢ ਕੇ ਦੇਖੋ, ਮਤਲਬ ਉਹਨੂੰ ਰੋਕ ਟੋਕ ਨਹੀਂ ਸੀ ਪ੍ਰਾਈਮ ਮਿਨਿਸਟਰ ਦੇ ਅੰਦਰ ਬਣਨ ਲੱਗਿਆ। ਜਦੋਂ ਮਰ ਪੀ ਵੀ ਨਰਸਿਮਾ ਰਾਓ, ਚੰਦਰ ਸ਼ੇਖਰ ਹੋਇਆ, ਮਤਲਬ ਉਹਦੇ ਇੱਥੋਂ ਤੱਕ ਦੇ ਦੋਸ਼ ਵੀ ਉਹਤੇ ਲੱਗੇ ਵੀ ਰਾਜੀਵ ਗਾਂਧੀ ਦੀ ਹੱਤਿਆ ਕਰਾਉਣ 'ਚ ਵੀ ਉਹਦਾ ਹੱਥ ਸੀ। ਮਤਲਬ ਉਹਦੀਆਂ ਭਵਿੱਖਬਾਣੀਆਂ ਐਡੀਆਂ ਤਕੜੀਆਂ ਸੀਗੀਆਂ, ਜਿਹੜੇ ਬੰਦੇ ਨੇ ਬਰਤਾਨੀਆ ਦੀ ਇੱਕ ਐਮ ਪੀ ਨੂੰ ਕਹਿਤਾ ਸੀ ਵੀ ਤੂੰ ਇੰਨੇ ਚਿਰ ਵਾਸਤੇ ਪ੍ਰਧਾਨ ਮੰਤਰੀ ਬਣ ਗਈ, ਔਰ ਇੰਨੇ ਚਿਰ 'ਚ ਬਣ ਗਈ ਔਰ ਬਣ ਗਈ, ਔਰ ਵੱਡੇ ਵੱਡੇ ਸੇਖ ਉਹਦੇ ਪੈਰੀਂ ਹੱਥ ਲਾਉਂਦੇ ਸੀ। ਔਰ ਉਹ ਵੀ ਉਹਨੂੰ ਬਾਅਦ 'ਚ ਜੇਲ੍ਹ ਹੋਈ, ਉਹਨੂੰ ਬਾਅਦ ਜੇਲ੍ਹ ਹੋਈ, ਜੇਲ੍ਹ ਕੱਟ ਕੇ ਆਇਆ। ਸਾਰਾ ਟੋਟਲ ਹੀ ਮਿਸ ਵੇਵ, ਮਤਲਬ ਤਾਂਤਰਿਕ ਵਿੱਦਿਆ ਦਾ ਜੂਜ ਗਲਤ ਹੋ ਰਿਹਾ, ਟੋਟਲ ਜੂਜ ਗਲਤ ਹੋ ਰਿਹਾ, ਬਹੁਤ ਟੋਟਲ। ਅੱਛਾ ਤੁਸੀਂ ਦੱਸਿਓ ਮੈਨੂੰ ਵੀ ਤੁਸੀਂ ਕਰਦੇ ਸੀ ਇਹ ਕੰਮ ਜੀ, ਤੇ ਉਦੋਂ ਫਿਰ ਕੀ ਕਿਵੇਂ ਇਹ ਸਿੱਖਿਆ, ਕਿਵੇਂ ਤੇ ਕੀ ਮਾਹੌਲ ਸੀਗਾ, ਦੇਖੋ ਕਿਵੇਂ ਤੁਹਾਨੂੰ ਇਹ ਸਾਰੀਆਂ ਗੱਲਾਂ ਆਉਣ ਲੱਗ ਗਈਆਂ? ਮੈਂ ਅਸਲ ਦੇ ਵਿੱਚ ਕੀ ਹੋ ਗਿਆ ਨਾ ਮਨਿੰਦਰ, ਮੈਂ ਨਾ ਇੱਕ ਸਧਾਰਨ ਘਰ ਦੇ ਵਿੱਚੋਂ ਪੈਦਾ ਹੋਇਆ ਆਦਮੀ ਸੀ, ਮੈਂ ਵੀ ਖਰੇ ਇਹਨਾਂ ਚੀਜ਼ਾਂ 'ਤੇ ਕੋਈ ਜ਼ਿਆਦਾ ਭਰੋਸਾ ਨਾ ਕਰਦਾ ਹੋਇਆ। ਮੇਰੇ ਪਿੰਡ ਇੱਕ ਸਾਈਕਲ ਵਾਲੇ ਆਏ ਸੀ, ਮੇਰੇ ਪਿੰਡ ਦੇ ਬੱਚੇ ਬੱਚੇ ਨੂੰ ਪਤਾ, ਬੜੀ ਪੁਰਾਣੀ ਗੱਲ ਹੈ, 30 ਸਾਲ ਪੁਰਾਣੀ ਗੱਲ। ਉਹ ਪਿੰਡਾਂ 'ਚ ਸਾਈਕਲ ਚਲਾਉਂਦੇ ਹੁੰਦੇ ਸੀ, ਆ ਲਾਸਟ ਦਿਨ ਉਹ 7-8 ਦਿਨ ਚਲਾ ਕੇ ਨਾ ਉਹਨੂੰ ਦੱਬਦੇ ਹੁੰਦੇ ਸੀ। ਜਦੋਂ ਉਹਨੂੰ ਦੱਬਤਾ ਇੱਥੇ ਮੇਰੇ ਪਿੰਡ ਦੇ ਵਿੱਚ, ਹੁਣ ਤਾਂ ਟੋਭਾ ਬਣ ਗਿਆ, ਉੱਥੇ ਜਦੋਂ ਉਹਨੂੰ ਦੱਬਤਾ, ਉੱਥੇ ਮੈਂ ਉਹਨਾਂ ਕੋਲ ਡਿਊਟੀ ਹੁੰਦੀ ਸੀ ਮੇਰੀ, ਮੰਨ ਲਓ ਘਰੋਂ ਖਾਣਾ ਲੈ ਕੇ ਜਾਣਾ ਜਾਂ ਪ੍ਰੇਮ ਭਾਵਨਾ ਦੇ ਵਿੱਚ, ਕੋਈ ਤਾਂਤਰਿਕ ਵਿੱਦਿਆ ਨਾਮ ਦੀ ਤਾਂ ਯਾਦ ਹੀ ਨਹੀਂ ਸੀ। ਉਹ ਰਾਤ ਨੂੰ 1 ਵਜੇ ਸਵੇਰੇ ਕੱਢਣਾ ਸੀ, ਰਾਤ ਨੂੰ 1 ਤੋਂ 2 ਵਜੇ ਨਾ ਮੈਂ ਜਦੋਂ ਘਰੇ ਆਇਆ ਰਾਤ ਨੂੰ ਰੋਟੀ ਖਾਣ, ਮੈਂ ਆਪਦੇ ਘਰੇ ਰੋਟੀ ਖਾ ਕੇ ਗਿਆ, ਮਤਲਬ ਹੋਰ ਕੁਛ ਨਹੀਂ ਸੀ, ਅੰਬ ਦਾ ਅਚਾਰ ਸੀ, 2 ਰੋਟੀਆਂ ਪਈਆਂ ਸੀ ਅੰਬ ਦੇ ਅਚਾਰ 'ਤੇ, ਨੋਰਮਲ ਮੈਂ ਘਿਓ ਤਰਕੇ ਖਾ ਕੇ ਚਲਾ ਗਿਆ, ਦਾਲ ਮੈਨੂੰ ਮਿਲੀ ਨਹੀਂ। ਜਦੋਂ ਮੈਂ ਉੱਥੇ ਆਇਆ ਉਸ ਦੂਜੇ ਤੜਕੇ ਉਹਨੂੰ ਕੱਢ ਲਿਆ, ਪਿੰਡ ਦਾ ਸਾਡੇ ਪਟਵਾਰੀ ਸਾਹਿਬ ਸੀ, ਉਹਨਾਂ ਦੇ ਹਾਰ ਹੂਰ ਪਾ ਕੇ ਕੱਢਿਆ, ਸਾਰਾ ਪਿੰਡ ਦਾ ਇਕੱਠ ਸੀ। ਜਦੋਂ ਜਾਣ ਲੱਗੇ ਮੈਨੂੰ ਉਸ ਬੰਦੇ ਨੇ ਕਿਹਾ, ਕਹਿੰਦਾ ਜਿਹੜਾ ਤੂੰ ਰਾਤ ਰੋਟੀ ਖਾਣ ਗਿਆ ਸੀ ਤੈਨੂੰ ਦਾਲ ਮਿਲੀ ਨਹੀਂ, ਤੂੰ ਅੰਬ ਦੇ ਚਾਰ ਨਹੀਂ ਖਾਇਆ ਆ, ਮੇਰਾ ਦਿਮਾਗ ਚਕਰਾ ਗਿਆ। ਇਹਨੂੰ ਕਿੱਥੋਂ ਪਤਾ ਲੱਗ ਗਿਆ, ਇਸ ਬੰਦੇ ਨੂੰ ਕਿਵੇਂ ਪਤਾ ਲੱਗ ਗਿਆ, ਮੈਂ ਤਾਂ ਦੱਸਿਆ ਹੀ ਨਹੀਂ ਕਿਸੇ ਨੂੰ। ਮੈਂ ਗਿਆ 1 ਵਜੇ ਘਰੇ ਗਿਆ, ਮੈਂ ਮਤਲਬ ਮੈਂ ਉੱਥੋਂ ਨਾ ਜਿਹਾ ਆਸ਼ਕ ਹੋ ਗਿਆ ਵੀ ਇਹ ਚੀਜ਼ ਨੂੰ ਹੈ ਕੀ ਇਹ। ਫਿਰ ਉਹ ਮੈਨੂੰ ਗੁਜਰਾਤ ਦਾ ਐਡਰੈਸ ਦੇ ਕੇ ਗਏ, ਬਨਾਰਸ ਦਾ ਐਡਰੈਸ ਦੇ ਕੇ ਗਏ, ਫਿਰ ਮੈਂ ਉੱਧਰ ਗਿਆ ਹੌਲੀ ਹੌਲੀ, ਉਦੋਂ ਮੇਰੇ ਕੋਲ ਪੈਸੇ ਤਾਂ ਹੁੰਦੇ ਨਾ, ਮੈਂ ਬਿਨਾਂ ਟਿਕਟ ਤੋਂ ਗਿਆ, ਮੈਨੂੰ ਇੱਕ ਹੋਟਲ ਦਾ ਐਡਰੈਸ ਦਿੱਤਾ ਸੀ ਪਹਾੜਗੰਜ, ਹੋਟਲ ਦੇ ਵਿੱਚ ਵੀ 8-9 ਦਿਨ ਆਏ, ਮੈਂ ਪਹੁੰਚਦਾ ਗਿਆ, ਜਨਤਾ ਗੱਡੀ ਜਾਂਦੀ ਹੁੰਦੀ ਇੱਥੇ ਬਿਨਾਂ ਟ੍ਰੇਨ ਬਿਨਾਂ ਪਹਾੜੇ ਤੋਂ, 8-9 ਦਿਨ ਜਦੋਂ ਨਾ ਆਏ ਮੈਨੂੰ ਹੋਟਲ ਵਾਲਾ ਵੀ ਰੋਟੀ ਕਿੱਥੋਂ ਦੇਵੇ, ਉੱਥੇ ਮੈਂ ਭਾਂਡੇ ਮਾਂਜੇ। ਅਖੀਰ ਉਹ ਮੈਨੂੰ 9ਵੇਂ 8ਵੇਂ ਦਿਨ ਮਿਲ ਗਏ, ਫਿਰ ਮੈਨੂੰ ਉਹ ਗੁਜਰਾਤ ਲੈ ਕੇ ਗਏ। ਗੁਜਰਾਤ ਇੱਕ 7 ਮੰਜ਼ਲੀ ਜਗ੍ਹਾ ਹੈ, ਉਹ ਪਤਾ ਨਹੀਂ ਤਾਂ ਕੋਈ ਜ਼ਿਲ੍ਹਾ ਸੀ ਜਾਂ ਕੋਈ ਪਿੰਡ ਸੀ ਮੇਰੇ ਉਸ ਟਾਈਮ ਦੀ ਗੱਲ ਹੈ। ਉੱਥੇ ਅਸੀਂ ਜਦੋਂ ਉਹਨਾਂ ਦੇ ਘਰ ਗਏ ਨਾ, ਮਤਲਬ ਰੋਹੀ ਵਿਆਬਾਨ 'ਚ, ਮਤਲਬ ਆਮ ਕੱਚੇ ਮੱਕੇ ਮਕਾਨ ਅਸੀਂ ਬੈਠੇ, ਜਿਹੜਾ ਉਹਦਾ ਪੜਦਾਦਾ ਸੀ, ਦਾਦਾ, ਉਸ ਬੰਦੇ ਨੇ ਰਾਤ ਨੂੰ ਮੇਰੇ ਨਾ ਪਰਿਵਾਰ ਦੀਆਂ ਪੜੋਤਾਂ ਫਰੋਲਤੀਆਂ। ਅੱਛਾ। ਹਾਂ, ਕੋਈ ਦੂਜੇ ਰਹੇ, ਬਹੁਤ ਕੁਛ ਦੱਸਿਆ ਮੈਨੂੰ ਰੀਅਲਟੀ 'ਚ, ਆਹ ਚੀਜ਼ ਵੀ ਹੋਈ ਤੂੰ ਸਿਸਟਮ ਆ, ਮਤਲਬ ਐਂ ਮੈਂ ਸੁੱਤੇ ਹੀ ਨਾ ਸੀ। ਉਹ ਮਤਲਬ ਮੈਂ ਕਹਿੰਦਾ ਵੀ ਚੋਟੀ ਦਾ ਤਾਂਤਰਿਕ ਸੀ। ਠੀਕ ਹੈ। ਜਦੋਂ ਉਸ ਬੰਦੇ ਤੋਂ ਮੈਂ ਸਾਰਾ ਕੁਝ ਜਾਣਨਾ ਚਾਹਿਆ, ਸਿੱਖਣਾ ਚਾਹਿਆ, ਲੰਬਾ ਨਾ ਲਿਜਾਵਾਂ, ਤਾਂਤਰਿਕ ਵਿੱਦਿਆ ਸਿੱਖਣ ਵਾਲੇ ਬੰਦੇ ਨੂੰ ਜਾਂ ਕਰਨ ਵਾਲੇ ਬੰਦੇ ਨੂੰ 1 ਵੀ ਰੁਪਈਆ ਲੈਣਾ ਹਰਾਮ ਹੈ। ਗਿਫਟ ਲੈ ਲਓ, ਭਾਵੇਂ ਤੁਸੀਂ ਮੱਥਾ ਟਿਕਿਆ ਲਓ, ਭਾਵੇਂ ਤੁਸੀਂ ਕਿਸੇ ਵੀ ਤਰੀਕੇ ਨਾਲ 1 ਵੀ ਰੁਪਈਆ ਲੈਣਾ ਹਰਾਮ ਹੈ। ਦੂਜਾ, ਜਿਹੜਾ ਬੰਦਾ ਸਹੀ ਤਾਂਤਰਿਕ ਵਿੱਦਿਆ ਕਰੂਗਾ ਉਹਦਾ ਵੰਸ਼ ਨਹੀਂ ਜੇ ਵੱਧ ਸਕਦਾ, ਕਲੀਅਰ ਹੈ। ਠੀਕ ਹੈ। ਬਸ ਇੱਕ ਉਹ ਬੰਦਾ ਆਪਦੇ ਤੱਕ ਹੀ ਸੀਮਤ ਰਹੂਗਾ, ਇਹ ਨਹੀਂ ਹੈਗਾ ਵੀ ਉਹ ਗਾਹਾਂ ਅੱਗੇ ਵੰਸ਼ ਵਧਾ ਜੂਗਾ। ਅਤੇ ਇਹਦੀਆਂ ਰਿਧੀਆਂ ਸਿਧੀਆਂ ਐਡੀਆਂ ਕੁ ਕਰੜੀਆਂ, ਤੁਸੀਂ ਅਘੋਰੀ ਕੱਢ ਕੇ ਦੇਖ ਲਓ ਜਿਹੜੇ ਤਾਂਤਰਿਕ ਵਿੱਦਿਆ ਕਰਦੇ ਨੇ, ਜਿਹੜੀਆਂ ਰਿਧੀਆਂ ਸਿਧੀਆਂ ਦੁਨੀਆਂ ਤੋਂ ਹਟ ਕੇ ਨੇ, ਦੁਨੀਆਂ ਨੂੰ ਛੱਡ ਕੇ, ਜਿਵੇਂ ਦੁਨੀਆਂ ਤੋਂ ਮੋਹ ਭੰਗ ਕਰਕੇ ਨਾ ਇਸ ਦੇ ਨਾਲ ਹੀ ਜੁੜ ਜਾਣਾ। ਅਸਲੀ ਤਾਂਤਰਿਕ ਵਿੱਦਿਆ ਦਾ ਜਿਹੜਾ ਪਿੱਛੇ ਜਾ ਕੇ ਜੋੜ ਹੁੰਦਾ, ਛਿਪਕਭਾਨ ਨਾਲ ਹੁੰਦਾ, ਭੈਰੋਂ ਨਾਲ ਹੁੰਦਾ, ਉਹ ਰਿਧੀਆਂ ਸਿੱਧੀਆਂ ਨੂੰ ਕੱਢਣ ਵਾਸਤੇ ਤੁਹਾਨੂੰ ਸਾਰੀ ਜ਼ਿੰਦਗੀ ਜਾਂ ਤੁਹਾਨੂੰ ਆਪਦੀ ਜਿੰਨੀ ਦੇਹ ਆ ਉਹਦੇ ਪਿੱਛੇ ਗਾਲਣੀ ਪੈਣੀ ਹੈ। ਜੇ ਤੁਸੀਂ ਪੈਸੇ ਬੱਸ ਆ ਗਏ ਜਾਂ ਤੁਸੀਂ ਜਨਾਨੀ ਬੱਸ ਆ ਗਏ, ਬਾਪੇ ਤੁਸੀਂ ਗਏ, ਔਰ 99% ਅਤੇ 9% ਤਾਂਤਰਿਕ ਪੈਸੇ ਵੱਲ ਆਉਂਦਾ, ਤਾਂਤਰਿਕ ਜਨਾਨੀ ਵੱਲ ਆਉਂਦਾ, ਤਾਂਤਰਿਕ ਆਕੜ ਵੱਲ ਆਉਂਦਾ, ਤਾਂਤਰਿਕ ਹੰਕਾਰ ਵੱਲ ਆਉਂਦਾ, ਕਿਉਂਕਿ ਇੱਕ ਵੱਡੇ ਵੱਡੇ ਬੰਦੇ ਨੇ ਆ ਕੇ ਤੁਹਾਡੇ ਪੈਰੀਆਂ ਹੱਥ ਲਾ ਦੇਣੇ, ਉਹਦੀ ਸੁੱਖ ਪੂਰੀ ਹੋ ਜਾਣੀ, ਫਿਰ ਤੁਸੀਂ ਹੰਕਾਰ ਜਾਂਦੇ ਹੋ, ਫਿਰ ਤੁਸੀਂ ਧਰਤੀ ਛੱਡ ਦਿੰਦੇ ਹੋ, ਔਰ ਫਿਰ ਤੁਸੀਂ ਜਨਾਨੀਬਾਜ਼ੀ ਕਰਦੇ ਹੋ, ਇਹਦੇ ਕਰਕੇ ਉਹ ਫਿਰ ਨਾ ਬਖੇੜਾ ਪੈ ਜਾਂਦਾ। ਕੋਈ ਵੀ ਤੰਤਰ ਦੇਖ ਲਿਓ, ਕਿਹੜਾ ਉਹ ਚੜ੍ਹ ਜੂ,
ਐਂਡ ਕਿਰਾਂ ਮਤਲਬ ਹਵਾ ਵਾਂਗੂ ਚੜ ਜਾਂਦਾ। ਉਸ ਤੋਂ ਬਾਅਦ ਉਹਦਾ ਪਤਨ ਸ਼ੁਰੂ ਹੋ ਜਾਂਦਾ ਥੋੜੇ ਟਾਈਮ 'ਚ, ਸਾਲ ਛੇ ਮਹੀਨਿਆਂ 'ਚ ਪਤਨ ਸ਼ੁਰੂ ਕਿਉਂ ਹੋ ਜਾਂਦਾ? ਉਹ ਹਮੇਸ਼ਾ ਜਨਾਨੀਬਾਜ਼ੀ 'ਚ ਪੈਂਦਾ, ਹਮੇਸ਼ਾ ਹੀ ਇਹ ਕੋਈ ਦੂਜੀ ਰਹਿ ਨਹੀਂ, ਹਮੇਸ਼ਾ ਪੈਸੇ ਨਾਲ ਲੁਪਤ ਹੋ ਜਾਂਦਾ, ਹਮੇਸ਼ਾ ਹੰਕਾਰ ਨਾਲ ਲੁਪਤ ਹੋ ਜਾਂਦਾ। ਤਾਂ ਫਿਰ ਉੱਥੇ ਆ ਕੇ ਤਾਂਤਰਿਕ ਵਿੱਦਿਆ ਦਾ ਛੋਛਣ ਕਰ ਦਿੰਦਾ। ਕੋਈ ਦੇਖੋ ਅੱਜ ਕੱਲ੍ਹ ਤੁਹਾਨੂੰ ਕਿੰਨੇ ਮਿਲਦੇ ਆ, ਕੋਈ ਮੁੰਡਾ ਮਰਵਾ ਦਿੰਦਾ, ਕੋਈ ਕਿਵੇਂ ਮਰਵਾ ਦਿੰਦਾ, ਕੋਈ ਦੇ ਘਰਵਾਲੀ ਨਾਲ ਗਿੱਜ ਜਾਂਦਾ, ਕੋਈ ਦੀ ਧੀ ਨਾਲ ਗਿੱਜ ਜਾਂਦਾ। ਅਤੇ ਉੱਥੇ ਜਾ ਕੇ ਨਾ ਫਿਰ ਜਦੋਂ ਕੋਈ ਤਾਂਤਰਿਕ ਜਾਂ ਕੋਈ ਬਾਬਾ ਜਾਂ ਕੋਈ ਸੰਤ ਤੁਹਾਡੀ ਇਹੋ ਜਿਹੀ ਹਰਕਤ ਕਰਦਾ, ਫਿਰ ਉੱਥੇ ਲੱਖਾਂ ਲੋਕਾਂ ਦੀਆਂ ਭਾਵਨਾ ਨੂੰ ਸੱਟ ਵੱਜਦੀ ਹੈ। ਜਦੋਂ ਸੱਟ ਵੱਜਦੀ ਹੈ ਤਾਂ ਫਿਰ ਉੱਥੇ ਧੰਦਾ ਬਦਨਾਮ ਹੋਇਆ ਬਹੁਤ ਬੁਰੀ ਤਰ੍ਹਾਂ। ਜਿਹੜਾ ਵੀ ਧੰਦਾ ਅੱਜ ਹਿੰਦੁਸਤਾਨ ਚ ਲਾ ਲਓ ਜਾਂ ਵਰਲਡ ਚ ਲਾ ਲਓ, ਕੋਈ ਵੀ ਹੈ, ਉਹਦਾ ਦੁਰਪ੍ਰਯੋਗ ਬੜਾ ਹੋਇਆ। ਜਿਹੜੇ ਨੂੰ ਮਰਜ਼ੀ ਲੈ ਲਓ, ਰਾਜਨੀਤੀ ਲੈ ਲਓ, ਡਾਕਟਰੀ ਲੈ ਲਓ, ਹੁਣ ਤਾਂ ਜਮੀ ਸਰ ਗਿਆ, ਤੁਹਾਡੀ ਮੀਡੀਆ ਨੂੰ ਲੈ ਲਓ, ਇਹ ਵੀ ਦੁਰਪ੍ਰਯੋਗ ਹੋਇਆ। ਕੋਈ ਗੋਦੀ ਮੀਡੀਆ ਬੈਠੀ ਹੈ, ਹਰੇਕ ਚੀਜ਼ ਦਾ ਦੁਰਪ੍ਰਯੋਗ ਹੋ ਰਿਹਾ, ਇਹਦਾ ਦੱਬ ਕੇ ਦੁਰਪ੍ਰਯੋਗ ਹੋਇਆ। ਠੀਕ ਹੈ, ਤਾਂਤਰਿਕ ਵਿੱਦਿਆ ਦਾ ਬਹੁਤ ਦੱਬ ਕੇ ਹੋ ਵੀ ਰਿਹਾ। ਇਹਦੇ ਬੜੇ ਬੜੇ ਬੋਰਡ ਮਿਲਣਗੇ, ਸਾਈਨ ਮਿਲੂ, ਇਹ ਸਾਰਾ ਦੁਰਪ੍ਰਯੋਗ ਹੀ ਹੋਇਆ। ਸਹੀ ਤਾਂ ਤੁਹਾਨੂੰ ਕਿਤੇ ਲੱਭਿਆ ਵੀ ਨਹੀਂ ਮਿਲਣਾ, ਲੱਭਿਆ ਵੀ ਨਹੀਂ ਮਿਲਣਾ। ਅੱਛਾ ਇੱਕ ਹੋਰ ਦੱਸਿਓ, ਇਹ ਜਿਵੇਂ ਕਹਿ ਦਿੰਦੇ ਆ ਆਮ ਹੀ ਆਪਣੇ ਘਰਾਂ ਦੇ ਵਿੱਚ ਵਾਪਰਦਾ ਹੈ ਕਿ ਸਾਡੇ ਖੂਨ ਦੇ ਛਿੱਟੇ ਆਉਂਦੇ ਆ ਜੀ, ਸਾਡੇ ਡਰਮ ਤੁਰ ਪੈਂਦੇ ਆ ਜੀ, ਸਾਡੇ ਵਾਜਾਂ ਆਉਂਦੀਆਂ ਜੀ, ਸਾਡਾ ਟ੍ਰੈਕਟਰ ਰਾਹ ਸਟਾਰਟ ਹੋ ਗਿਆ ਜੀ, ਬਿਲਕੁਲ। ਇਹ ਫਿਰ ਕੀ ਚੀਜ਼ ਹੁੰਦੀ ਹੈ ਜਿਹੜੀ ਉਹ ਚੀਜ਼ ਨੂੰ? ਦੇਖੋ ਇਹਦੇ 'ਚ ਮੈਂ ਇਸ ਨੂੰ ਬੜਾ ਨੇੜਿਓਂ ਜਾਪਿਆ। ਇਹਦੇ ਵਿੱਚ 100 ਮਾਂਗਰ ਨਹੀਂ ਕਹਿ ਸਕਦੇ ਸੀ, 1000 ਮਾਂਗਰ 1-2% ਸਹੀ ਹੁੰਦਾ, ਬਾਕੀ ਟੋਟਲ ਹੀ ਘਰ ਦਾ ਕਲੇਸ਼, ਘਰ 'ਚ ਜਾਣ ਬੁੱਝ ਕੇ ਫੜਾਈ ਜਾਂਦੀ ਚੀਜ਼ ਜਾਂ ਘਰ ਦਾ ਕੋਈ ਸ਼ਰਾਰਤ ਅੰਸਰ ਇਹਦੇ 'ਚ ਨਿਕਲਦਾ। ਟੋਟਲ ਜਿਹੜੇ 1-2% ਹੁੰਦੇ ਉਹ ਬਿਲਕੁਲ ਰਿਜਨਲਟੀ ਨਾਲ ਜੁੜੇ ਹੁੰਦੇ ਆ, ਬਿਲਕੁਲ। ਉਹਨਾਂ ਦਾ ਹੱਲ ਵੀ ਮੈਂ ਇੱਥੇ ਨਾਂ ਨਹੀਂ ਲੈਣਾ ਚਾਹੂੰਗਾ, ਇੱਕ ਬਹੁਤ ਵੱਡਾ ਪੁਲਿਸ ਅਫਸਰ ਸੀ ਸਾਡੇ ਭਿੱਖੀ, ਉਹਨਾਂ ਦੇ ਪ੍ਰੋਬਲਮ ਸੀ, ਉਹ ਆਪ ਹੀ ਇਹ ਚੀਜ਼ ਦੇ ਉਲਟ ਸੀ, ਹੋਰ ਤਾਂ ਕੋਈ ਹੋਰ। ਮਤਲਬ ਜਦੋਂ ਤੁਸੀਂ ਸਾਰਾ ਪਰਿਵਾਰ ਹੀ ਘਰ ਨੂੰ ਜਿੰਦਾ ਲਾ ਕੇ ਬਾਹਰ ਆ ਗਏ, ਸਾਰਾ ਪਰਿਵਾਰ ਹੀ ਸਾਰੇ ਬੰਦੇ, ਫਿਰ ਵੀ ਉਹ ਚੀਜ਼ ਅੰਦਰ ਵਾਪਰੀ ਪਈ ਹੈ, ਫਿਰ ਵੀ ਉਹ ਚੀਜ਼ ਉਹਦੇ ਵਾਪਰੀ ਪਈ ਹੈ। ਸਾਡੇ ਇੱਕ ਮੰਡੀ ਬੋਰਡ ਦਾ ਸੈਕਟਰੀ ਸੀ, ਉਹਦੇ 2 ਹੀ ਬੱਚੇ ਸੀ, 2 ਮੀਆਂ ਬੀਬੀ ਪੜ੍ਹਿਆ ਲਿਖਿਆ ਪਰਿਵਾਰ ਔਰ ਪੜ੍ਹੇ ਲਿਖੇ ਬੱਚੇ, ਉਹ ਚਾਰੇ ਘਰ ਛੱਡ ਕੇ ਬਾਹਰ ਆ ਗਏ। ਠੀਕ ਹੈ, ਮਤਲਬ ਸਾਰੇ ਜਿੰਦਾ ਲੋਕ ਕਰਤਾ, ਪਰ ਉਹਦੇ ਜਿਹੜੀ ਚੀਜ਼ ਉਹ ਵਾਪਰਦੀ ਸੀ ਫਿਰ ਵੀ ਵਾਪਰੀ ਪਈ ਸੀ। ਕੁਛ ਪਰਸੈਂਟ ਜਿਹੜਾ ਹੁੰਦਾ ਨਾ ਇਹ ਬਿਲਕੁਲ ਰਿਜਨੈਲਿਟੀ ਹੁੰਦੀ ਹੈ, ਲੇਕਿਨ 1000 ਮਗਰ ਜੇ ਤੁਸੀਂ ਕਹੋ ਤਾਂ 999 ਸਾਰਾ ਫਰਾਡ ਹੈ, ਇਹਦੇ ਵਿੱਚ ਕੋਈ ਜ਼ਿਆਦਾ ਹੈ ਨਹੀਂ ਹੁਣ ਦੇ ਯੁੱਗ 'ਚ। ਪਹਿਲਾਂ ਵਾਲੇ ਯੁੱਗ 'ਚ ਕੁਛ ਐਂ ਸੀ ਵੀ ਟਕਨੀਕ ਹੈ ਨਹੀਂ ਸੀ, ਜਾਂ ਪਹਿਲਾਂ ਵਾਲੇ ਯੁੱਗ 'ਚ ਲੋਕ ਦੁਖੀ ਬੜੇ ਸੀ, ਜਾਂ ਪਹਿਲਾਂ ਵਾਲੇ ਯੁੱਗ ਦੇ ਵਿੱਚ ਨਾਲੋਂ ਹੁਣ ਵਾਲਾ ਯੁੱਗ ਦਿਨ ਬਾਏ ਦਿਨ ਬਦਲਦਾ ਤੁਰਿਆ ਜਾਂਦਾ। ਪਹਿਲਾਂ ਵਾਲੇ ਯੁੱਗ ਦੇ ਵਿੱਚ ਜਿਵੇਂ ਥੋਟਸ ਸੀ, ਤੁਸੀਂ ਹੁਣ ਵੀ ਦੇਖੋ, ਤੁਸੀਂ ਕਿਸੇ ਮਿੱਤਰ ਨੂੰ ਯਾਦ ਕਰ ਲਓ ਜਾਂ ਕੁਛ ਤੁਸੀਂ ਕਿਸੇ ਰਿਸ਼ਤੇਦਾਰ ਨੂੰ ਯਾਦ ਕਰ ਲਓ, ਤੁਸੀਂ 15-7-5 ਮਿੰਟਾਂ ਤੁਹਾਨੂੰ ਫੋਨ ਆਜੂਗਾ, ਤੁਸੀਂ ਸੋਚਦੇ ਯਾਰ ਮੈਂ ਤਾਂ ਤੈਨੂੰ ਹੁਣੇ ਯਾਦ ਕੀਤਾ ਸੀ, ਜਾਂ ਉਹ ਸੋਚਦਾ ਯਾਰ ਮੈਂ ਯਾਦ ਕੀਤਾ ਸੀ, ਹੈ ਨਾ। ਇਹ ਤੁਹਾਡੇ ਥੋਟਾਂ ਦੀ ਗੇਮ ਫਿਰ ਉੱਥੇ ਚੱਲਦੀ ਹੈ, ਇਹ ਚੀਜ਼ ਹੁੰਦੀ ਹੈ, ਇਹ ਚੀਜ਼ ਹੁੰਦੀ ਹੈ, ਇਹ ਜਿਹੜੀ ਆਉਂਦੀ ਹੈ। ਬਾਕੀ ਇਹ ਹਵਾ ਹੁੰਦੀ ਹੈ ਨਾ ਕਿ ਇਹਨੂੰ ਨਕਾਰਿਆ ਜਾ ਸਕਦਾ, ਜੇ ਕੋਈ ਕਹੇ ਨਕਾਰੇ ਨਕਾਰ ਦੇ, ਇਹ ਕਿਉਂ ਇਹਦੇ 'ਚ ਸ਼ੋਸ਼ਣ ਹੋ ਰਿਹਾ ਅਸਲ, ਜ਼ਿਆਦਾ ਹੁੰਦਾ ਘੱਟ ਹੈ ਅਤੇ ਬਹਾਇਆ ਵੱਧ ਜਾਂਦਾ, ਬਹਾਇਆ ਵੱਧ ਜਾਂਦਾ, ਬਹਾਇਆ ਵੱਧ। ਅੱਛਾ ਇੱਕ ਆਪਾਂ ਹੁਣ ਗੱਲ ਕਰੀਏ ਵੀ ਭੂਤ ਨੂੰ ਵੀ ਕਾਬੂ ਕਰ ਲੈਂਦੇ ਆ ਤੰਤਰ, ਭੂਤ ਹੁੰਦੇ ਆ, ਫਿਰ ਉੱਥੇ ਗੱਲ ਆ ਜਾਂਦੀ ਹੈ। ਪਹਿਲਾ ਨੰਬਰ ਤਾਂ ਭੂਤ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ, ਇੱਕ ਹਵਾ ਹੁੰਦੀ ਆ ਆਤਮਾ, ਜਿਹਨੂੰ ਕਹਿੰਦੇ ਨੂੰ ਭੂਤ ਕਾਬੂ ਕਰਨਾ। ਕਾਬੂ ਕਰਨ ਨੂੰ ਤਾਂ ਕੋਈ ਫੜ ਜਾਨਵਰ ਥੋੜ੍ਹੀ ਇਹਨੂੰ ਕਾਬੂ ਕਰ ਲਾਂਗੇ, ਇਹ ਤਾਂ ਕਹਿ ਦੇਣਾ ਵੀ ਮੈਂ ਕਾਬੂ ਕਰ ਲੈ ਲਓ, ਜਿਹਨੂੰ ਫੜ ਕੇ ਬੰਨ ਕੇ ਬਹਾਤਾ। ਪਹਿਲਾ ਨੰਬਰ ਤਾਂ ਦੇਖੋ ਇਹ ਆਤਮਾ, ਇਹਦੀ ਬੜੀ ਲੰਬੀ ਸਟੋਰੀ ਹੈ, ਕਿਹੜੇ ਬੰਦੇ ਦੀ ਆਤਮਾ ਕਿਵੇਂ ਭੜਕਦੀ ਹੈ। ਇਹ 'ਚ ਕੁਛ ਪਰਸੈਂਟ ਆਤਮਾ ਹੁੰਦੀਆਂ ਜਿਹੜੀ ਭੜਕ ਜਾਂਦੀ ਹੈ, ਇਹ 'ਚ ਕੋਈ ਦੂਜੀ ਰਹਿ ਨਹੀਂ, ਕੁਛ ਪਰਸੈਂਟਸ ਉਹ ਆਤਮਾ। ਬਾਕੀ ਹੁਣ ਤੇਰਾ ਦਾਦਾ ਹੈ, ਜਾਂ ਆਪਾਂ ਲੋਕ ਘਰਾਂ 'ਚ ਮੰਨੀ ਜਾਂਦੇ ਵੀ ਸਾਡੇ ਦਾਦਾ ਜੀ, ਦਾਦੇ ਦੀ ਮਿੱਟੀ 'ਤੇ ਪਾ ਦਿਓ ਜੀ, ਦਾਦੇ ਨੂੰ ਅੱਜ ਜੋਤ ਲਾ ਦਿਓ ਜੀ, ਦਾਦਾ ਤੁਹਾਡਾ ਮਾੜਾ ਕਿਉਂ ਕਰੂਗਾ ਬਈ, ਜਾਂ ਤੁਹਾਡਾ ਚਾਚਾ ਤਾਂ ਤੁਹਾਡਾ ਮਾੜਾ ਕਿਉਂ ਕਰੂਗਾ ਜੀ। ਇਹਦੇ ਕਰਕੇ ਇਹ ਕੁਛ ਇਹ 'ਚ ਵੀ ਤਕਰੀਬਨ ਹੀ ਫਰੋਡ ਹੋਇਆ ਸਾਰਾ, ਭੂਤ ਦੇ ਨਾਂ 'ਤੇ ਲੋਕਾਂ ਨੂੰ ਡਰਾਇਆ ਜਾਂਦਾ, ਪ੍ਰੇਤ ਦੇ ਨਾਂ 'ਤੇ, ਜਿੰਨ ਦੇ ਨਾਂ 'ਤੇ। ਲੇਕਿਨ ਕੁਛ ਆਤਮਾਵਾਂ ਹੈਗੀਆਂ ਜਿਹੜੀਆਂ ਆਤਮਾਵਾਂ ਭੜਕਦੀਆਂ, ਉਹਦੇ 'ਚ ਕੋਈ ਦੂਜੀ ਰਹਿ ਨਹੀਂ। ਇਹਦੇ 'ਚ ਲੰਬੀ ਸਟੋਰੀ ਹੈ ਵੀ ਕਿਵੇਂ ਆਤਮਾ ਭੜਕਦੀ ਹੈ, ਉਹ ਕਿਸ ਉਮਰ ਦੀ ਆਤਮਾ, ਉਹਦਾ ਧਿਆਨ ਕਿੱਥੇ ਰਹਿ ਜਾਂਦਾ, ਉਹ ਕਿਉਂ ਭੜਕਦੀ ਹੈ, ਇਹ ਬਹੁਤ ਵੱਡੀਆਂ ਲੰਬੀਆਂ ਚੌੜੀਆਂ ਗੱਲਾਂ ਹੈਗੀਆਂ। ਲੇਕਿਨ ਇਹਨੂੰ ਬੱਸ 'ਚ ਕਰਨ ਵਾਸਤੇ ਤੁਹਾਨੂੰ ਲੱਭਿਆ ਤਾਂਤਰਿਕ ਨਹੀਂ ਮੈਨੂੰ ਕੋਈ, ਜੋ ਕੋਈ ਕਹਿੰਦਾ ਨਾ ਇਹ ਸਭ ਫਰਾਡ ਹੈ, ਤੁਹਾਨੂੰ ਮੇਰੇ ਇੱਕ 2 ਤਾਂਤਰਿਕ ਦੋਸਤ ਹੈ, ਗੁਜਰਾਤ ਹੈ, ਇੱਕ ਰਾਜਸਥਾਨ ਹੈ, ਉਹ ਵੀ ਹੱਥ ਖੜ੍ਹੇ ਕਰ ਜਾਂਦੇ ਨੇ
ਜਿਹੜੇ ਅੱਜ ਕਰਦੇ ਨੇ। ਮੈਂ ਤਾਂ 20 ਸਾਲ ਪਹਿਲਾਂ ਇਹ ਧੰਦੇ ਤੋਂ ਮਤਲਬ ਸਿਸਟਮ ਤੋਂ ਦੂਰ ਹੋ ਗਿਆ ਸੀ ਵੀ ਆਪਾਂ ਤਾਂ ਮਤਲਬ 20 ਸਾਲ ਪਹਿਲਾਂ 20 ਦਾ ਵੀ 22-23 ਸਾਲ ਹੋ ਗਏ ਹੋਣੇ ਤੇ ਤੁਹਾਨੂੰ ਲੱਭੂ ਹੈ ਨੀ ਕੋਈ ਤੰਤਰਿਕ ਤੁਸੀਂ ਦਿੰਦੇ ਰਹੇ ਹੋ ਪੁੱਛਾਂ ਪਛਾਂ ਦਿੰਦੇ ਸੀ ਕੀ ਯਾਰ ਇਹ ਪੁੱਛਾਂ ਨਹੀਂ ਕਹਿ ਸਕਦਾ ਉਹਨੂੰ ਅਸੀਂ ਜਿਹੜਾ ਸਿਸਟਮ ਸੀ ਨਾ ਲੋਕਾਂ ਨੂੰ ਅਸਲ ਇੱਕ ਤਾਂ ਕੀ ਹੁੰਦਾ ਤੰਤਰਿਕ ਵਿੱਦਿਆ ਉਸ ਨੂੰ ਧਰਮ ਤੋਂ ਭਟਕਾ ਦੇਣਾ ਮੈਂ ਸਿੱਖ ਧਰਮ ਨਾਲ ਜੁੜਿਆ ਹੋਇਆ ਸਿੱਖ ਧਰਮ ਦੇ ਵਿੱਚ ਇੱਕ ਐਡਾ ਵੱਡਾ ਗ੍ਰੰਥ ਦਿੱਤਾ ਹੋਇਆ ਕੁਦਰਤ ਨੇ ਸਾਨੂੰ ਜਿਹੜਾ ਮਹਾਰਾਜ ਬਾਬਾ ਨਾਨਕ ਤੋਂ ਜਿੱਥੇ ਆ ਕੇ ਹਰੇਕ ਚੀਜ਼ ਦਾ ਅੰਤ ਹੈ ਹਰੇਕ ਚੀਜ਼ ਦਾ ਇਵੇਂ ਜੋ ਕੁਰ ਮੁਸਲਮਾਨ ਧਰਮ ਹੈ ਉਹਦੇ ਵਿੱਚ ਵੀ ਕੁਰਾਨ ਮਜੀਦ ਅਤੇ ਹਸੀ ਮਸੀਤ ਦੋ ਗ੍ਰੰਥ ਐਸੇ ਦਿੱਤੇ ਹੋਏ ਆ ਹਜ਼ਰਤ ਮੁਹੰਮਦ ਸਾਹਿਬ ਨੇ ਜਿਹਦੇ ਵਿੱਚ ਹਰ ਇੱਕ ਮੁਸਲਮਾਨ ਦਾ ਹੱਲ ਉਹਦੇ ਵਿੱਚ ਹੈ ਕੋਈ ਦੂਜੀ ਰਹਿ ਨਹੀਂ ਕਿਤੇ ਉਹਦੇ ਵਿੱਚ ਵੀ ਪਖੰਡਵਾਦ ਨੂੰ ਮੂਰਤੀ ਨੂੰ ਜਿੱਥੇ ਵੀ ਬਖਾਵੇ ਨੂੰ ਹੰਕਾਰ ਨੂੰ ਭੰਡਿਆ ਹੈ ਮੁਹੰਮਦ ਸਾਹਿਬ ਨੇ ਇਸਲਾਮ ਦੇ ਵਿੱਚ ਸ਼ਰੀਅਤ ਦੇ ਵਿੱਚ ਸਾਰਾ ਹੀ ਭੰਡਿਆ ਦੀਨ ਪੂਰਾ ਕਰਨ ਵਾਸਤੇ ਆਖਰੀ ਮੁਹੰਮਦ ਹੋਏ ਉਦੋਂ ਬਾਅਦ ਕੋਈ ਹੋਏ ਹੀ ਨਹੀਂ ਐਵੇਂ ਗੁਰੂ ਗ੍ਰੰਥ ਸਾਹਿਬ ਹੈ ਇਹਦੇ ਵਿੱਚ ਉਹ ਚੀਜ਼ਾਂ ਹੈਗੀਆਂ ਜਿਹੜੀਆਂ ਵਰਲਡ ਦੇ ਕਿਸੇ ਵੀ ਗ੍ਰੰਥ 'ਚ ਕਿਸੇ ਵੀ ਕਿਤਾਬ 'ਚ ਤੁਹਾਨੂੰ ਮਿਲਣਗੀਆਂ ਇਹਦੇ ਵਿੱਚ ਸਾਰੀ ਸ੍ਰਿਸ਼ਟੀ ਸਮਾਈ ਹੋਈ ਹੈ ਕਿਉਂਕਿ ਇਸ ਤੋਂ ਵੱਡਾ ਕਿਤੇ ਸਿਸਟਮ ਹੈ ਨਹੀਂ ਤਾਂ ਸਾਡੇ ਪ੍ਰਚਾਰਕਾਂ ਦਾ ਲਾ ਲਓ ਜਾਂ ਸਾਡੀ SGPC ਦਾ ਲਾ ਲਓ ਵੀ ਅਸੀਂ ਲੋਕਾਂ ਤੱਕ ਪਹੁੰਚਾਉਣ ਦੇ ਵਿੱਚ ਕਾਮਯਾਬ ਨਹੀਂ ਹੋ ਪਾ ਰਹੇ ਇਹਦੇ ਨਾਂ 'ਤੇ ਵੀ ਇੱਕ ਬਹੁਤ ਵੱਡੇ ਵੱਡੇ ਦੁਕਾਨਦਾਰੀਆਂ ਚੱਲੀਆਂ ਉਹ ਤੁਹਾਡੇ ਸਾਹਮਣੇ ਹੈ ਅੱਜ ਧਰਮਾਂ ਦਾ ਬੁਰਾ ਹਾਲ ਕੀਤਾ ਪਿਆ ਕੋਈ ਆਪਦਾ ਡੇਰਾ ਖੋਲ੍ਹੀ ਬੈਠਾ ਕੋਈ ਆਪਦਾ ਸੰਤ ਬਣਿਆ ਬੈਠਾ ਕੋਈ ਆਪਦਾ ਬਾਬਾ ਬਣਿਆ ਬੈਠਾ ਹੁਣ ਇੱਕ ਬਾਹਲੀ ਵੱਡੀ ਸੰਸਥਾ ਹੈ ਬਹੁਤ ਵੱਡੀ ਮੈਂ ਗ੍ਰੇਜ਼ ਨਹੀਂ ਕਰੂੰਗਾ ਦੇਖੋ ਇਸਲਾਮ ਦੇ ਵਿੱਚ ਵੀ ਰੱਬ ਦੇ ਸ਼ਰੀਕ ਦਾ ਬੜਾ ਵੱਡਾ ਵਿਰੋਧ ਕੀਤਾ ਗਿਆ ਤੁਸੀਂ ਅੱਜ ਪੜ੍ਹ ਲਓ ਕੁਰਾਨ ਨੂੰ ਬਹੁਤ ਵੱਡਾ ਮੁਹੰਮਦ ਸਾਹਿਬ ਕਹਿੰਦਾ ਵੀ ਜਿਹੜਾ ਰੱਬ ਦਾ ਸ਼ਰੀਕ ਆ ਉਹਦੇ ਨਾਲ ਤਾਂ ਮੈਂ ਮਤਲਬ ਉਹਨੂੰ ਤਾਂ ਮੈਂ ਮਾਫ਼ ਹੀ ਨਹੀਂ ਕਰ ਸਕਦਾ ਗੁਰੂ ਗ੍ਰੰਥ ਸਾਹਿਬ ਨੇ ਵੀ ਸਾਡੇ ਗੁਰੂਆਂ ਨੇ ਰੱਬ ਦੇ ਸ਼ਰੀਕ ਦਾ ਵਿਰੋਧ ਕੀਤਾ ਰੱਬ ਦਾ ਸ਼ਰੀਕ ਦਾ ਮਤਲਬ ਵੀ ਉਹਦੇ ਬਰਾਬਰ ਦੀ ਗੱਦੀ ਦਾ ਹੁਣ ਤੁਸੀਂ ਇੱਕ ਸੰਸਥਾ ਪੰਜਾਬ ਦੇ ਵਿੱਚ ਹੈ ਉੱਥੇ ਗੁਰੂ ਗ੍ਰੰਥ ਸਾਹਿਬ ਹੁੰਦਾ ਉਹਦੇ 'ਤੇ ਵੀ ਚਾਨਣੀ ਲੱਗੀ ਹੋਈ ਹੈ ਉੱਥੇ ਉਹਨਾਂ ਦਾ ਗੁਰੂ ਹੈ ਉਹਦੇ 'ਤੇ ਵੀ ਚਾਨਣੀ ਲੱਗੀ ਹੋਈ ਹੈ ਉਹਨਾਂ ਦੇ ਗੁਰੂ ਦੇ ਮੱਥਾ ਟਿਕਦਾ ਜ਼ਿਆਦਾ ਹੈ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਘੱਟ ਟਿਕਦਾ ਸਾਹਮਣੇ ਤਖ਼ਤ 'ਤੇ ਉਹ ਸ਼ਰੀਕ ਬਣਦਾ ਬਰਾਬਰ ਸਹਾਰਾ ਗੁਰੂ ਸਾਹਿਬ ਦਾ ਲੈ ਰਿਹਾ ਤੁਸੀਂ ਜੇ ਅੱਜ ਦੇਖੋ ਕਿਸੇ ਉਹ ਸੰਸਥਾ ਜੇ ਕਹਿੰਦੇ ਇਹਨਾਂ ਦੀ ਸੰਸਥਾ ਹੈ ਸੰਸਥਾ ਨਹੀਂ ਉਹ ਪਰ ਗੁਰੂ ਬਹੁਤ ਵੱਡਾ ਹੈ ਉਹ ਉਹਨੇ ਆਪਦੇ ਸਿਸਟਮ ਨਾਲ ਚਲਾ ਲਿਆ ਹੁਣ ਕਈ ਬਾਬੇ ਨਿਕਲ ਕੇ ਉਹ ਆਪਦੇ ਸਿਸਟਮ ਨਾਲ ਚਲਾ ਲਿਆ ਐਕਚੁਅਲੀ ਦੇਖੋ ਦਰਬਾਰ ਸਾਹਿਬ ਜਾਂਦੇ ਆ ਲੋਕ ਮੱਥਾ ਟੇਕਣ ਜਾਂਦੇ ਆ ਲੱਖਾਂ ਦੀ ਗਿਣਤੀ 'ਚ ਜਾਂਦੇ ਆ ਲੱਖਾਂ ਦੀ ਗਿਣਤੀ 'ਚ ਸਿੱਖ ਵੀ ਜਾਂਦਾ ਹੈ ਮੁਸਲਿਮ ਵੀ ਜਾਂਦਾ ਇਸਾਈ ਵੀ ਜਾਂਦਾ ਹੁਣ ਉੱਥੇ ਸਾਰੇ ਉਹ ਮੰਨਤਾਂ ਲੈ ਕੇ ਜਾਂਦੇ ਆ ਨਾ ਸਾਰੇ ਸ਼ੁਕਰਾਨਾ ਕਰਨ ਹੀ ਜਾਂਦੇ ਆ ਨਾ ਸਾਰੇ ਮੰਗਣ ਹੀ ਜਾਂਦੇ ਆ ਨਾ ਉੱਥੋਂ 90% ਲੋਕਾਂ ਦੀਆਂ ਆਸਤਾਂ ਪੂਰੀਆਂ ਹੁੰਦੀਆਂ ਪੂਰੀਆਂ ਹੁੰਦੀਆਂ ਇਹਦੇ ਕਰਕੇ ਜਿਹੜਾ ਮੈਂ ਤੁਹਾਨੂੰ ਦੱਸਦਾ ਵੀ ਮੈਂ ਕਿਵੇਂ ਦਿੰਦਾ ਰਿਹਾ ਮੈਂ ਤਾਂ ਪਹਿਲਾਂ ਤਾਂ ਉਹਨੂੰ ਉਹਦੇ ਧਰਮ ਨਾਲ ਜੋੜਿਆ ਕਈ ਪੰਡਿਤ ਧਰਮ ਤੋਂ ਭੜਕ ਕੇ ਮੁਸਲਮਾਨ ਵਾਲੇ ਪਾਸੇ ਤੁਰੇ ਹੋਏ ਸੀ ਕਈ ਸਿੱਖ ਬਹੁਤੇ ਜ਼ਿਆਦਾ ਧਰਮ ਤੋਂ ਬਾਬਿਆਂ ਦੇ ਮਗਰ ਲੱਗੇ ਹੋਏ ਸੀ ਸਿੱਖ ਸਾਡੇ ਗੁਰਦੁਆਰਿਆਂ ਤੋਂ ਬੱਚੇ ਦੂਰ ਹੋ ਗਏ ਸੀ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਜਾ ਰਹੇ ਸੀ ਉਹਨਾਂ ਨੂੰ ਪਹਿਲਾਂ ਤਾਂ ਕਿਹਾ ਵੀ ਤੁਸੀਂ ਆਪਦੇ ਧਰਮ ਨਾਲ ਜੁੜੋ ਧਰਮ ਨਾਲ ਦੇਖੋ ਵੀ ਤੁਸੀਂ ਆਪਦੇ ਧਰਮ ਦੇ ਜੇ ਬਾਹਮਣ ਹੈ ਬਾਹਮਣ ਨਾਲ ਦੇਖੋ ਬਾਣੀਆਂ ਬਾਣੀਆਂ ਨਾਲ ਰਹੋ ਉੱਥੇ ਧਰਮ ਨਾਲ ਜੋੜਿਆ ਫਿਰ ਉਹਨਾਂ ਦੀ ਪ੍ਰੋਬਲਮ ਸਮਝਿਆ 100 ਦੇ ਵਿੱਚੋਂ 5 ਨੂੰ ਪ੍ਰੋਬਲਮ ਹੁੰਦੀ ਸੀ 95% ਬਗੈਰ ਪ੍ਰੋਬਲਮ ਸੀ 5 ਬੰਦਿਆਂ ਨੂੰ ਪ੍ਰੋਬਲਮ ਵਾਲੇ ਆਉਂਦੇ ਸੀ ਮੇਰੇ ਕੋਲੇ 95 ਮੇਰੇ ਕੋਲੇ ਜੋ 1000 ਬੰਦਾ ਆਉਂਦਾ ਸੀ ਨਾ ਉਹਦੇ 'ਚ 90-50 ਬੰਦੇ ਸੀ ਜਿਹਨੂੰ ਪ੍ਰੋਬਲਮ ਸੀ ਐਕਚੁਅਲੀ ਜਿੱਥੇ ਸਪੋਜ਼ ਕਰੋ ਤੁਹਾਡਾ ਤੁਹਾਨੂੰ ਕੋਈ ਪ੍ਰੋਬਲਮ ਹੈ ਤੁਹਾਨੂੰ ਦਰਦ ਹੋ ਰਿਹਾ ਲਗਾਤਾਰ ਹੋ ਰਿਹਾ ਡਾਕਟਰ ਵੀ ਤੁਹਾਨੂੰ ਜਵਾਬ ਦੇ ਗਏ ਵੀ ਟੈਸਟਾਂ 'ਚ ਕੁਛ ਨਹੀਂ ਆ ਰਿਹਾ ਔਰ ਦਵਾਈ ਵੀ ਨਹੀਂ ਕੰਮ ਕਰ ਰਹੀ ਉੱਥੇ ਦੁਆ ਕੰਮ ਕਰਦੀ ਹੈ ਦੁਆ ਕਰਨੀ ਅਸੀਂ ਉਹ ਦੁਆ ਕਰਨੀ ਵੀ ਇਸ ਤਰੀਕੇ ਨਾਲ ਬਈ ਇਹਨੂੰ ਦੁਆ ਕਰ ਆਹ ਤੇਰਾ ਧਰਮ ਇਹਨੂੰ ਇਸ ਤਰੀਕੇ ਨਾਲ ਮੰਨ ਸਵੇਰੇ ਉੱਠ ਕੇ 9 ਵਜੇ ਉੱਠ ਕੇ ਜੇ ਕੋਈ ਪੰਡਿਤ ਹੈ ਤਾਂ ਉਹਨੂੰ ਇਸ ਤਰੀਕੇ ਨਾਲ ਪਾਠ ਕਰ ਜੇ ਕੋਈ ਸਿੱਖ ਆ ਤਾਂ ਤੂੰ ਸਵੇਰੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਕਰ ਇੱਦੂ ਕੋਈ ਵੱਡੀ ਚੀਜ਼ ਨਹੀਂ ਇਸ ਤਰੀਕੇ ਨਾਲ ਜੋੜਿਆ ਜਿੱਥੇ ਹੱਲ ਸੀ ਉਹਦਾ ਮੈਂ ਉਸ ਇਲਮ ਨਾਲ ਜਾਂ ਜੋ ਮੈਨੂੰ ਤੰਤਰਿਕ ਜਿੰਨੀ ਮੈਂ ਸਿੱਖੀ ਹੈ ਸਿੱਖੀ ਹੋਈ ਸੀ ਉਸ ਤਰੀਕੇ ਨਾਲ ਉਹਦਾ ਹੱਲ ਕੀਤਾ ਔਰ ਸਹੀ ਰਸਤੇ ਪਾਇਆ ਅੱਜ ਤੱਕ ਮਨਿੰਦਰ ਕੋਈ ਵੀ ਬੰਦਾ ਬਾਂਹ ਖੜਾ ਕਰਕੇ ਨਹੀਂ ਕਹਿ ਸਕਦਾ ਕਿਸੇ ਨੇ ਚੋਰੀ ਕਰੀ ਹੋਵੇ ਕਿਸੇ ਨੇ ਠੱਗੀ ਕਰੀ ਹੋਵੇ ਕਿਸੇ ਵੀ ਧੀ ਭੈਣ ਨੂੰ ਕੋਈ ਹੱਥ ਲਾਇਆ ਹੋਵੇ ਪਰ ਜੇ ਮੈਂ ਇਹ ਕਰਦਾ ਰਹਿੰਦਾ ਜੇ ਮੈਂ ਤੰਤਰਿਕ ਵਿੱਦਿਆ ਕਰਦਾ ਰਹਿੰਦਾ ਮੈਂ ਵੀ ਜਨਾਨੀਬਾਜੀ 'ਚ ਫਸ ਜਾਣਾ ਸੀ ਮੈਂ ਵੀ ਪੈਸੇ 'ਚ ਫਸ ਜਾਣਾ ਸੀ ਅਤੇ ਮੈਂ ਵੀ ਜੇਲ੍ਹਾਂ ਦੇ ਅੰਦਰ ਜਾਣਾ ਸੀ ਮੈਨੂੰ ਵੀ ਹੰਕਾਰ ਆਉਣਾ ਸ਼ੁਰੂ ਹੋ ਜਾਣਾ ਸੀ ਕਿਉਂਕਿ ਬੰਦਾ ਧਰਤੀ ਛੱਡ ਜਾਂਦਾ
ਹੁਣ ਮੈਨੂੰ ਇੱਕ ਰਾਜਸਥਾਨ ਦਾ DIG ਆ ਕੇ ਮੇਰੇ ਪੈਰੀਂ ਹੱਥ ਲਾਵੇ ਜਾਂ ਕੋਈ ਮੈਨੂੰ ਕੋਈ IG ਮਿਲੇ ਜਾਂ ਕੋਈ ਮੈਨੂੰ ਮੰਤਰੀ ਮਿਲੇ ਜਾਂ ਕੋਈ ਕੁੜੀ ਮੈਨੂੰ ਮੈਂ ਗਲਤ ਫਸਾਵਾਂ ਜਾਂ ਫਸੇ ਉਹ ਮੈਨੂੰ ਹੋਈਆਂ ਆਉਂਦੀਆਂ ਇਹੋ ਜਿਹੀਆਂ ਆਫਰਾਂ ਫੇਰੀਆਂ ਆਈਆਂ ਕਿ ਬਾਬਾ ਜੀ ਮੈਂ ਤੁਹਾਡੇ ਵਾਸਤੇ ਆਈ ਹਾਂ ਕਿ ਬਾਬਾ ਜੀ ਮੈਂ ਤੁਹਾਡੇ ਨਾਲ ਹੀ ਰਹਿਣਾ ਚਾਹੁੰਦੀ ਹਾਂ ਬਸ ਇਸ ਤੋਂ ਬਿਹਤਰ ਇਹ ਸੀ ਕਿ ਦੂਜਾ ਮੈਨੂੰ ਡਰ ਇਹ ਮਰ ਗਿਆ ਵੀ ਜੇ ਤੂੰ ਇਹ ਕੰਮ ਕਰਨਾ ਹੈ ਤਾਂ ਜੇ ਪੈਸਾ ਨਹੀਂ ਕਮਾਉਣਾ ਤਾਂ ਤੇਰਾ ਵੰਸ਼ ਖਤਮ ਹੋ ਜੂਗਾ ਇਹ ਕੰਮ ਬਹੁਤ ਵੱਡਾ ਫਕੀਰੀ ਦਾ ਕੰਮ ਹੈ ਬਹੁਤ ਵੱਡੀ ਫਕੀਰੀ ਫਕੀਰੀ ਹੈ ਫਕੀਰੀ ਦੇ ਨਾਂ ਤੇ ਅੱਜ ਕੋਈ ਕਰਨ ਨੂੰ ਤਿਆਰ ਨਹੀਂ ਫਕੀਰੀ ਕੌਣ ਕਰਦਾ ਹੈ ਦੁਕਾਨਦਾਰੀ ਜੇ ਦੁਕਾਨਦਾਰੀ ਚਲਾਉਣੀ ਹੈ ਤਾਂ ਫਿਰ ਤੁਹਾਨੂੰ ਫਸਣਾ ਪੈਣਾ ਆਹ ਚੱਕਰ ਸੀ ਉਹਦੇ ਕਰਕੇ ਅਸੀਂ ਉਹਨਾਂ ਲੋਕਾਂ ਨੂੰ ਰਸਤੇ ਪਾਇਆ ਹੁਣ ਜੇ ਕਈਆਂ ਦੇ ਪੁੱਤ ਨਹੀਂ ਹੁੰਦੇ ਸੀ ਹੁਣ ਜੋ ਸਿੱਖ ਧਰਮ ਨਾਲ ਜੁੜਿਆ ਵੀ ਤੇਰੇ ਪੁੱਤ ਕਿਉਂ ਨਹੀਂ ਹੁੰਦਾ ਉਹ ਦੇਖੋ ਜੀ ਮੈਂ ਗੁਰਦੁਆਰੇ ਉਹਨੇ ਨਹੀਂ ਜਾਣਾ ਪਾਠ ਉਹਨੇ ਨਹੀਂ ਕਰਨਾ ਬਾਣੀ 'ਤੇ ਭਰੋਸਾ ਉਹਨੇ ਨਹੀਂ ਰੱਖਣਾ ਨਿਤਨੇਮ ਉਹਨੇ ਨਹੀਂ ਕਰਨਾ ਜੇ ਤੁਸੀਂ ਨਾ ਗੁਰੂ ਗ੍ਰੰਥ ਸਾਹਿਬ ਅੱਗੇ ਹੀ ਪੂਰੇ ਪੂਰਨ ਵਿਸ਼ਵਾਸ ਨਾਲ ਜਾਂ ਤੁਹਾਨੂੰ ਉਹਦੀ ਪੂਰੀ ਪੜ੍ਹ ਕੇ ਤੁਹਾਡੀ ਵਿਆਖਿਆ ਕਰਦੇ ਤਾਂ ਕਾਸੀ ਦੀ ਤੋਟ ਹੀ ਅੰਮ੍ਰਿਤ ਵੇਲੇ ਉੱਠਣਾ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿਤ ਇੱਕ ਵੜੇਂਦੀ ਯਾਰ ਜੇ ਇੱਕ ਸਹਿਬਾਂ ਆਵੇ ਚਿੱਤ ਕਰਨ ਵਾਲਾ ਤਾਂ ਬਣੇ ਨਾ ਕੋਈ ਕਿ ਸਿਸਟਮ ਇਹਦੇ ਕਰਕੇ ਉਲਝ ਗਿਆ ਲੋਕ ਇਹ ਧਰਮ ਤੋਂ ਜਾਂਦਿਆਂ ਜਾਂਦਿਆਂ ਨਾ ਡੇਰਿਆਂ ਵੱਲ ਵੱਧ ਗਏ ਡੇਰੇ ਵੀ ਨਾ ਕੁਛ ਹੋਰ ਦੇਣਾ ਡੇਰਿਆਂ ਨੇ ਵਿਖਾਵਾ ਕੁਛ ਹੋਰ ਕਰਿਆ ਅੰਦਰ ਤਾਂਤਰਿਕ ਵਿੱਦਿਆ ਹੀ ਪੈਦਾ ਕਰੀ ਅੰਦਰ ਉਹਨਾਂ ਨੇ ਤਾਂਤਰਿਕ ਵਿੱਦਿਆ ਤੁਸੀਂ ਆਸ਼ੂਤੋਸ ਦਾ ਡੇਰਾ ਲੈ ਲਓ ਤੁਸੀਂ ਆਸ਼ਾ ਰਾਮ ਦਾ ਲੈ ਲਓ ਤੁਸੀਂ ਬਾਬੇ ਰਾਮ ਰਹੀਮ ਦਾ ਲੈ ਲਓ ਹੋਰ ਲੱਖਾਂ ਡੇਰੇ ਆ ਉਹਨਾਂ ਨੇ ਅੰਦਰ ਤਾਂਤਰਿਕ ਵਿੱਦਿਆ ਹੀ ਪੈਦਾ ਕਰੀ ਬਾਹਰ ਉਹਨਾਂ ਨੇ ਉਪਦੇਸ਼ ਦਿੱਤੇ ਅੰਦਰ ਭੂਤ ਵਿੱਦਿਆ ਦੇ ਨਾਂ 'ਤੇ ਲੋਕਾਂ ਨੂੰ ਨਾਲ ਲਾਇਆ ਔਰ ਖੁੱਲ੍ਹਾਂ ਸ਼ਾਰੀਆਂ ਦੇਤੀਆਂ ਦਾਰੂ ਪੀਣੀ ਉਹ ਵੀ ਛੂਟ ਹੈ ਜਿਹੜਾ ਕੁਛ ਕਰਨਾ ਉਹ ਵੀ ਛੂਟ ਹੈ ਜੋ ਕਿਵੇਂ ਕਰਨ ਇਹਦੇ ਕਰਕੇ ਲੋਕ ਉੱਧਰ ਜੁੜਨਾ ਸ਼ੁਰੂ ਹੋ ਗਏ ਲੋਕ ਟੁੱਟਣੇ ਸ਼ੁਰੂ ਹੋ ਗਏ ਨਹੀਂ ਸਿੱਖ ਖਾਲਸੇ ਦੇ ਰਾਜ ਵਿੱਚ ਤਾਂ ਇਹਨੇ ਪੈਦਾ ਹੋ ਜਾਣਾ ਵੀ ਬਹੁਤ ਵੱਡੀ ਗੱਲ ਹੈ ਪੈਦਾ ਹੋ ਜਾਣਾ ਵੱਡੀ ਗੱਲ ਜਿਹੜੇ ਤਵੀਤ ਲਿਖ ਕੇ ਦਿੰਦੇ ਤਵੀਤ ਡੋਲੇ ਨਾਲ ਬੰਨ ਲਓ ਹਾਂ ਇਹਦੇ ਗੱਲ 'ਚ ਪਾਲੋ ਉਹ ਕੀ ਚੀਜ਼ ਹੁੰਦੀ ਹੈ ਤਾਂਤਰਿਕ ਵਿੱਦਿਆ ਦਾ ਹਿੱਸਾ ਨਹੀਂ ਹੈਗੀ ਅੱਛਾ ਹਾਂ ਉਹ ਜੰਤਰ ਵਿੱਦਿਆ ਦਾ ਹਿੱਸਾ ਹੈ ਅੱਛਾ ਹਾਂ ਉਹ ਮੰਤਰ ਵਿੱਦਿਆ ਕਹਿ ਲਈਏ ਜਿਹਨੂੰ ਜੰਤਰ ਮੰਤਰ ਤੰਤਰ ਤਿੰਨ ਨੇ ਹਾਂ ਉਹ ਜੋਤਸੀ ਲਿਖ ਕੇ ਦਿੰਦੇ ਜਾਂ ਪੰਡਿਤ ਲਿਖ ਕੇ ਦਿੰਦੇ ਆ ਪੰਡਿਤ ਨੇ ਲਿਖ ਕੇ ਦਿੱਤੇ ਵੀ ਲਿਖ ਦਿੰਦੇ ਹਾਂ ਕੋਈ ਵੀ ਲਿਖ ਕੇ ਕੋਈ ਹੁਣ ਚੇਲੇ ਵੀ ਲਿਖਣ ਲੱਗ ਗਏ ਉਹ ਸਭ ਫਰਾਡਬਾਜੀ ਹੈ ਕੋਈ ਤਵੀਤ ਨੇ ਕੋਈ ਜੇ ਧਾਗਾ ਵੀ ਉਹਦੇ ਲਈ ਨਾ ਜੇ ਤੁਸੀਂ ਇੱਕ ਧਾਗਾ ਬਣਾਉਣਾ ਹੈ ਉਹਦੇ ਲਈ ਵੀ ਧਾਗਾ ਬਣਾਉਣ ਵਾਸਤੇ ਪਹਿਲਾਂ ਤੁਹਾਨੂੰ ਸਾਲ ਜੂਝਣਾ ਪੈਣਾ ਉਹ ਧਾਗੇ ਨੂੰ ਤਿਆਰ ਕਰਨ ਵਾਸਤੇ ਇਲਮ ਪੜ੍ਹਨ ਵਾਸਤੇ ਕਾਲਾ ਇਲਮ ਕਦੇ ਸੋਚੋ ਪੜ੍ਹ ਕੇ ਦੇਖਿਓ ਤੁਸੀਂ ਜਾਂ ਕਦੇ ਆਪਾਂ ਬਿਨਾਂ ਲਾਈਵ ਤੋਂ ਤੁਹਾਨੂੰ ਸਮਝਾਈਏ ਲੱਗੂ ਪੂਰਾ ਦਿਨ ਵੀ ਕੀ ਹੈ ਇਹ ਕਿੱਥੋਂ ਪੈਦਾ ਹੋਇਆ ਕੀ ਕਰਨਾ ਤੁਸੀਂ ਅਘੋਰੀ ਕੱਢ ਕੇ ਦੇਖ ਲਓ ਅਘੋਰੀ ਜੇ ਕਿਸੇ ਸਿਰ ਤੇ ਹੱਥ ਧਰਦੇ ਨਾ ਵੀ ਤੈਨੂੰ ਆਹ ਸਿਰ ਤੇ ਆਸ਼ੀਰਵਾਦ ਹੀ ਦੇ ਘੋਰੀ ਬਾਬਾ ਤਾਂ ਐਂ ਸਮਝ ਲਓ ਵੀ ਤੁਸੀਂ ਕਿਹੜਾ ਪ੍ਰਾਈਮ ਮਿਨਿਸਟਰ ਅਮਰੀਕਾ ਦੇ ਰਾਸ਼ਟਰਪਤੀ ਤੱਕ ਬਣਾ ਦੇ ਐਡੀ ਵੱਡੀ ਪਾਵਰ ਦੇ ਫੁੱਲ ਨੂੰ ਘੋਰੀ ਪਰ ਜਦੋਂ ਮੈਂ ਦਿੱਲੀ ਘੋਰੀ ਪਿਛਲੇ ਦਿਨ ਇੱਕ ਕੋਈ ਫੜਿਆ ਗਿਆ ਬਹੁਤ ਵੱਡਾ ਤਾਂਤਰਿਕ ਮੁਰਦਾ ਘਰ 'ਚ ਜਦੋਂ ਮੈਂ ਉੱਥੇ ਗਿਆ ਸਾਰਾ ਪਤਾ ਕੀਤਾ ਮੈਨੂੰ ਵੀ ਉਹ ਕਹਿੰਦੇ ਜੀ ਤਾਂ ਘੋਰੀ ਨਕਲੀ ਹੈ ਤੁਸੀਂ ਕੁੰਭ ਦੇ ਮੇਲੇ ਤੇ ਦੇਖੋ ਤੁਹਾਨੂੰ ਲੱਖਾਂ ਦੀ ਗਿਣਤੀ 'ਚ ਘੋਰੀ ਮਿਲ ਜਾਣਗੇ ਪਰ ਤੁਹਾਨੂੰ ਦਿਨੇ ਭਾਲਿਆ ਵੀ ਨਹੀਂ ਤੇ ਆਊਗਾ ਕੋਈ ਉਹ ਦੁਨੀਆਂ ਤੋਂ ਹਟ ਕੇ ਨੇ ਉਹਨਾਂ ਦਾ ਖਾਣਾ ਪੀਣਾ ਮੁਰਦੇ ਹੈ ਰਹਿਣਾ ਮੁਰਦਿਆਂ ਨਾਲ ਹੈ ਸੌਣਾ ਮੁਰਦਿਆਂ ਨਾਲ ਹੈ ਉਹਨਾਂ ਨੇ ਕੋਈ ਗੰਦ ਪਿੱਲ ਵੀ ਖਾਣ ਤੋਂ ਗਰੇਜ਼ ਨਹੀਂ ਕਰਨਾ ਉਹਨਾਂ ਨੇ ਸਵਾਹ ਮੁਰਦਿਆਂ ਦੀ ਸਾਰੀ ਆਪਦੇ ਉੱਪਰ ਲਾਉਣੀ ਹੈ ਉਹਨਾਂ ਨੇ ਸ਼ਮਸ਼ਾਨ ਘਾਟਾਂ ਨਾਲ ਰਹਿਣਾ ਹੈ ਬਨਾਰਸ ਤੋਂ ਸ਼ੁਰੂ ਹੋਇਆ ਘੋਰੀ ਤੰਤਰਕ ਬਹੁਤ ਵੱਡਾ ਜੰਗਲਾਂ 'ਚ ਰਹਿਣਾ ਜੇ ਕੋਈ ਇਕੱਲੀ ਗਾਂ ਦਾ ਮੀਟ ਨਹੀਂ ਖਾਂਦੇ ਉਹ ਬਾਕੀ ਮੀਟ ਹੀ ਨਹੀਂ ਛੱਡਦੇ ਕੋਈ ਉਹ ਜੇ ਮੁਰਦਾ ਉਹਨਾਂ ਨੂੰ ਫਸ ਗਿਆ ਉਹਨਾਂ ਦੇ ਗਲ ਦੇ ਵਿੱਚ ਤੁਸੀਂ ਦੇਖ ਲਿਓ ਹਮੇਸ਼ਾ ਉਹ ਪਾਈ ਹੁੰਦੀ ਹੈਗੀ ਕੀ ਬੋਲਦੇ ਹੈਗੇ ਆਪਣਾ ਖੋਪੜੀ ਜਾਂ ਇੱਦਾਂ ਦੇ ਕੋਈ ਉਹ ਚੀਜ਼ੇ ਪਾਏ ਹੁੰਦੇ ਆ ਉਹ ਦੁਨੀਆਂ ਤੋਂ ਹਟ ਕੇ ਨੇ ਜਾਂ ਉਹ ਭੰਗ ਦੇ ਮਸਤੇ 'ਚ ਰਹਿੰਦੇ ਉਹ ਹਟ ਕੇ ਰਹੇ ਕਿਹੜਾ ਮੈਨੂੰ ਵੀ ਕਾਰ ਚਾਹੀਦੀ ਹੈ ਮੈਨੂੰ ਫਾਰਚੂਨਰ ਬੁਰੀ ਲੱਗਦੀ ਹੈ ਮਰਸਲੀ ਚਾਹੀਦੀ ਹੈ ਮਰਸਲੀ ਬੁਰੀ ਲੱਗਦੀ ਸਾਲਾ ਜਹਾਜ਼ ਚਾਹੀਦਾ ਇਹਦੇ ਕਰਕੇ ਏਸੀ ਚਾਹੀਦਾ ਚੰਗਾ ਪੈਸਾ ਚਾਹੀਦਾ ਚੰਗਾ ਰਹਿਣ ਸਹਿਣ ਚਾਹੀਦਾ ਚੰਗੀਆਂ ਸਕੋਚਾਂ ਚਾਹੀਦੀਆਂ ਆਹ ਪ੍ਰੋਬਲਮ ਆ ਗਈ ਹਟੇ ਕੌਣ ਤਪ ਕੌਣ ਕਰੇ ਕੋਈ ਕਰਦਾ ਹੀ ਨਹੀਂ ਤਪ ਦੀ ਖੇਡ ਹੈ ਤਪ ਕਰਕੇ ਦੇਖੇ ਨਾ ਕੋਈ ਹੁਣ ਤਾਂ ਅੱਜ ਕੱਲ੍ਹ ਤਾਂ ਤੁਸੀਂ ਐਡਵਰਟਾਈਜ਼ਮੈਂਟਾਂ 'ਚ ਆਉਣ ਲੱਗ ਗਏ ਬਾਬੇ ਆਉਂਦੇ ਆ ਕਹਿੰਦੇ ਆ ਘਰੇ ਕਲੇਸ਼ ਹੋਵੇ ਮੁੱਠ ਕਰਨੀ ਵਸ਼ੀਕਰਨ ਮਨਚਾਹਾ ਪਿਆਰ ਬਾਹਰ ਜਾਣਾ ਜੀ ਤੁਸੀਂ ਕਿੱਥੇ ਹਨਾ ਉਹ ਲੋਕ ਦੁਖੀ ਇੰਨੇ ਆ ਲੋਕਾਂ ਨੂੰ ਦੇਖੋ ਇੱਕੋ ਹੀ ਚੀਜ਼ ਇਸ ਚੀਜ਼ 'ਚ ਬਚਾ ਸਕਦੀ ਹੈ ਉਹਦਾ ਧਰਮ ਕਿਸੇ ਵੀ ਧਰਮ ਨਾਲ ਹੈ ਉਹਦਾ ਧਰਮ ਹੀ ਇਸ ਚੀਜ਼ ਨੂੰ ਜੇ ਬੁੱਧ ਧਰਮ ਇੱਥੇ ਚੜ੍ਹਿਆ ਸੀ ਕਿਸੇ ਟਾਈਮ ਦੇ ਵਿੱਚ ਪਿੱਛੇ ਝਾਤੀ ਮਾਰੀਏ ਬੁੱਧ ਧਰਮ ਦੇ ਵਿੱਚ ਰਮਾਨੁਜ ਬਾਬਾ ਜੀ ਹੋਏ ਨੇ ਸੰਤ ਹੋਏ ਨੇ ਜਿਹੜੇ ਰਵਿਦਾਸ ਜੀ ਦੇ ਗੁਰੂ ਸੀ ਉਹਨਾਂ ਨੇ ਠੱਲ ਪਾਈ ਨਹੀਂ ਬੁੱਧ ਧਰਮ ਹੀ ਛਾ ਗਿਆ ਸੀ ਹਿੰਦੁਸਤਾਨ 'ਤੇ ਜੇ ਸਾਡੇ ਧਾਰਮਿਕ ਪ੍ਰਚਾਰਕ ਇਕੱਠੇ ਹੋ ਕੇ ਜਾਂ ਸਾਡਾ ਸਿਸਟਮ ਹੁਣ ਇੱਕ ਤਾਂ ਸਾ ਦੇਖੋ ਮੈਂ ਤੁਹਾਨੂੰ ਦੱਸਦਾ ਵੀ ਇੱਕ ਪਾਣੀ ਦੇ ਰੰਗ ਹੁੰਦੇ ਹੈ ਪਾਣੀ ਆਪਦੇ ਰੰਗ ਬਦਲਦਾ ਇਹ ਸਾਇੰਸ ਤੋਂ ਪੁੱਛ ਲਿਓ ਫਰਾਂਸ ਦੀ ਯੂਨੀਵਰਸਿਟੀ ਨੇ ਵੀ ਇਹ ਗੱਲ ਕਹੀ ਸੀ ਜਿਹੜੀ ਪਾਣੀ ਆ ਨਾ
ਪਾਣੀ ਦੇ ਵੀ ਰੰਗ ਹੁੰਦੇ ਆ, ਪਾਣੀ ਵੀ ਆਪਦੀ ਕਲਾ ਛੱਡਦਾ ਹੈ, ਪਾਣੀ ਵੀ ਇੱਕ ਤਰ੍ਹਾਂ ਜਿਉਂਦਾ ਹੈ, ਸਾਹ ਲੈਂਦਾ ਹੈ। ਹੁਣ ਜਿਹੜਾ ਜਿੱਥੇ ਦਰਬਾਰ ਸਾਹਿਬ ਹੈ ਉੱਥੋਂ ਦਾ ਸਰੋਵਰ ਸਾਹਿਬ ਹੈ ਜੀ, ਉੱਥੇ 24 ਘੰਟੇ ਗੁਰਬਾਣੀ ਦਾ ਪ੍ਰਵਾਹ ਚੱਲਦਾ ਹੈ, ਗੁਰਬਾਣੀ ਦਾ 24 ਘੰਟੇ ਜੀ, ਹਰ ਟਾਈਮ ਗੁਰਬਾਣੀ ਦਾ। ਉਹ ਪਿੱਛੇ ਜੇ ਜਰਮਨ ਤੋਂ ਵੀ ਲਿਖਿਆ ਗਿਆ ਸੀ ਵੀ ਜਿੱਥੇ ਹਰ ਟਾਈਮ ਹੀ ਪਾਣੀ 'ਤੇ ਪ੍ਰਵਾਹ ਚੱਲਦਾ ਹੋਵੇ। ਹੁਣ ਜੇ ਉੱਥੋਂ ਦੇ ਪਾਣੀ ਨੂੰ ਕਿਸੇ ਨੂੰ ਪਿਆ ਦਿੱਤਾ ਜਾਵੇ, ਜੇ ਉਹ ਪਾਣੀ ਕਿਸੇ ਨੂੰ ਦਿੱਤਾ ਜਾਵੇ, ਜੇ ਉਹ ਪਾਣੀ ਦੀ ਸ਼ਰਧਾ ਰੱਖੀ ਜਾਵੇ, ਤਾਂ ਉਹ ਆਟੋਮੈਟਿਕ ਸਾਇੰਸ ਦੇ ਤਰੀਕੇ ਨਾਲ ਹੀ ਬੜੀਆਂ ਤੁਹਾਡੇ ਸਰੀਰ ਨੂੰ ਫਾਇਦੇਮੰਦ ਹੈ। ਪਰ ਸਾਡੇ ਵਾਲੇ ਕਹਿ ਦੇਣਗੇ ਨਹੀਂ ਜੀ, ਤਾਂ ਅੰਧ ਵਿਸ਼ਵਾਸ ਹੈ ਇਹ, ਤਾਂ ਜੀ ਦੂਜੇ ਕਹਿ ਦੇਣਗੇ ਨਾ, ਕਈ ਵੀ ਜਾਂਦਾ ਇੱਕ ਬਾਬਾ ਵੀ ਉੱਥੇ ਜੀ ਉੱਥੇ ਤਾਂ ਕੁਛ ਵੀ ਹੈ ਨਹੀਂ, ਉਹ ਤਾਂ ਮਤਲਬ ਇਮਾਰਤਾਂ ਹੈਗੀਆਂ ਨਹੀਂ। ਜਿਹੜੀ ਹਰ ਟਾਈਮ ਹੀ ਤੁਸੀਂ ਧੰਨੇ ਭਗਤ ਨੇ ਤਾਂ ਪੱਥਰ ਬਣਾ ਲਿਆ ਸੀ, ਦਰਬਾਰ ਸਾਹਿਬ 'ਚ ਹਰ ਟਾਈਮ ਹੀ ਚੱਲਦਾ ਨਾ ਪਾਣੀ ਦੇ ਉੱਤੇ, ਉੱਥੇ ਪਾਣੀ ਕਿੱਡਾ ਦਰਬਾਰ ਸਾਹਿਬ ਹੈ। ਇਹਦੇ ਕਰਕੇ ਸਿਸਟਮ ਦੇ ਸਾਡਾ ਲੋਕਾਂ ਨੂੰ ਬਚਾਉਣਾ ਹੈ ਜਾਂ ਲੋਕਾਂ ਨੂੰ ਭੜਕਣ ਤੋਂ ਬਚਾਉਣਾ, ਇੱਕੋ ਹੀ ਸਿਸਟਮ ਬਚਾ ਸਕਦਾ, ਉਹ ਸਾਡੇ ਧਾਰਮਿਕ ਪ੍ਰਚਾਰਕ ਜਿਹੜੇ ਜਮਾਂ ਐਨ ਅੰਦਰਲੇ ਹਿਰਦੋ ਨਾਲੋਂ, ਜਿਹਦੇ 'ਚ ਸਵਾਰਥ ਕੋਈ ਨਾ ਹੋਵੇ। ਜਿੱਥੇ ਮੇਰਾ ਸਵਾਰਥ ਸੁਫਿਆ ਨਾ, ਉੱਥੇ ਨਹੀਂ, ਉੱਥੇ ਨਹੀਂ, ਉੱਥੇ ਜਿਹਦੇ 'ਚ ਸਵਾਰਥ ਕੋਈ ਨਾ ਹੋਵੇ। ਅੱਜ ਹਰੇਕ ਬਾਬੇ ਦਾ ਸਵਾਰਥ ਸਿਫਿਆ ਪਿਆ, ਹਰੇਕ ਰਾਜਨੀਤਿਕ ਦਾ ਸਵਾਰਥ ਸਿਫਿਆ ਪਿਆ। ਕਿਸੇ ਨੂੰ ਦੇਖ ਲਓ, ਅਕਾਲ ਤਖ਼ਤ ਦੇ ਜਥੇਦਾਰਾਂ 'ਤੇ ਕਿੱਡੇ ਕਿੱਡੇ ਇਲਜ਼ਾਮ ਲੱਗੀ ਜਾਂਦੇ ਆ, ਵੀ ਸਾਡੇ ਵਾਸਤੇ ਸਰਬ ਉੱਚਾ ਬਹੁਤ ਵੱਡਾ, ਐਡੂ ਵੱਡੀ ਤਾਂ ਕੋਈ ਹੋ ਹੀ ਨਹੀਂ ਸਕਦੀ। ਜਦੋਂ ਅਸੀਂ ਕਿਤੇ ਕੋਈ ਇੱਕ ਵੀ ਪ੍ਰਚਾਰਕ, ਸਾਡੇ ਗੁਰੂਆਂ ਨੂੰ ਤੁਸੀਂ ਦੇਖ ਲਓ, ਬਾਬੇ ਨਾਨਕ ਤੋਂ ਸ਼ੁਰੂ ਹੋ ਜਾਂਦਾ 10ਵੇਂ ਪਾਤਸ਼ਾਹ ਤੱਕ, ਇੱਕ ਵੀ ਗੁਰੂ ਨੇ ਕਦੇ ਕਰਾਮਾਤ ਨਹੀਂ ਦਿਖਾਈ, ਇੱਕ ਵੀ ਗੁਰੂ ਨੇ। ਅਸੀਂ ਕਹਿ ਦਿੰਦੇ ਹਾਂ ਵੀ ਦੇਖੋ ਜੀ ਪਖੰਡਵਾਦ ਦੇ ਉਲਟਾਂ, ਅਸੀਂ ਧਾਗੇ ਦੇ ਬੀਤਾਂ ਦੇ ਉਲਟਾਂ, ਅਸੀਂ ਇਸ, ਮੈਂ ਮੰਨਦਾ ਵੀ ਉਲਟਾ, ਪਰ ਕੱਢੋ ਨਾ ਲੋਕਾਂ ਨੂੰ, ਕੱਢਣ ਵਾਸਤੇ ਜ਼ਰੂਰਤ ਹੈ ਨਾ, ਜੇ ਉਹਨਾਂ ਨੂੰ ਕੱਢਿਆ ਧੱਕੇ ਨਾਲ ਤਾਂ ਜਾਣਾ ਨਹੀਂ, ਉਹਨੂੰ ਸਿਸਟਮ ਨਾਲ ਕੱਢਿਆ ਜਾਣਾ। ਜੇ ਕੋਈ ਕੱਢਣ ਵਾਲਾ ਆਉਂਦਾ ਵੀ ਇਹ ਪ੍ਰਚਾਰਕ, ਉਹ ਤਾਂ ਦੂਜਾ ਲੱਤਾ ਖਿੱਚ ਲੈਂਦਾ ਵੀ ਨਹੀਂ ਇਹ ਸਹੀ ਨਹੀਂ ਹੈਗਾ ਜੀ, ਇਹ ਤਾਂ ਇੱਦਾਂ ਕਰਕੇ ਸਿਸਟਮ ਹੈਗਾ। ਹੁਣ ਵਿਸ਼ਵਾਸ ਕਿੱਥੇ ਕਰੂ? ਗੁਰੂ ਸਾਹਿਬ ਖੁਦ ਹੀ ਚੋਰੀ ਕਰਾਤੇ ਇਹਨਾਂ ਨੇ 128 ਹਜੇ ਤੱਕ ਨਹੀਂ ਧਿਆਏ, ਕਿੱਡੇ ਕਿੱਡੇ ਧਰਨੇ ਲੱਗੇ ਪਏ ਉਹਦੇ ਪਿੱਛੇ, ਕਿੱਥੇ ਗੁਰੂ ਸਾਹਿਬ ਫੜਵਾਏ ਗਏ, ਕਿੱਥੇ ਬੇਅਬਦੀਆਂ ਕਰਾਈਆਂ ਗਈਆਂ। ਇਹ ਸਿਸਟਮ ਬਹੁਤ, ਜਿੱਥੇ ਬੇਅਬਦੀਆਂ ਹੋਣ ਲੱਗ ਗਈਆਂ ਉੱਥੇ ਪ੍ਰਚਾਰ ਕਿਸੇ ਨੇ ਕੀ ਕਰਨਾ? ਬਹੁਤ ਵੱਡੀ ਗੱਲ ਹੈ, ਵੱਡੀ ਗੱਲ ਹੈ। ਆ ਜਿਹੜੇ ਤੁਸੀਂ ਕਹਿੰਦੇ ਹੋ ਵੀ ਆਹ ਕਹਿੰਦੇ ਜੀ ਬਸ਼ੀਕਰਨ ਕਰਾ ਲਓ ਜਾਂ ਤੁਸੀਂ ਸਿਸਟਮ ਨੂੰ ਕਰਾ ਲਓ, ਇਹ ਸਭ ਐਵੇਂ ਦੁਕਾਨਦਾਰੀਆਂ ਚੱਲੀਆਂ ਹੋਈਆਂ। ਇਹਨਾਂ ਨੂੰ ਤੁਸੀਂ ਜਾ ਕੇ ਕਹਿ ਦਿਓਗੇ ਵੀ ਬਾਬਾ ਜੀ ਮੇਰਾ ਵਿਆਹ ਨਹੀਂ ਹੁੰਦਾ, ਭਾਵੇਂ ਤੁਹਾਡੇ 3 ਮੁੰਡੇ ਹੈ, ਇਹ ਕਹਿ ਦੇਣਗੇ ਤੁਹਾਡਾ 6 ਮਹੀਨਿਆਂ 'ਚ ਵਿਆਹ ਹੋ ਜੂਗਾ। ਜੇ ਤੁਸੀਂ ਕਹਿ ਦਿਓ ਜੀ ਮੈਂ ਬਿਲਕੁਲ ਬਾਬਾ ਜੀ ਮੇਰੇ ਤਾਂ ਘਰ ਵਾਲੀ ਨਾਲ ਤਲਾਕ ਹੋ ਗਿਆ, ਮੈਂ ਕਿਵੇਂ ਕਰਾਂ, ਭਾਵੇਂ ਤੁਹਾਡੇ ਨਾਲ ਰਹਿੰਦੀ ਹੈ, ਕਹਿ ਦੂਗਾ ਠੀਕ ਹੈ ਜੀ ਮੈਂ ਤੁਹਾਡੇ ਨਾਲ ਇਕੱਠੀ ਕਰ ਦਿੰਦਾ। ਇਹ ਸਭ ਐਵੇਂ ਗੱਲਾਂ, ਲੋਕ ਫਸ ਜਾਂਦੇ ਆ, ਬਥੇਰੇ ਫਸਦੇ, ਐਡਵੋਕਟ ਅੱਜ ਦਿਨ ਮੰਡ ਰਹਿੰਦੀ ਹੈ ਦਿਨ ਰਾਤ, ਬੰਗਾਲੀ ਬਾਬਾ, ਤਾਂਤਰਿਕ ਬਾਬਾ, ਫਲਾਣਾ ਬਾਬਾ, ਇਹ ਇੱਕ ਧੰਦਾ ਹੈ, ਟੋਟਲੀ ਰੋਂਗ ਧੰਦਾ ਹੈ, ਜਿਹਨੂੰ ਨੱਥ ਕਾਫੀ ਤੱਕ ਪ੍ਰਸ਼ਾਸਨ ਪਾ ਵੀ ਰਿਹਾ, ਪਾਖੀ ਸਿੱਖ ਜਥੇਬੰਦੀਆਂ ਵੀ ਪਾ ਰਹੀਆਂ, ਕਾਫੀ ਲੋਕ ਤਰਕਸ਼ੀਲ ਵਾਲੇ ਨਾ ਹੁੰਦੇ ਤਾਂ ਜਮੀ ਲੁੱਟ ਕੇ ਖਾ ਜਾਂਦੇ, ਇਹਨਾਂ ਤੋਂ ਡਰਦੇ ਨੇ ਇਹ, ਇਹਨਾਂ ਨੇ ਇਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਨੱਥ ਪਾਈ ਹੋਈ ਹੈ, ਬਹੁਤ ਭੈੜੀ ਤਰ੍ਹਾਂ। ਤੁਸੀਂ ਪਿੰਡ ਪਿੰਡ 'ਚ ਅੱਜ ਵੀ 4-5 ਤੁਹਾਨੂੰ ਬਾਬੇ ਚੇਲੇ ਮਿਲ ਜਾਣਗੇ 5 ਪਿੰਡ 'ਚ, ਪਰ ਜੇ ਤੁਸੀਂ ਉਹਦੇ ਤੁਸੀਂ ਇੱਕ ਵੀ ਸਵਾਲ ਪੁੱਛ ਲਓ, ਖੜਨੇ ਨਹੀਂ ਤੁਹਾਡੇ ਮੂਹਰੇ, ਪਾਰ ਜਾਣਗੇ। ਇਹ ਸਿਸਟਮ ਹੈ, ਲੋਕ ਪੁੱਛਣ ਵੀ ਨਹੀਂ ਹੁੰਦੇ, ਹੈ ਨਾ? ਨਾ ਜੀ ਨਾ, ਪਾਰ ਜਾਣਗੇ ਇੱਕ ਮਿੰਟ 'ਚ, ਖੜਨ ਉਹਨਾਂ ਕੋਲ ਹੈ ਕੀ ਦੱਸਣ। ਇਹਦਾ ਮਤਲਬ ਇੱਕ ਤਾਂ ਮੰਨਣਾ ਹੀ ਪਊਗਾ ਨਾ, ਵੀ ਜਿਵੇਂ ਹੁਣ ਲੋਕਾਂ ਦੇ ਵਿੱਚ ਹਲੇ ਵੀ ਜਿਹੜੀ ਜਾਗਰੂਕਤਾ ਦੀ ਕਮੀ ਹੈ, ਜਿਹੜਾ ਇਹਨਾਂ ਚੀਜ਼ਾਂ ਮਗਰ ਲੱਗ ਜਾਂਦੇ ਆ, ਇਹਨਾਂ ਚੀਜ਼ਾਂ ਮਗਰ ਜਾਗਰੂਕਤਾ ਦੀ ਕਮੀ ਕੀ ਆਖਿਆ, ਬਾਹਲੀ ਵੱਡੀ ਕਮੀ ਹੈ। ਟੈਕਨੋਲੋਜੀ ਜ਼ਰੂਰ ਆ ਗਈ, ਸਾਇੰਸ ਯੁੱਗ ਜ਼ਰੂਰ ਆ ਗਿਆ, ਸਾਇੰਸ ਯੁੱਗ ਦਾ ਮੈਂ ਕਹਿੰਦਾ ਵੀ ਹੁਣ ਆਏ ਬਾਹਰ ਬੈਠੇ ਬਾਬਾ ਜੀ ਮੁੰਡੇ ਦਾ ਜੀ ਨਹੀਂ ਲੱਗਦਾ, ਥੋੜ੍ਹਾ ਪਾ ਦਿਓ, ਇਹ ਹੁਣ ਵੀ ਇਹ ਸਾਇੰਸ ਯੁੱਗ ਹੋਰ ਆ ਗਿਆ। ਲੇਕਿਨ ਜੇ ਕੋਈ ਕਹੇ ਵੀ ਜਾਗਰਤਾ ਦੀ ਕਮੀ, ਜਾਗਰਤਾ ਦੀ ਕਮੀ ਤਾਂ ਬਹੁਤ ਹੀ ਵੱਡੀ ਹੈ, ਬਹੁਤ ਵੱਡੀ। ਜੇ ਕਿਤੇ ਜਾਗਰਤਾ ਦੀ ਕਮੀ ਨਾ ਹੁੰਦੀ, ਜਾਗਰਤਾ ਤਾਂ ਸਾਨੂੰ ਆਏ ਨਹੀਂ ਪਤਾ ਵੀ 1610 ਦੇ ਵਿੱਚ ਸਿੱਖ ਰਾਜ ਸੀ, ਭਾਈ ਬੰਦਾ ਸਿੰਘ ਬਹਾਦਰ ਨੇ 6 ਸਾਲ ਰਾਜ ਕੀਤਾ, 18ਵੀਂ ਸਦੀ ਦਾ ਇਤਿਹਾਸ ਨਹੀਂ ਕਿਸੇ ਨੇ ਅੱਜ ਤੱਕ ਪੜ੍ਹਿਆ ਵੀ ਕੀ ਸੀ ਅਤੇ ਕਿਵੇਂ ਕਿਵੇਂ ਸਾਡਾ ਪੰਜਾਬ ਦਾ ਰਣਜੀਤ ਸਿੰਘ ਜਿਹੜਾ ਰਾਜਾ ਸੀ ਉਹਨੇ ਕਿਵੇਂ ਪੰਜਾਬ ਕਿੱਡਾ ਵੱਡਾ ਪੰਜਾਬ ਸੀ। ਚਲੋ ਆਪਾਂ ਇਸ ਵਿਸ਼ੇ 'ਤੇ ਕੀ ਜਾਣਾ, ਜਾਗਰਤਾ ਦੀ ਕਮੀ ਤਾਂ ਵਾਹਲੀ ਹੈ, ਮਤਲਬ ਅੱਖਾਂ ਮੁੰਦੀਆਂ ਹੋਈਆਂ, ਉੱਤੋਂ ਦੀ ਕਹਿਣ ਕੱਪੜਾ ਲਪੇਟਿਆ ਹੋਇਆ, ਦਿਮਾਗ 'ਚ ਨਹੀਂ ਆਉਂਦੀ। ਜੇ ਕੋਈ ਇੱਕ ਨਾ ਦੇ ਆਉਂਦੇ ਉਹਨੂੰ ਕੋਈ ਸੁਣਦਾ ਨਹੀਂ, ਉਹਨੂੰ ਕੋਈ ਸੁਣਨ ਨਹੀਂ ਦਿੰਦਾ ਕੋਈ, ਕਰਾਹੇ ਪਾਈ ਜਾਂਦੇ ਬਾਣੀ ਦੀਆਂ ਤੁਕਾਂ, ਇੱਕ ਬਾਬਾ ਕੁਛ ਹੋਰ ਦੱਸੀ ਜਾਂਦਾ, ਇੱਕ ਬਾਬਾ ਕੁਛ ਹੋਰ ਦੱਸੀ ਜਾਂਦਾ, ਇੱਕ ਭੋਗ ਪਾਈ ਜਾਂਦਾ 12 ਵਜੇ, ਇੱਕ 10 ਵਜੇ, ਇੱਕ 11 ਵਜੇ, ਇੱਕ ਕੁਛ ਕਹਿੰਦਾ, ਇੱਕ ਕੁਛ ਕਹਿੰਦਾ, ਇੱਕ ਕੁਛ ਕਹਿੰਦਾ, ਬੰਦਾ ਉਲਝ ਜਾਂਦਾ, ਕਿੱਧਰ ਜਾਈਏ। ਸਹੀ ਹੈ, ਇੱਕ ਹੋਰ ਵੀ ਗੱਲ ਹੈ, ਹੁਣ ਕਹਿੰਦੇ ਪੜ੍ਹਿਆ ਲਿਖਿਆ ਯੁੱਗ ਆ ਗਿਆ, ਬੜੇ ਪੜ੍ਹੇ ਲਿਖੇ ਵੀ ਹੈ ਜਿਹੜੇ ਉਹ ਵੀ ਉਹੀ ਉਹਨਾਂ ਕੰਮਾਂ 'ਚ ਫਸੇ ਪਿਆ, ਮਨਤਾ ਮਨੋਤਾਂ ਦੇ ਵਿੱਚ, ਉਹ ਵੀ ਉਹਨਾਂ ਵੀ ਜੇ ਇਹਨੂੰ ਨਾ ਮੰਨਿਆ ਇਹ ਗੁੱਸੇ ਹੋਜੂ, ਜੇ ਇਹਨੂੰ ਨਾ ਮੰਨਿਆ।
ਵੀ ਇਹ ਵੀ ਕੀ ਗੱਲ ਹੋ ਸਕਦੀ ਵੀ ਉਹੀ ਗੱਲ ਆ ਪਹਿਲਾਂ ਕਰਕੇ ਹਟੇ ਹਾਂ ਵੀ ਜਿਹੜਾ ਬਾਬਾ ਹੋਇਆ ਜਿਹੜਾ ਰੱਬ ਹੋ ਗਿਆ ਉਹ ਗੁੱਸੇ ਉਹਦਾ ਕਹਿੰਦੇ ਨਿਰਵੈਰ ਹੈ ਆਪਣੀ ਗੁਰਬਾਣੀ ਵੀ ਆਉਂਦੀ ਹੈ ਨਿਰਵੈਰ ਹੈ ਉਹਨੂੰ ਕਿਸੇ ਨਾਲ ਮਤਲਬ ਨਹੀਂ ਨਿਰਪੱਖ ਹੈ ਸਾਰੀ ਚੀਜ਼ਾਂ ਤੋਂ ਅਤੇ ਫਿਰ ਉਹ ਕਹਿੰਦੇ ਮੰਨਣ ਜੇ ਮੰਨੇ ਨਾ ਤਾਂ ਕੰਮ ਰੁਕ ਗਿਆ ਮੈਂ ਤਾਂ ਫਲਾਨੀ ਮੱਟੀ 'ਤੇ ਮੱਥਾ ਟੇਕ ਨੂੰ ਹਟ ਗਿਆ ਮੇਰਾ ਤਾਂ ਕੰਮ ਹੀ ਰੁਕ ਗਿਆ ਸੀ ਸਾਡਾ ਤਾਂ ਘਰ ਹੀ ਮੁੱਦੇ ਮੂੰਹ ਹੋ ਗਿਆ ਸੀ ਨਹੀਂ ਦੇਖੋ ਜੇ ਤੁਸੀਂ ਪੜ੍ਹੇ ਲਿਖਿਆਂ ਦੀ ਗੱਲ ਕਰਿਓ ਨਾ MBBS ਡਾਕਟਰ PhD ਰਾਜਨੀਤੀ ਤਾਂ ਚਲੋ ਹੁੰਦੀ ਅਨਪੜ੍ਹ ਅਤੇ ਤੁਸੀਂ ਇੰਜੀਨੀਅਰ ਸਾਇੰਟਿਸਟ ਵੀ ਇਸ ਚੀਜ਼ਾਂ ਦੇ ਵਿੱਚ ਫਸੇ ਹੋਏ ਨੇ ਇਹ ਗੱਲ ਕੋਈ ਦੂਜੀ ਰਹਿ ਨਹੀਂ ਮੇਰੇ ਨਾਲ ਵੀ ਜੁੜੇ ਹੋਏ ਨੇ ਮੇਰੇ ਕੋਲ ਐਸੇ ਆਫਿਸਰ ਪੜ੍ਹੇ ਲਿਖੇ ਨੇ ਇਸ ਕੰਮ ਨਾਲ ਜੁੜੇ ਹੋਏ ਨੇ ਬੜਿਆਂ ਨੂੰ ਰਾਹ 'ਚੋਂ ਕੱਢੀ ਜਾਂਦੇ ਹਾਂ ਮੌਤ ਨੂੰ ਕੱਢ ਲਿਆ ਆਪਦੀ ਆਤਮਾ ਨੂੰ ਮਨ ਨੂੰ ਸ਼ਾਂਤੀ ਮਿਲਦੀ ਹੈ ਨਾ ਸਭ ਤੋਂ ਵੱਡੀ ਗੱਲ ਇਹ ਹੈ ਮੈਂ ਤੁਹਾਡੇ ਨਾਲ ਜੋ ਬੋਲਿਆ ਜੇ ਮੈਂ ਝੂਠ ਬੋਲਿਆ ਆਥਣੇ ਸੌਣ ਵੇਲੇ ਤਾਂ ਮੈਨੂੰ ਪਤਾ ਲੱਗੂ ਨਾ ਵੀ ਮੈਂ ਮਨਿੰਦਰ ਨਾਲ ਝੂਠ ਬੋਲਿਆ ਬਸ ਮੇਰੀ ਆਤਮਾ ਨੂੰ ਤਾਂ ਪਤਾ ਲੱਗੂ ਨਾ ਵੀ ਡਿਪਰੈਸ਼ਨ ਦੀ ਗੋਲੀ ਤਾਂ ਮੈਨੂੰ ਲੈਣੀ ਪਊ ਨਾ ਵੀ ਤੂੰ ਝੂਠ ਬੋਲਿਆ ਦੋ ਤੂੰ ਮੈਂ ਤੈਨੂੰ ਜਦੋਂ ਖੁਦ ਕਹਿ ਰਿਹਾ ਵੀ ਮੈਂ ਵੀ ਜਨਾਨੀ ਬਾਈ 'ਚ ਫਸ ਜਾਂਦਾ ਮੈਂ ਵੀ ਪੈਸਾ ਆਉਂਦਾ ਹੀ ਬੜਾ ਜਨਾਨੀਆਂ ਆਉਂਦੀਆਂ ਹੀ ਬੜੀਆਂ ਬੰਦਾ ਮੱਲੋ ਮੱਲੀ ਫਸਦਾ ਧੁੱਸਦਾ ਤੁਰਿਆ ਜਾਂਦਾ ਇਹਦੇ ਕਰਕੇ ਜਿਹੜੀ ਮੰਨਤਾ ਮਨੌਤੀ ਹੈ ਨਾ ਜਾਂ ਤੁਸੀਂ ਦੇਖੋ ਸਤਿਕਾਰ ਕਰਨਾ ਕੋਈ ਵਾਲੀ ਵੱਡੀ ਗੱਲ ਨਹੀਂ ਕਿਸੇ ਦਾ ਕਰ ਲਓ ਤੁਸੀਂ ਪਹਿਲਾਂ ਤਾਂ ਸਭ ਤੋਂ ਵੱਡੀ ਗੱਲ ਹੈ ਹਰੇਕ ਧਰਮ ਨੂੰ ਆਪਦੇ ਪੈਗੰਬਰ ਨੂੰ ਮੰਨਣਾ ਸਭ ਤੋਂ ਵੱਡੀ ਗੱਲ ਹੈ ਈਸਾਈ ਈਸਾਈ ਈਸ਼ਾ ਜੀ ਨੂੰ ਮੰਨਣ ਹਿੰਦੂਆਂ ਵਾਸਤੇ ਸਭ ਤੋਂ ਵੱਡਾ ਉਹਨਾਂ ਦਾ ਵਿਸ਼ਨੂੰ ਹੈ ਜਾਂ ਕੋਈ ਦੇਵੀ ਹੈ ਜਾਂ ਕੋਈ ਦੇਵਤਾ ਜਾਂ ਸ਼ਿਵ ਹੈ ਉਹ ਉਹਨੂੰ ਮੰਨਣ ਸਿੱਖ ਧਰਮ ਵਾਸਤੇ ਤਾਂ ਇੱਕੋ ਹੀ ਧਰਮ ਹੈ ਇੱਕੋ ਹੀ ਹੱਲ ਹੈ ਇੱਕੋ ਹੀ ਚੀਜ਼ ਹੈ ਉਹ ਤੋਂ ਇਲਾਵਾ ਕੁਛ ਨਹੀਂ ਉਹ ਸਿਵਾਏ ਗੁਰੂ ਗ੍ਰੰਥ ਸਾਹਿਬ ਇਸ ਤੋਂ ਇਲਾਵਾ ਕੁਛ ਵੀ ਨਹੀਂ ਹੈਗਾ ਲੇਕਿਨ ਸਾਡੇ ਲੋਕ ਇਹ ਕਹਿੰਦੇ ਆ ਨਹੀਂ ਨਹੀਂ ਯਾਰ ਸਾਨੂੰ ਤਾਂ ਤੁਰਤ ਹੱਥ 'ਤੇ ਸਰੋਂ ਜਮਾ ਦੇ ਹੱਥ 'ਤੇ ਸਰੋਂ ਜਮਾਉਣ ਵਾਲੇ ਭਾਲਦੇ ਹੁਣ ਹੱਥ 'ਤੇ ਸਰੋਂ ਜਮਾਉਣ 'ਤੇ ਮਤਲਬ ਉਸਤਤ ਭਾਲਦੇ ਆ ਤੁਰਤ ਫਿਰ ਇਹਨਾਂ ਨੂੰ ਮਨ ਨੂੰ ਸ਼ਾਂਤੀ ਮਿਲਦੀ ਹੈ ਜਦੋਂ ਉਸਤਤ ਭਾਲਦੇ ਆ ਫਿਰ ਇਹ ਬੰਦੇ ਭੜਕ ਜਾਂਦੇ ਆ ਇਹਦੇ ਵਾਸਤੇ ਪੜ੍ਹੇ ਲਿਖੇ ਜਾਂ ਕੋਈ ਤੁਸੀਂ ਮੱਟੀਆਂ 'ਤੇ ਜਾਣਾ ਮੱਟੀਆਂ ਮੁੱਟੀਆਂ 'ਤੇ ਕਿਵੇਂ ਛੋਟੀਆਂ ਗੱਲਾਂ ਇਹ ਬਹੁਤ ਹੀ ਪਹਿਲਾਂ ਵਾਲੇ ਜਵਾਨੇ 'ਚ ਨਾ ਚੇਲੇ ਚਪਟੇ ਜ਼ਿਆਦਾ ਸੀ ਸਾਇੰਸ ਘੱਟ ਸੀ ਮੱਟੀਆਂ ਲਵਾਤੀਆਂ ਮੰਨਤਾ ਹੋ ਗਈਆਂ ਪੂਜਾ ਕਰ ਲਈ ਜਾਂ ਕੋਈ ਸਾਡੀਆਂ ਵੀ ਸਾਡੇ ਵੀ ਜਾ ਕੇ ਉੱਥੇ ਸਾਡੀ ਮਾਤਾ ਲੈ ਜਾਂਦੀ ਦੇਵੀ 'ਤੇ ਸਾਡੀਆਂ ਉੱਥੇ ਦੋ ਛੋਟੀਆਂ ਛੋਟੀਆਂ ਮੱਟੀਆਂ ਬਣੀਆਂ ਸੀ ਸਾਡੇ ਤਿਲਕ ਲੱਗਦੇ ਜਾਂ ਅਸੀਂ ਮੇਲਿਆਂ 'ਤੇ ਜਾਂਦੇ ਉੱਥੇ ਸਾਡੇ ਇੱਥੋਂ ਦੀ ਕੁੱਕੜ ਚਹਾ ਕੇ ਸਿੱਟੇ ਜਾਂਦੇ ਹੈ ਨਾ ਉੱਥੇ ਸਾਡੇ ਕੋਈ ਕਾਟਨ ਕਰਦਾ ਕੋਈ ਇੱਦਾਂ ਕਰਦਾ ਇਹ ਕੋਈ ਕੀ ਹੁਣ ਕੋਈ ਗੱਲ ਆ ਗਈ ਬਾਬਾ ਹੁਣ ਜਿਹੜਾ ਅਕਾਲ ਪੁਰਖ ਤਾਂ ਐਡਾ ਵੱਡਾ ਯਾਰ ਤਾਂ ਸਾਰੇ ਸੋਲਰ ਸਿਸਟਮ ਨੂੰ ਚਲਾ ਰਿਹਾ ਇਹਦਾ ਤਾਂ ਅੰਤ ਹੀ ਕੋਈ ਨਹੀਂ ਇਹਦਾ ਚੰਦ ਸੂਰਜ ਕੀ ਬ੍ਰਹਮੰਡ ਉਹ ਐਡਾ ਵੱਡਾ ਫੈਲਿਆ ਹੋਇਆ ਜਿਹਦੇ ਬਾਰੇ ਕਦੇ ਸੋਚਿਆ ਹੀ ਨਹੀਂ ਜਾ ਸਕਦਾ ਪਰ ਇੱਕ ਤੈਨੂੰ ਦੱਸ ਦਿੰਦਾ ਵੀ ਜਿਹਨੇ ਜਿਹਨੇ ਮੂਰਖ ਬਣਾਇਆ ਜਾਂ ਬਣਾਉਂਦਾ ਉਹਦੀਆਂ ਲੱਤਾਂ ਇਹਨੇ ਤਾਂ ਕਰਤੀਆਂ ਇੱਥੇ ਦੇਰ ਜ਼ਰੂਰ ਆ ਦੇਰ ਨਹੀਂ ਕੋਈ ਕਿਸੇ ਨੂੰ ਮਰਜ਼ੀ ਲੈ ਲਓ ਕਿੱਡਾ ਮਰਜ਼ੀ ਹੋਵੇ ਮਾਂ ਕਰਾਂ ਜਿਹਨੂੰ ਮਰਜ਼ੀ ਲੈ ਲਓ ਜਿਹਨੂੰ ਮਰਜ਼ੀ ਲੈ ਲਓ ਐਂ ਕਹਾ ਤਾ ਵੀ ਇਹਨੇ ਇੱਥੇ ਆ ਜਾ ਅਰਬਾਂ ਪਤੀ ਬੰਦਿਆਂ ਨੂੰ ਰੋਲਤਾ ਇਹਨੇ ਔਰ ਜਮਾਂ ਥੱਲਿਓ ਚੱਕ ਕੇ ਤਾਂ ਬਹਾਤਾ ਇੱਕ ਸਿਸਟਮ ਹੈ ਕੁਦਰਤ ਦਾ ਕੁਦਰਤ ਸਿਸਟਮ ਨਾਲ ਕੋਈ ਖੇਲੂ ਆ ਨਾ ਬਾਹਲਾ ਚਿਰ ਨਹੀਂ ਬਾਹਲਾ ਚਿਰ ਚੱਲਦਾ ਬਹੁਤ ਹੀ ਦੇਰ ਨਹੀਂ ਚੱਲਦਾ ਡੇਰਾ ਸਾਧ ਪਖੰਡੀ ਹਾਂ ਬਿਲਕੁਲ ਚੱਲਦਾ ਚੱਲ ਹੀ ਨਹੀਂ ਸਕਦਾ ਤੁਹਾਡੇ ਕੋਲੇ ਤੁਹਾਨੂੰ ਵੀ ਆਉਣ ਲੱਗ ਗਏ ਪੈਸੇ ਪੂਸੇ ਪੂਰੇ ਫਿਰ ਉਦੋਂ ਮੈਂ ਕਹਿੰਦਾ ਜੇ ਮੈਂ ਦੇਖੋ ਮੈਂ ਪਰਮਾਤਮਾ ਤੋਂ ਡਰਨ ਵਾਲਾ ਬੰਦਾ ਉਸ ਮਾਲਕ ਤੋਂ ਡਰ ਕੇ ਕਹਿੰਦਾ ਵੀ ਮੈਂ ਇੱਕ ਦੋ ਜਗ੍ਹਾ ਤੋਂ ਪੈਸੇ ਜ਼ਰੂਰ ਲਏ ਪਰ ਉਹਨਾਂ ਦੇ ਵੀ ਮੈਂ ਬੜਾ ਪਛਤਾਇਆ ਉਸ ਸਮੇਂ ਦੇ ਵਿੱਚ ਲੱਖ ਦੋ ਲੱਖ ਰੁਪਇਆ ਵੀ ਬੜੀ ਗੱਡ ਸੀ ਮੇਰੇ ਕੋਲ ਦਿੱਲੀ ਦੇ ਬੜੇ ਬੰਦੇ ਆਉਂਦੇ ਸੀ ਪਰ ਮੈਨੂੰ ਪਤਾ ਲੱਗਿਆ ਵੀ ਤੂੰ ਕਿਹੜੇ ਰਾਹ ਪਈ ਜਾਂਦਾ ਜੇ ਤੂੰ ਕਿਹੜੇ ਦੋ ਰਾਹ ਪਈ ਜਾਂਦਾ ਪਰ ਮੈਂ ਵਾਹਿਗੁਰੂ ਨੂੰ ਮਾਣ ਕੇ ਕਹਿੰਦਾ ਵੀ ਮੈਂ ਕਦੇ ਫਿਰ ਮੁੜ ਕੇ ਪੈਸੇ ਨੂੰ ਹੱਥ ਵੀ ਨਹੀਂ ਲਾਇਆ ਮਤਲਬ ਉਸ ਪਾਸੇ ਵਾਲੇ ਪੈਸੇ ਨੂੰ ਮੈਂ ਝਾਕਿਆ ਤੱਕ ਨਹੀਂ ਕਿਉਂਕਿ ਜਦੋਂ ਮੈਨੂੰ ਇਹਦੇ ਬਾਰੇ ਗਿਆਨ ਹੋਇਆ ਵੀ ਇਹਦੇ ਆਹਾ ਨੁਕਸਾਨ ਹੈ ਆਹਾ ਆਹਾ ਨੁਕਸਾਨ ਹੈ ਅਤੇ ਆਹਾ ਆਹਾ ਫਾਇਦੇ ਹੈ ਤਾਂ ਮੈਂ ਇਸ ਤੋਂ ਦੂਰ ਹਟ ਗਿਆ ਮੈਨੂੰ ਕੋਈ ਕਿਹਦਾ ਦਵਾ ਨਹੀਂ ਸੀ ਉਸ ਸਮੇਂ ਦੇ ਵਿੱਚ ਤਾਂ ਹੁਣ ਅੱਜ ਤੋਂ 25-25 ਸਾਲ ਦੀ ਗੱਲ ਆ ਕੋਈ ਵੀ ਟੈਨਸ਼ਨ ਨਹੀਂ ਸੀ ਪਰ ਮੈਨੂੰ ਲੱਗਿਆ ਵੀ ਤੂੰ ਲੋਕਾਂ ਨੂੰ ਕਿਹਨੂੰ ਕਿਹਨੂੰ ਸਹੀ ਰਸਤੇ ਪਾ ਦੇਗਾ ਜਾਂ ਕਿਹਦਾ ਕਿਹਦਾ ਹੱਲ ਕਰ ਦੇਗਾ ਤਾਂ ਦੁਨੀਆ ਇੱਥੇ ਦੁਨੀਆ ਨੂੰ ਬੈਠਣ ਨੂੰ ਥਾਂ ਨਹੀਂ ਅਤੇ ਇਹਦੇ ਬਿਹਤਰ ਇਹੀ ਹੈ ਵੀ ਤੂੰ ਬਹੁਤ ਜਿੰਨੇ ਮੈਂ ਪੈਸੇ ਇਕੱਠੇ ਕਰਨੇ ਹੁੰਦੇ ਉਨੀ ਕਰ ਲੈਂਦਾ ਜਿੰਨੇ ਮਰਜ਼ੀ ਫਿਰ ਉਹੀ ਗੱਲ ਮੇਰੇ ਸੰਬੰਧ ਬੜੇ ਉੱਚ ਲੈਵਲ ਦੇ ਹੋ ਗਏ ਉਹਦੇ 'ਚ ਦਲਾਲੀ ਕਰ ਸਕਦਾ ਸੀ ਹੁਣ ਵੀ ਕਰ ਸਕਦਾ ਕਿਉਂਕਿ ਜਦੋਂ ਕੰਮ ਤਾਂ ਚੰਦਰਾ ਸਵਾਮੀ ਨੇ ਵੀ ਇਹੀ ਕੀਤਾ ਨਾ ਉਹਨੇ ਕਿੱਡੇ ਵੱਡੇ ਧੰਦਿਆਂ 'ਚ ਦਲਾਲੀ ਕਰੀ ਉਹਨਾਂ ਨੇ ਚੇਅਰਮੈਨ ਪ੍ਰਾਈਮ ਮਿਨਿਸਟਰ ਦੇ ਆਫਿਸ ਦੇ ਵਿੱਚ ਕੋਈ ਚੇਅਰਮੈਨ ਲੱਗਣਾ ਕੋਈ ਰਾਜਦੂਤ ਲੱਗਣਾ ਜੋ ਲੱਗਣਾ ਚੰਦਰਾ ਸਵਾਮੀ ਦੀ ਚਿੱਠੀ 'ਤੇ ਲੱਗਦਾ ਸੀ ਮੰਤਰੀ ਬਣਨਾ ਪਰ ਇਹਦੇ ਵਾਸਤੇ ਕੁਦਰਤ ਬਣੀ ਫਿਰ ਜ਼ਿਆਦਾ ਚਿਰ ਉਹੀ ਗੱਲ ਆ ਜਾਂਦੀ ਨਾ ਅੱਜ ਆਪਦੇ ਘਰੇ ਵਧੀਆ ਸੁੱਖ ਦੀ ਸ਼ਾਂਤੀ ਜ਼ਿੰਦਗੀ ਜਿਉਂਦੇ ਹਾਂ ਆਨੰਦ ਲੈਂਦੇ ਹਾਂ ਵਧੀਆ ਉਹਦੇ ਕਰਕੇ ਮਾਲਕ ਆਪੀ ਫਰਾਂ ਕਰ ਦਿੰਦਾ ਮੈਂ ਤੁਹਾਨੂੰ ਦੱਸਿਆ ਵੀ ਮੇਰੇ ਮਨ ਦੀ ਜਦੋਂ ਅੰਦਰ ਇੱਛਾ ਸੀ ਨਾ ਚਾਹ ਸੀ ਉਹ ਚਾਹ ਵਾਲੇ ਪਾਸੇ ਗਿਆਨ ਜ਼ਰੂਰ ਲੈ ਲਿਆ ਗਿਆਨ ਅੱਜ ਵੀ ਹੈ ਗਿਆਨ ਨਾਲ ਬੜੇ ਜੁੜੇ ਤਾਂਤਰਿਕ ਵਿੱਦਿਆ ਦਾ ਭੋਰੋ ਭੋਰਾ ਗਿਆਨ ਹੈ ਬੜਾ ਟਾਈਮ ਲੱਗ ਜਾਣਾ ਇੱਥੇ ਕਾਲੇ ਇਲਮ ਦਾ ਭੋਰੋ ਭੋਰਾ ਗਿਆਨ ਹੈ ਬੜਾ ਟਾਈਮ ਲੱਗ ਜਾਣਾ ਇੱਥੇ ਲੇਕਿਨ ਹਟ ਕੇ ਵਧੀਆ ਹੋ ਗਿਆ ਸੌਖੇ ਹੈ ਬਹੁਤ ਵਧੀਆ ਇਹਦੇ ਵਾਸਤੇ ਕੁਰਬਾਨੀਆਂ ਬੜੀਆਂ ਦੇਣੀਆਂ ਪੈਂਦੀਆਂ ਨਾ ਕੋਈ ਤਾਂਤਰਿਕ ਮਰਜ਼ੀ ਲੈ ਲਓ ਵੰਸ ਨਾ ਵਧੂਆ ਬਸ ਉਹਦਾ ਜੇ ਸਹੀ ਹੈ ਤਾਂ ਹਾਂ ਮਤਲਬ ਨਹੀਂ ਜੇ ਸਹੀ ਹੈ ਤਾਂ ਕੋਈ ਕਿੱਡੇ ਮਰਜ਼ੀ ਨਹੀਂ ਲੈ ਲਓ ਜਿਹਨੂੰ ਮਰਜ਼ੀ ਲੈ ਇਹ ਇੱਕ ਹੋਰ ਆ
ਬੜਾ ਐਂ ਖੇਡ ਖੇਡਦੇ ਕਿਵੇਂ ਆ, ਤਾਂ ਐਂ ਹੋ ਜਾਂਦਾ ਵੀ ਵਿੱਚ ਕੁਛ ਆ ਗਿਆ, ਬਸ ਹੁਣ ਤਾਂ ਸਿਰ ਘੁੰਮਦਾ ਪੂਰਾ, ਜ਼ੋਰ ਲੱਗਦਾ ਆਪਦੇ ਮਾਰਦੇ ਇੱਧਰ ਉੱਧਰ, ਐਂ ਲੱਗਦਾ ਵੀ ਬਾਬਾ ਤਾਂ ਹੁਣ ਕੁਛ ਕਰ ਦੂ। ਇਹਨੂੰ ਚੇਲਾ ਕਹਿੰਦੇ ਆ, ਤਾਂਤਰਿਕ ਵਿੱਦਿਆ ਦਾ ਹਿੱਸਾ। ਹਾਂ, ਇਹ ਚੇਲਾ ਵਿੱਦਿਆ ਦਾ ਹੱਥ ਹੈ, ਚੇਲੇ ਹੁੰਦੇ ਆ ਜਿਹੜੇ, ਠੀਕ ਹੈ, ਜਿਹੜੇ ਕਹਿੰਦੇ ਆ ਵੀ ਮੇਰੇ ਚ ਮੇਰੇ ਕੋਟਲੇ ਵਾਲਾ ਆ ਗਿਆ ਜੀ, ਮੇਰੇ ਚ ਲਾਲਾਂ ਵਾਲਾ ਆ ਗਿਆ ਜੀ, ਜਾਂ ਮੇਰਾ ਇਹਦੇ ਚ ਨਾ ਜਦੋਂ ਢੋਲ ਵੱਜਦੇ ਆ ਉੱਥੇ ਲੋਕ ਬੈਠੇ ਹੁੰਦੇ ਆ, ਇਹਨਾਂ ਦਾ ਸੁੱਖਾ ਖਾਧਾ, ਸੁੱਖਾ ਜ਼ਿਆਦਾ ਵਰਤਦੇ ਆ, ਭੰਗ ਭੰਗ ਖਾਧੀ ਹੁੰਦੀ ਹੈ, ਜਦੋਂ ਫਿਰ ਲੋਰ ਆਉਂਦਾ ਨਾ, ਲੋਰ ਚ ਸਿਰ ਘਗਾਈ ਜਾਂਦੇ ਆ, ਲੋਰ ਆਪਦਾ ਹੀ, ਕੋਈ ਇਹਨਾਂ ਚ ਪੀਰ ਨੀ ਆਉਂਦਾ, ਕੋਈ ਇਹਨਾਂ ਕੋਲੇ ਪ੍ਰੇਤ ਨੀ ਹੁੰਦਾ, ਕੋਈ ਇਹਨਾਂ ਕੋਲੇ ਭੂਤ ਨੀ ਹੁੰਦਾ, ਕੋਈ ਕਿਸੇ ਦਾ ਵਿਗਾੜ ਨੀ ਸਕਦੀ। ਜੇ ਕਹਿਣਾ ਸੀ ਵਿਗਾੜ ਦੇਂਗੇ, ਸਭ ਝੂਠ ਹੈ। ਜੇ ਵਿਗਾੜਨਾ ਹੁੰਦਾ ਫਿਰ ਮੈਂ ਮੁਕੇਸ਼ ਅੰਬਾਨੀ ਨੂੰ ਬਸ ਕਰਕੇ ਆਪਦੇ ਕੋਲ ਹੀ ਲਿਆਉਂਦਾ ਨਾ, ਲੋੜ ਹੀ ਨੀ, ਮੈਂ ਪ੍ਰਾਈਮ ਮਿਨਿਸਟਰ ਮੋਦੀ ਦੇ ਜੜਾਂ ਨੂੰ ਪੈਰਾਂ ਨੂੰ ਬੰਨ੍ਹ ਕੇ ਇੱਥੇ ਲਿਆਉਂਦਾ। ਇਹ ਐਵੇਂ ਗੱਲਾਂ ਨੇ ਸਾਰੀਆਂ, ਸਿਸਟਮ ਤੋਂ ਉਲਟ ਹੈ ਸਾਰੀਆਂ ਗੱਲਾਂ। ਇਹ ਤਾਂ ਜੋ ਸਬਰ ਜੇ ਤਾਂ ਠੀਕ ਹੈ, ਲੇਕਿਨ ਜਿਹੜੀ ਚੇਲਾਵਾਦ ਸਿਸਟਮ ਹੈ ਜਿਹੜਾ ਅੱਜ 10-20 ਪੈਸੇ ਹੋ ਸਕਦਾ ਮੇਰੇ ਖਿਆਲ 'ਚ, ਪਹਿਲਾਂ 100% ਹੀ ਸੀ, ਇਹ ਸਭ ਰੋਂਗ ਹੈ। ਇਹ ਬੰਦੇ ਨੂੰ ਜਾਨ ਕੱਢ ਦਿੰਦੇ ਆ, ਜਦੋਂ ਬੰਦਾ ਕੋਲੇ ਬੈਠਾ ਹੁੰਦਾ ਤਾਂ ਡਰਾਕੀ ਮਾਰ ਦਿੰਦੇ ਨੇ, ਜੋ ਬੋਲਦੇ ਆ ਚੱਕ ਦਿੰਦੇ ਆ ਫੱਟੇ ਬੁੱਠਾ, ਕਿਹੜਾ ਬੋਲਦਾ, ਕਿੱਥੋਂ ਚੱਲਦਾ, ਕਿਹਦੇ ਨਾਲ ਆਈ ਹੈ, ਬੰਦਾ ਬੇਹੋਸ਼ ਕਰ ਦਿੰਦੇ ਆ ਬੰਦੇ ਨੂੰ। ਇਹਦੇ ਕਰਕੇ ਚੇਲੇ, ਤੁਸੀਂ ਚੇਲੇ ਨੂੰ ਸਵਾਲ ਕਰਦੇ ਹੋ ਖੇਡਣ ਵਾਲੇ ਵੀ, ਜਿਹੜਾ ਸਵਾਲ ਕਰਦੇ ਹੋ ਜਵਾਬ ਦਾ, ਤੁਸੀਂ ਉਹਨੂੰ ਕਹਾਂ ਮੇਰੀ ਜੇਬ 'ਚ ਕਿੰਨੇ ਪੈਸੇ ਆ, ਨਾਲੇ ਤੁਸੀਂ ਕੋਲੇ ਹੀ ਖੜੇ ਹੋ, ਤੁਹਾਡੀ ਜੇਬ 'ਚ ਪੈਸੇ ਉਹ ਦੱਸੂਗਾ ਨੀ, ਫਿਰ ਤੁਹਾਨੂੰ ਕਹੂ ਤੁਹਾਡੇ ਘਰੇ 5 ਪ੍ਰੇਤ ਹੈ, 2 ਪ੍ਰੇਤ ਆ, 2 ਜਿੰਨ ਹੈ, ਲਾਜ ਨੀ ਕਰੂਗਾ, 10 ਜ਼ਰੂਰ ਦੇਊਗਾ, ਲਾਜ ਨੀ, ਮੈਂ ਤੁਹਾਨੂੰ ਕਹਿਣਾ ਹੀ ਆ ਨਾ ਵੀ ਮੈਨੂੰ ਫਲਾਣੇ ਨੇ ਲਾਤਾ, ਜਾਂ ਕਵੀ ਤੇਰਾ ਘਰ ਹੈ, ਤੇਰੇ 2 ਘਰ ਛੱਡ ਕੇ 3ਜਾ ਘਰ ਆਉਂਦਾ ਕਰਾਉਂਦਾ ਨੀ, ਹਾਂਜੀ ਆਉਂਦਾ, ਲੈ ਫਿਰ ਤੁਹਾਡੇ ਸਕਿਆਂ ਦਾ, ਤਕਰੀਬਨ ਨੇੜੇ ਤੇੜੇ ਸਕਿਆਂ ਦਾ ਘਰ ਹੁੰਦਾ ਹੈ, ਤਾਂ ਵੀ ਸਾਡੇ ਜਿਹੜਾ ਹੈ ਉਹਨਾਂ ਨੇ ਕਰਾਇਆ, ਉਹਨਾਂ ਦੇ ਇੱਕ ਬੁੜੀ ਨੇ ਕਰਾਇਆ, ਬੁੜੀ ਹਰੇਕ ਦੀ ਕਰਾਉਣ ਵਾਲੇ ਚ ਮੂਹਰੇ ਹੁੰਦੀ ਆ, ਦੂਜੇ ਉਹ ਸਿਸਟਮ ਨਾਲ ਇੰਨਾ ਭੜਾ ਜੁੜ ਜਾਂਦਾ ਵੀ ਬਾਬੇ ਨੇ ਵੱਟ ਖੜਤੇ, ਉਹ ਨਿੰਮ ਸੀ ਉਹਨਾਂ ਦੇ ਘਰੇ, ਅਗਲਾ ਕਹਿੰਦਾ ਜੀ ਨਿੰਮ ਤਾਂ ਇਹਨੂੰ ਪੱਟ ਤਾ ਉਹਦੇ ਕਰਕੇ ਸਿਸਟਮ ਨਾਲ ਇੰਨਾ ਡਰਾਇਆ ਜਾਂਦਾ, ਲੋਰ ਚ ਬੰਦੇ ਨੂੰ ਖੇਡਿਆ ਜਾਂਦਾ, ਕੋਈ ਭੂਤ ਪ੍ਰੇਤ, ਕੋਈ ਲਾਲਾਂ ਵਾਲਾ ਬਾਬਾ, ਕੋਈ ਮਰੇਕੋਟ ਵਾਲਾ ਬਾਬਾ, ਇੰਨਾ ਬਰ ਚੇਲਿਆਂ ਚ ਆਊ ਯਾਰ, ਜਿਹੜੇ ਬੰਦੇ ਬੀੜੀਆਂ ਪੀਂਦੇ ਆ, ਜਿੰਨਾ ਕਮਜ਼ੋਰ ਹੁੰਦਾ ਘਰੋਂ ਉੱਠ ਕੇ ਬਾਬਾ ਬਣ ਜਾਂਦਾ, ਠੀਕ ਹੈ, ਕਮਜ਼ੋਰ ਇਹਨਾਂ ਚ ਲਾਲਾਂ ਵਾਲੇ ਨੇ ਕੀ ਕਰਨਾ, ਉਹਨਾਂ ਲਾਲਾਂ ਵਾਲਾ ਮੋਦੀ ਚ ਆਵੇ ਨਾ, ਜੇ ਬਾਬੇ ਨੇ ਮੇਰੇ ਕੋਟਲੇ ਵਾਲਿਆਂ ਨੂੰ ਮੋਦੀ, ਹੁਣ ਕਈ ਕਈ ਘਰ ਚ ਮੈਂ ਜਾ ਕੇ ਦੇਖਿਆ, ਇੱਕ ਐਸੜੀ ਸੀ ਬਿਜਲੀ ਬੋਰਡ ਦਾ, ਉਹ ਇੰਨਾ ਪਰੇਸ਼ਾਨ ਸੀ, ਬਾਕੀ ਉਹ ਕਹਿੰਦਾ ਜੀ ਮੈਨੂੰ ਕੋਈ ਮੈਨੂੰ ਪ੍ਰੋਬਲਮ ਹੈ, ਕਹਿੰਦਾ ਜੀ ਮੇਰੇ ਐਡੀ ਵੱਡੀ ਪ੍ਰੋਬਲਮ ਹੈ, ਮੈਂ ਮੇਰੇ ਮਤਲਬ ਕਿਡਨੀਆਂ ਖਰਾਬ ਹੋ ਗਈਆਂ, ਡਾਕਟਰਾਂ ਵਿੱਚ ਬਿਮਾਰੀ ਨਹੀਂ ਆ ਰਹੀ, ਉਹਦੇ ਕੋਲ ਖੂਨ ਆਉਂਦਾ ਸੀ ਉਹਦੇ ਪਿਸ਼ਾਬ ਰਾਹੀਂ, ਠੀਕ ਹੈ, ਉਹ ਕਹਿੰਦਾ ਜੀ ਮੇਰੇ ਘਰੇ ਤੁਸੀਂ ਘਰੇ ਦਰਸ਼ਨ ਦਿਓ, ਚਲੋ ਬਈ ਰਾਏਕੋਟ ਮੈਂ ਵੀ ਚਲਾ ਗਿਆ, ਠੀਕ ਹੈ, ਜਦੋਂ ਅਸੀਂ ਉਹਦੇ ਘਰੇ ਚਲੇ ਗਏ ਮੈਨੂੰ ਉਹਨੇ ਪੂਜਾ ਰੂਮ ਦਿਖਾਇਆ, ਮੈਂ ਕਿਹਾ ਕਿਵੇਂ ਕਿਵੇਂ ਵੀ, ਕਹਿੰਦਾ ਜੀ ਆਹ ਜਿਹੜੀ ਹੈ ਉਹਦੇ ਪੂਜਾ ਰੂਮ 'ਚ ਨਾ ਅਲੱਗ 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 ਧਰੀਆਂ ਪਈਆਂ ਚੀਜ਼ਾਂ, ਕਹਿੰਦਾ ਜੀ ਆਹ ਮਾਨਤਾ ਤਾਂ ਹੈਗੀ ਹੈ ਖਵਾਜਾ ਪੀਰ ਦੀ, ਠੀਕ ਹੈ, ਆਹ ਮਾਨਤਾ ਹੈਗੀ ਹੈ ਦੁਰਗਾ ਮਾਤਾ ਦੀ, ਆਹ ਮਾਨਤਾ ਹੈਗੀ ਹੈ ਲਾਲਾਂ ਵਾਲੇ ਪੀਰ ਦੀ, ਆਹ ਮਾਨਤਾ ਹੈਗੀ ਹੈ ਸਾਡੀ ਮਰੇਕੋਟਲੇ ਵਾਲੇ ਪੀਰ ਦੀ, ਇੱਕ ਪਤਾ ਨੀ ਹੋਰ ਕੋਈ ਉਹਨਾਂ ਦਾ ਬਾਬਾ ਸੀ ਖੇਤਾਂ ਵਾਲਾ, ਇਹ ਕਹਿੰਦਾ ਜੀ ਸਾਡੇ ਸਮਾਧਾਂ ਵਾਲੇ ਦੀ ਹੈ, ਹੁਣ ਮੈਂ ਤਾਂ ਆਈ ਉਲਝ ਗਿਆ ਵੀ ਯਾਰ ਐਸੜੀ ਉਹ ਬੰਦਾ ਸਾਰੇ ਬਾਬੇ ਨੂੰ ਘਰੇ ਲਿਆ ਕੇ ਮੰਨੀ ਜਾਂਦਾ, ਮੈਂ ਵੀ ਤੈਨੂੰ ਕਹਿੰਦਾ ਜੀ ਮੈਨੂੰ ਖਵਾਜੇ ਦੀ ਦਿੱਕਤ ਹੈ, ਮੈਨੂੰ ਦੱਸਿਆ ਬਹੁਤ ਜਗ੍ਹਾ ਤੂੰ, ਮੈਂ ਕਿਹਾ ਭਲਿਆ ਮਾਨਸਾ ਪਹਿਲਾਂ ਤਾਂ ਸਾਰੀਆਂ ਚੀਜ਼ਾਂ ਨੂੰ ਚੱਕ, ਇਹਨਾਂ ਨੂੰ ਚੱਕ ਕੇ ਕਿਤੇ ਬਹਾ ਦੇ ਪਾਣੀ ਚ, ਤੂੰ ਚੱਕਰ ਚ ਨਾ ਪੈ, ਪਹਿਲਾਂ ਤੇ ਇਹਨਾਂ ਦੀ ਵਿਰੋਧ ਪਵਾਈ ਬੈਠਾ ਤੂੰ ਆਪ ਸਮੇਂ, ਇਹੀ ਤੇਰੇ ਮਗਰ ਪਏ ਹੋਣੇ, ਮਤਲਬ ਖਵਾਜੇ ਵਰਗੇ ਪੀਰ ਸੂਫੀ ਸੰਤ ਹੋਇਆ, ਬਹੁਤ ਵੱਡਾ ਸੂਫੀ ਅਸਲ ਜਿਹੜਾ ਚਿਸ਼ਤੀ ਦਾ ਬੜਾ ਵੱਡਾ ਹਿੰਦੁਸਤਾਨ ਦੇ ਵਿੱਚ ਨਾਂ ਹੋਇਆ, ਹੁਣ ਉਹ ਆ ਕੇ ਸੜੀ ਉਹਦੇ ਘਰੇ ਕੀ ਕਰੂਗਾ, ਉਹਨੇ ਜੇ ਜਾਣਾ ਵੀ ਹੈ ਤਾਂ ਮੋਦੀ ਦੇ ਜਾ ਕੇ ਜਾਊ, ਦਿਮਾਗ 'ਚ ਵੜ ਜੇ ਮੋਦੀ, ਉਹਦੇ ਸੂਆ ਚਾਦਰ ਚੜਾ ਕੇ ਜਾਵੇ, ਜਾਓ ਅਮਰੀਕਾ ਦੇ ਰਾਸ਼ਟਰਪਤੀ ਦੇ ਦਿਮਾਗ 'ਚ ਵੜ ਜੇ, ਉੱਥੇ ਚਾਦਰ ਚੜਾ ਕੇ ਜਾਵੇ, ਮਤਲਬ ਉਹ ਇਸ ਲਈ ਉਹਦੇ ਘਰੇ ਆਇਆ ਬੈਠਾ, ਮੈਂ ਉਹਨੂੰ ਸਮਝਾਇਆ ਵੀ ਆਹ ਚੀਜ਼ ਹੈ, ਫਿਰ ਉਹ ਕਹਿੰਦਾ ਜੀ ਮੇਰਾ ਹੱਲ, ਹਾਂ ਇਹ ਜ਼ਰੂਰ ਹੈ ਵੀ ਤੈਨੂੰ ਪ੍ਰੋਬਲਮ ਹੈ, ਦੁਆ ਦੀ ਲੋੜ ਹੈ, ਮੈਂ ਮੰਨਦਾ, ਮੈਂ ਉਹਨੂੰ, ਉਹ ਬੰਦਾ ਵਿਚਾਰਾ ਬਹੁਤ ਹੀ ਵਧੀਆ ਭਲਾ ਮਾਨਸ, ਮੈਂ ਉਹਨੂੰ ਕਿਹਾ ਜੀ, ਕਹਿੰਦਾ ਮੈਂ ਸਿੱਖ ਧਰਮ ਦਾ ਬੰਦਾ ਜੁੜਿਆ ਹੋਇਆ, ਹਰਨੇਕ ਸਿੰਘ ਉਹਦਾ ਨਾਂ ਸੀ, ਮੈਂ ਉਹਨੂੰ ਕਿਹਾ ਤੂੰ ਅੰਮ੍ਰਿਤ ਵੇਲੇ ਉੱਠ 4 ਵਜੇ, 4 ਵਜੇ ਉੱਠ ਕੇ ਤੂੰ ਸਿਰਫ ਇੱਕੋ ਕੰਮ ਕਰਨਾ, ਇਸ਼ਨਾਨ ਕਰ, ਇਸ਼ਨਾਨ ਕਰਕੇ ਇਕੱਲਾ ਜਪਜੀ ਸਾਹਿਬ ਦਾ ਪਾਠ ਪੜ੍ਹਨਾ, ਹੋਰ ਕੁਛ ਨਹੀਂ ਕਰਨਾ, 4 ਤੋਂ 4:30 ਤੂੰ ਵਿਹਲਾ ਹੋ ਜਾਏਗਾ 5 ਵਜੇ ਤੱਕ, ਉਦੋਂ ਬਾਅਦ ਤੂੰ ਜੇ ਬੈਠ ਕੇ 2 ਮਿੰਟ ਤੋਂ ਮਾਲਾ ਵੱਜਦੀ ਹੈ ਮਾਰ ਲੈ, ਰਾਮ ਕਹਿ ਲੈ, ਗੋਬਿੰਦ ਕਹਿ ਲੈ, ਵਾਹਿਗੁਰੂ ਕਹਿ ਲੈ, ਜੋ ਤੈਨੂੰ ਨਹੀਂ ਵੱਜਦੀ ਤੂੰ ਸੌ ਜਾ, ਬਸ ਤੂੰ ਮਹੀਨਾ ਕਰ, ਆਸਥਾ ਰੱਖੀ ਮਨ ਦੇ ਵਿੱਚ ਵੀ ਮਾਲਕ ਹੈ ਕਿਤੇ ਨਾ ਕਿਤੇ, ਗੁਰੂ ਸਾਹਿਬ ਹੈ, ਇੱਕੋ ਗੁਰੂ ਹੈ, ਉਹ ਕੋਈ ਨਾ ਕੋਈ ਮੇਰਾ ਹੱਲ ਕਰੂਗਾ, ਵੀ ਮੈਂ ਸੱਚੇ ਪਾਤਸ਼ਾਹ ਉਲਝਿਆ ਪਿਆ ਸੀ, ਮੈਨੂੰ ਇਸ ਸਿਸਟਮ 'ਚੋਂ ਤੂੰ ਕੱਢ ਲਿਆ, ਤੂੰ ਆਹ ਚੀਜ਼ ਨੂੰ ਵਰਤ, ਉਹਦਾ ਮਨ ਫੇਰ ਨਾ ਕੜੇ। ਚਲੋ ਜੀ ਫਿਰ ਮੈਂ ਵੀ ਕੀ ਕਰਿਆ, ਮੈਂ ਆਪਦਾ ਉਸ ਤਰੀਕੇ ਨਾਲ 2-3 ਖੰਭਣੀਆਂ ਬੰਨਤੀਆਂ ਉਹਦੇ, ਵੀ ਚਲੋ ਉਹਦਾ ਮਨ ਤਾਂ ਖੜਿਆ,
ਉਹ ਮੇਰੀਆਂ ਖੰਭਣੀਆਂ ਨੇ ਕੰਮ ਨਹੀਂ ਕੀਤਾ, ਇੱਕ ਮਹੀਨੇ 'ਚ ਠੀਕ ਹੋ ਗਿਆ ਜੋ 22 ਦਿਨ 'ਚ ਠੀਕ ਹੋ ਗਿਆ, ਮੇਰੀਆਂ ਖੰਭਣੀਆਂ ਨੇ ਕੰਮ ਨਹੀਂ ਜੇ ਕੀਤਾ, ਮੇਰੇ ਦੱਸੇ ਰਾਸਤੇ ਨੇ ਕੰਮ ਕੀਤਾ, ਕਿਉਂਕਿ ਉਹ ਉੱਥੇ ਖੜ ਗਿਆ ਜਦੋਂ ਸਵੇਰੇ ਉੱਠਣਾ ਹੈ ਸ਼ਾਂਤ ਮਾਹੌਲ 'ਚ ਜਪਜੀ ਸਾਹਿਬ ਦਾ ਇੱਕ ਪਾਠ ਹੋ ਜਿਹੜਾ ਧੁਰੋਂ ਆਇਆ ਹੈ, ਇਹਦੇ ਜਿਵੇਂ ਮਤਲਬ ਤੁਰਕੀ ਬਾਣੀ ਆਈ, ਇਹਦੇ ਕਰਕੇ ਉਹਦੇ ਨਾਲ ਜੋੜਨ ਦੀ ਲੋੜ ਹੈ ਲੋਕਾਂ ਨੂੰ, ਜਿੰਨਾ ਚਿਰ ਅਸੀਂ ਨਾ ਬਾਹਲੇ ਜ਼ਿਆਦੇ ਅੰਧ ਵਿਸ਼ਵਾਸੀ ਲੋਕ ਹੋਏ ਬੈਠੇ ਆ, ਬਾਹਲਾ ਡਰ ਵੜਿਆ ਬੈਠਾ ਅੰਦਰ ਲੋਕਾਂ ਦੇ, ਬੜੇ ਸਿਸਟਮ ਚੁਲਝੇ ਪਏ, ਡਰ ਦਾ ਧੰਦਾ ਹੋਇਆ, ਡਰ ਦਾ ਧੰਦਾ ਹੋਇਆ ਆਹ ਸਿਸਟਮ ਇਹਦੇ 'ਚ, ਬਾਕੀ ਧੰਦਾ ਬਹੁਤ ਬਦਨਾਮ ਹੈ, ਰੱਜ ਪੁੱਜ ਕੇ ਔਰ ਗੋਰਖ ਧੰਦਾ ਅਰਬਾਂ ਰੁਪਏ ਦਾ ਧੰਦਾ ਹੈ, ਔਰ ਇਹਦੇ ਅਸੂਲ ਤੇ ਇੱਕ ਵੀ ਨਹੀਂ ਚੱਲਦਾ, ਅਸੂਲ ਤੇ ਨਾ ਮੇਰੇ ਕੋਲ ਤੰਤਰ ਖੜਾ, ਉਹ ਪਤਾ ਹੀ ਨਹੀਂ ਤੰਤਰ ਵਿੱਦਿਆ ਹੈ ਕੀ, ਚੇਲਾ ਵੀ ਤੰਤਰਕ ਵਿੱਦਿਆ, ਜੋਸਤੀ ਵੀ ਤੰਤਰਕ ਵਿੱਦਿਆ, ਮਦਾਰੀ ਵੀ ਤੰਤਰਕ, ਇੱਕ ਆਹ ਵੀ ਗੱਲ ਹੈ ਨਾ, ਇਹ ਮਤਲਬ ਇਹ ਬਾਬੇ ਤਾਂ ਨਹੀਂ ਜੋਸ਼ ਟੈਪ ਕਹਿ ਦਿੰਦੇ ਆ ਵੀ ਇੱਕ ਪੱਕੀਆਂ ਦੋ ਚਾਰ ਗੱਲਾਂ ਹੁੰਦੀਆਂ ਵੀ ਪੈਸਾ ਤੇਰੇ ਕੋਲ ਆਉਂਦਾ ਬਹੁਤ ਹੈ, ਟਿਕਦਾ ਨਹੀਂ, ਤੂੰ ਸਾਰੀ ਗੱਲ ਦੂਜਿਆਂ ਨੂੰ ਦੱਸ ਦਿੰਦਾ, ਤੂੰ ਦਿਲ 'ਚ ਨਹੀਂ ਰੱਖਦਾ, ਹੈ ਨਾ ਇਹ ਗੱਲਾਂ ਜਿਵੇਂ ਇਹਨਾਂ ਨੂੰ, ਇਹ ਨੋਰਮਲ ਗੱਲ ਹੈ ਨਾ ਜੀ, ਹਾਂ ਪੈਸਾ ਟਿਕਦਾ ਕਿਹਦੇ ਕੋਲ, ਪੈਸਾ ਤਾਂ ਨੋਰਮਲੀ ਹਾਂ 15% ਲੋਕਾਂ ਕੋਲੇ ਟਿਕਦਾ, ਬਾਕੀ ਸਭ ਕੋਲੇ ਖੜਦੇ ਨੀ, ਉਹ ਵੀ ਜਿਹੜੇ ਅਮੀਰ ਹੈ, ਕਿਉਂਕਿ ਜੇ ਅੱਜ ਤੈਨੂੰ 2 ਕਰੋੜ ਦੀ ਲਾਟਰੀ ਆ ਜਾਏ ਨਾ, ਤੈਨੂੰ 2 ਸਾਲਾਂ ਬਾਅਦ ਤੂੰ ਪਾਰ ਜਾਊਗੀ, ਉਹ ਪੈਸੇ ਨੂੰ ਖੜਾਉਣਾ ਤੇ ਮੌਤ ਨੂੰ ਖੜਾਉਣਾ ਬਹੁਤ ਔਖਾ ਹੈ, ਪੈਸਾ ਖੜਾਇਆ ਜ਼ਰੂਰ ਜਾ ਸਕਦਾ, ਇਹ ਤੁਹਾਨੂੰ ਇਹਦੇ ਵਾਸਤੇ ਵੀ ਇੱਕ ਥਿਊਰੀ ਹੈ, ਜਦੋਂ ਕਹੇ ਮੇਰੇ ਕੋਲ ਪੈਸਾ ਨਹੀਂ ਟਿਕਦਾ, ਕਿਉਂ ਨਹੀਂ ਟਿਕਦਾ, ਕੀ ਕਾਰਨ ਹੈ, ਖੂਹ 'ਚ ਵੜਦਾ, ਕਿੱਥੇ ਜਾਂਦਾ, ਹੁੰਦਾ ਵੀ ਆ ਕੁਛ ਚੀਜ਼ਾਂ ਹੈ, ਜੇ ਤੂੰ ਨਿਰਾ ਪੂਰਾ ਨਕਾਰੀਏ ਵੀ ਬੰਦਾ ਇੱਕ ਇੰਨੀ ਮਿਹਨਤ ਕਰਨ ਦੇ ਬਾਵਜੂਦ ਉਹਨੂੰ ਫਲ ਨਹੀਂ ਮਿਲਦਾ, ਸਾਡਾ ਇੱਕ ਮਿੱਤਰ ਉਹ ਇੰਨੀ ਮਿਹਨਤ ਕਰਨ ਦੇ ਬਾਵਜੂਦ ਕਿਸੇ ਪਾਰਟੀ 'ਚੋਂ ਜਿੱਤ ਨਾ ਪਾਇਆ, ਕਿਸੇ ਪਾਰਟੀ ਜਦੋਂ ਉਹ ਦੂਜੀ ਪਾਰਟੀ 'ਚ ਜਾ ਵੜਦਾ ਫਿਰ ਲੱਕ ਉਹਦਾ ਦੂਜੀ ਪਾਰਟੀ ਜਿੱਤ ਜਾਂਦੀ ਹੈ, ਕਿਤੇ ਲੱਕ ਵੀ ਬੰਦੇ ਦਾ ਜ਼ਰੂਰ ਹੁੰਦਾ, 'ਚ ਕੋਈ ਸ਼ੱਕ ਨਹੀਂ, ਪਰ ਉਹਦੇ ਵਾਸਤੇ ਇਹ ਥੋੜ੍ਹੀ ਜਿਹੀ ਮੈਨੂੰ ਤੰਤਰ ਕੇ ਵਿੱਦਿਆ ਨਾਲ ਜੋੜ ਗਏ, ਜਾਂ ਕੋਈ ਸਿਸਟਮ ਨਾ ਉਹਨੂੰ ਕਹੀਏ ਵੀ ਜੀ ਮੈਨੂੰ ਕੋਈ ਫਲਾਣਾ ਚੇਲਾ ਠੀਕ ਕਰ ਦੂ, ਉਹਨੂੰ ਨਾ ਤੁਹਾਡੇ ਘਰ ਦੇ ਮਾਹੌਲ ਨੂੰ ਠੀਕ ਕਰਨਾ ਪੈਣਾ, ਤੁਹਾਡੇ ਥੋਟਾਂ ਨੂੰ ਠੀਕ ਕਰਨਾ ਪੈਣਾ, ਤੁਹਾਡੇ ਦਿਮਾਗ ਦੇ ਥਾਊਟ ਕੀ ਕਹਿੰਦੇ ਆ, ਥਾਊਟ ਤੁਹਾਡੀ ਸੋਚ ਕੀ ਕਹਿੰਦੇ ਆ, ਹਰੇਕ ਧਰਮ ਗੁਰੂ ਨੇ ਇੱਕੋ ਹੀ ਕਿਹਾ ਵੀ ਤੁਹਾਡੇ ਅੰਦਰ ਰੱਬ ਹੈ, ਉਹ ਕਿੱਥੇ ਆ ਰੱਬ, ਰੱਬ ਤੁਹਾਡੇ ਦਿਮਾਗ 'ਚ ਹੈ, ਤੁਹਾਡੇ ਅੰਦਰ ਹੈ, ਉਹਨੂੰ ਜਿਹਨੇ ਅੰਦਰ ਭਾਲ ਲਿਆ, ਜਿਹਨੇ ਲੱਭ ਲਿਆ, ਥੋਟਾਂ 'ਤੇ ਕੰਮ ਕਰ ਲਿਆ, ਰੁਪਈਏ ਨੂੰ ਤੂੰ ਬਾਹਰ ਹੀ ਕੱਢਦੀ ਕਰੋ, ਰੁਪਈਏ ਨੂੰ ਤੂੰ ਬਾਹਰ ਹੀ ਕੱਢਦੀ, ਕਈ ਵਾਰ ਕਹਿੰਦੇ ਸਾਡੀ ਬਾਬੀ ਜਾ ਨਹੀਂ ਲੱਗਦਾ, ਇਹ ਵੀ ਥੋਟਾਂ ਦੀ ਖੇਡ, ਥੋਟਾਂ ਦਾ ਕੰਮ ਜ਼ਿਆਦਾ ਹੈ ਨਾ ਕਿ ਕੋਈ ਇਹਦੇ 'ਚ ਕੀਤੇ ਕਿਰਾਏ ਦਾ ਕੰਮ ਜ਼ਿਆਦਾ ਹੁੰਦਾ, ਜਦੋਂ ਬੰਦੇ ਕੋਲੋਂ ਪੈਸਾ ਉੱਡਣ ਲੱਗ ਜਾਂਦਾ, ਬੰਦਾ ਉਲਝ ਜਾਂਦਾ, ਫਿਰ ਚੇਲੇ ਇੱਕ ਨੇ ਪਾ ਲਿਆ ਚੱਕਰ, ਫਿਰ ਜਿਵੇਂ ਢੂਹੀ ਖਰਾਬ ਹੈ ਕਿਸੇ ਦੀ, ਤੁਸੀਂ ਪੱਟੀ ਬੰਨ ਕੇ ਪਿੰਡ ਦੇ ਵਿੱਚ ਗੇੜਾ ਦੇ ਦਿਓ, ਤੁਹਾਨੂੰ 35 ਡਾਕਟਰ ਮਿਲ ਜਾਣਗੇ, ਉਹ ਯਾਰ ਗੋਡੇ ਦਾ ਮਰੀਜ਼ ਤਾਂ ਫਲਾਣੀ ਥਾਂ ਡਾਕਟਰ ਹੈ, ਉਹ ਯਾਰ ਗੋਡੇ 'ਤੇ ਰੋਟੀ ਬੰਨ ਲੈ, ਯਾਰ ਤੂੰ ਗੋਡੇ 'ਤੇ ਆਹ ਹੱਲ ਕਰ ਲੈ, ਇਹੀ ਹੱਲ ਚੇਲਿਆ ਆਪਣਿਆਂ ਦਾ, ਇਹਦੇ ਵਾਸਤੇ ਕੱਢਣ ਦੀ ਲੋੜ ਹੈ ਨਾ ਕਿ ਕੋਈ ਇਹਨੂੰ ਸਿਸਟਮ 'ਚ ਫਸਾਉਣ ਦੀ ਲੋੜ ਹੈ, ਕੋਈ ਇਹਦੇ ਨਾਲ ਕੋਈ ਮੈਂ ਨਹੀਂ ਸਮਝਦਾ ਵੀ ਕੋਈ ਇਹ ਕੋਈ ਬਾਬਾ ਕੋਈ ਪੈਸੇ ਰੋਕਣ ਲੱਗ ਦੂ, ਫਿਰ ਤਾਂ ਮੈਂ ਹੀ ਬਾਨੀ ਦੇ ਘਰੋਂ ਚੱਕ ਚੱਕ ਆਪਦੇ ਘਰੇ ਲਈ ਆਵਾਂ, ਥੋਟ ਦੀ ਗੱਲ ਹੈ, ਜਿਹੜੇ ਨੇ ਥੋਟ ਸਮਝ ਲਿਆ, ਜਿਹੜੇ ਨੇ ਥੋਟ 'ਤੇ ਕੰਮ ਕਰ ਲਿਆ, ਉਹਨੂੰ ਰੁਜ਼ਗਾਰ ਵੀ ਮਿਲੂ, ਉਹ ਬੰਦਾ ਕੰਮ ਵੀ ਕਰੂ, ਉਹ ਬੰਦਾ ਪੈਸਾ ਵੀ ਟਿਕੂ, ਉਹ ਬੰਦਾ ਕਲੇਸ਼ ਤੋਂ ਵੀ ਬਚੂ, ਬਸ ਆਹੀ ਚੀਜ਼ ਹੈ, ਇਹਨਾਂ ਚੀਜ਼ਾਂ ਨੂੰ ਧੰਦਾ ਬਣਾ ਲਿਆ ਜਾਂਦਾ, ਧੰਦਾ ਤਾਂ ਹਰੇਕ ਚੀਜ਼ ਦਾ ਧੰਦਾ ਯਾਰ, ਮੈਂ ਕਹਿੰਦਾ ਧੰਦਾ ਅੱਜ ਦੇਖੋ ਨੈਗੇਟਿਵ ਹਰੇਕ ਚੀਜ਼ ਦਾ, ਕਿਤੇ ਮਰਜ਼ੀ ਕੱਢ ਲੈ ਤੂੰ, ਭਾਵੇਂ ਰਾਜਨੀਤੀ ਨੂੰ ਦੇਖ ਲੈ, ਡਾਕਟਰੀ ਨੂੰ ਦੇਖ ਲੈ, ਕਿਡਨੀਆਂ ਵੇਚੀ ਜਾਂਦੇ ਆ, ਹਨਾ ਵੈਕਸੀਨੇਸ਼ਨ ਜੇਲੀ ਜਾਲੀ ਬਣੀ ਮਗਰੋਂ ਵੈਕਸੀਨੇਸ਼ਨ ਪਹਿਲਾਂ ਜਾਲੀ ਫੜੀ ਗਈ, ਟੀਕੇ ਡਬਲ ਹੋ ਗਏ, ਤੁਸੀਂ ਬਿਸਕੁਟ ਦੇਖ ਲਓ, ਦੁੱਧ ਦੇਖ ਲਓ, ਕੋਈ ਖਾਣ ਵਾਲੀਆਂ ਚੀਜ਼ਾਂ ਦੇਖ ਲਓ, ਸਭ ਚੀਜ਼ਾਂ 'ਤੇ ਜਿੰਨਾ ਕਹਿੰਦੇ ਸਭ ਧੰਦਾ, ਧੰਦਿਆਂ ਦਾ ਜ਼ੋਰ ਆ ਗਿਆ, ਬਾਬਾ ਨਾਨਕ ਕਹਿੰਦਾ ਵੀ ਸਭ ਦੁਨੀਆਂ ਠੱਗਾਂ ਦੀ ਹੋਜੂ, ਬਾਬੇ ਨਾਨਕ ਨੂੰ ਬਾਲੇ ਨੇ ਪੁੱਛਿਆ ਮਹਾਰਾਜ ਜਿਹੜਾ ਠੱਗ ਹੋ ਗਏ, ਜੇ ਸਾਰੀ ਦੁਨੀਆਂ ਦੀ ਠੱਗਿਆ ਠੱਗਾਂ ਦੀ ਹੋਊਗੀ ਤਾਂ ਠੱਗਿਆ ਕੌਣ ਜਾਊ, ਉਹ ਕਹਿੰਦਾ ਠੱਗਿਆ ਹੋ ਜਾਊ ਜਿਹੜਾ ਜਿਹਦੇ 'ਤੇ ਜੇ ਜਿਹੜਾ ਜਿਹਦੇ 'ਤੇ ਝਿੱਜ ਗਿਆ, ਜਦੋਂ ਤੁਹਾਡੇ ਕੋਈ ਹੁਣ ਤਾਂ ਸਾਲਾ ਸਿਸਟਮ ਹੀ ਐਡਾ ਭੈੜਾ ਹੋ ਗਿਆ, ਤੁਹਾਨੂੰ ਜੇ ਤੁਹਾਡੇ 'ਤੇ ਮਾਰ ਕਰਨੀ ਹੈ ਪਹਿਲਾਂ ਤੁਹਾਨੂੰ ਦੋਸਤ ਬਣਾਉਣਗੇ, ਤੁਹਾਡੇ ਘਰੇ ਐਂਟਰੀ ਕਰਨਗੇ, ਤੁਹਾਡੇ 'ਤੇ ਮਾਰ ਕਰਨਗੇ, ਤੁਹਾਡੀਆਂ ਧੀਆਂ ਭੈਣਾਂ 'ਤੇ ਅੱਖ ਰੱਖਣਗੇ, ਆਹ ਸਿਸਟਮ ਬਦਲ ਗਿਆ, ਇਸ ਸਿਸਟਮ ਨਾਲ ਹੋ ਗਿਆ ਹਰੇਕ ਦਾ ਧੰਦਾ ਬੁਰਾ, ਤੁਹਾਨੂੰ ਮਿੱਤਰ ਬਣਾ ਕੇ ਤੁਹਾਨੂੰ ਪੈਸੇ ਦੇ ਕੇ ਸੋਥੋਂ ਲੁੱਟ ਕੇ ਤੁਹਾਨੂੰ ਹੀ ਪਾਰ ਜਾਣਗੇ, ਹੁਣ ਲੋਕ ਨੂੰ ਕੋਈ ਬਾਹਰਲਾ ਨਹੀਂ ਲੁੱਟਦਾ, ਹੁਣ ਸਾਨੂੰ ਆਪੋ ਆਪਣੇ ਲੁੱਟਣ ਲੱਗ ਗਏ, ਸਾਨੂੰ ਸਾਡੇ ਧਰਮ ਪ੍ਰਚਾਰਕ ਲੁੱਟਣ ਲੱਗ ਗਏ, ਸਾਨੂੰ ਪੰਡਿਤ ਪੁਰੋਹਿਤ ਲੁੱਟਣ ਲੱਗ ਗਏ, ਸਾਨੂੰ ਜਿਹੜੇ ਪਾਦਰੀ ਆ ਉਹ ਲੁੱਟਣ ਲੱਗ ਗਏ, ਸਾਨੂੰ ਸਕੂਲਾਂ ਵਾਲੇ ਲੁੱਟਣ ਲੱਗ ਗਏ, ਸਾਨੂੰ ਡਾਕਟਰ ਲੁੱਟਣ ਲੱਗ ਗਏ, ਵਕੀਲ ਲੁੱਟਣ ਲੱਗ ਗਏ, ਹਮੇਸ਼ਾ ਇੱਕ ਰਾਜਾ ਹੁੰਦਾ ਹੈ ਪੰਜਾਬ ਦਾ, ਜਿਹਨੂੰ ਮੁੱਖ ਮੰਤਰੀ ਕਹਿੰਦੀ ਹੈ, ਪਹਿਲਾਂ ਰਾਜਾ ਹੋ ਗਿਆ, ਸਾਡਾ ਜਿੰਨਾ ਸਿਸਟਮ ਰਾਜ ਸਿਸਟਮ ਹੈ ਉਹ ਵੀ ਸਾਨੂੰ ਲੁੱਟਣ ਲੱਗ ਗਿਆ, ਸਾਰਾ ਰਾਜ ਸਿਸਟਮ ਕੋਈ ਵੀ ਪਾਰਟੀ ਦਾ, ਉਹ ਵੀ ਸਾਨੂੰ ਲੁੱਟਣ ਲੱਗ ਗਿਆ, ਨਾ ਕਿ ਸਾਨੂੰ ਉਹ ਕੁਛ, ਹੁਣ ਪਿੱਛੇ ਤੁਸੀਂ ਦੇਖਿਆ ਹੀ ਹੈ ਨਾ, ਇੱਕ ਬੰਦਾ ਤਾਂ ਕਿੱਥੋਂ ਦੀ ਕਿਤੇ ਗਿਆ, ਕਿੱਥੋਂ ਦੀ ਕਿਤੇ ਹੋ ਗਿਆ, ਅਤੇ ਆਮ ਵਰਕਰ ਆਮ ਲੋਕ ਫਿਸ ਰਹੇ ਹੈ, ਕਿਸੇ ਨੂੰ ਦੇਖ ਲੈ, ਸਹੀ ਹੈ, ਇਹਦੇ ਕਰਕੇ ਤੰਤਰਕ ਵਿੱਦਿਆ ਦਾ ਤਾਂ ਮੇਰਾ ਵੀਰ ਕੀ ਕਹਿੰਦੇ ਇਹਨੂੰ ਦੁਰਪਯੋਗ ਹੋ ਰਿਹਾ, ਇਹਦੇ ਕਰਕੇ ਇਹਦਾ ਤਾਂ ਬਹੁਤ ਵੱਡੀ ਗੱਲ ਹੈ, ਬਹੁਤ ਵੱਡੀ ਗੱਲ ਆ।
धर्म ना जुड़ो तो वड्डी गल इही है धर्म तो बिना थोड़ा किते कुछ नहीं हैगा जे तुसी जिस धर्म ना जुड़े उस धर्म ना जुड़ो तुसी आपदे धर्म दा अध्ययन कर लो सूफी संतां दा अध्ययन कर लो जिन्हों मर्जी कढ़ लो तुसी किसे गुरु का अध्ययन कर लो सब धर्मां ने उपदेश एक ही दिता है भी किरत करो वंड के खाओ रब का नाँ जपो इस चीज़ का एक ही ध्यान रखियो भी जिहड़ा बंदा जातियां करता है भावें वह तंत्रक विद्या है भावें वह कोई मास्टर लग्या भावें वह कोई मुख्यमंत्री है भावें कोई डॉक्टर है भावें कोई साध है भावें कोई संत है वो बंदे का अंत जल्दी इन्नी बुरी तरह हो जाना है सोच भी नहीं सकते सोचा सी पौंटी चडे वर्गे कि परल आले मालक वर्गे किधरों किधर गए है ना तो जिहड़े बंदे प्रधानमंत्रियों का फोन नहीं चकते थे भाल लाज उन्होंने कित्थे है साडा समाज तो इतों तक यार उलझा पिया फिर मैं पंगा पऊगा आशू तोष बाबे नू मरे नू मेरे ख्याल दे विच कै साल हो गए उन्हूं फ्रिज च पाई बैठे कहिंदे बोलूगा हुण की जागरूकता आ गई है जी की समाज नू दसांगे असीं साडे पंजाब च गुरुआं दे पंजाब च पीरां दे पंजाब च एक बाबे नू अंदर पाई बैठे उहदी हिस्टरी फरोलूगा की सी कल मैं भी तो बाबा बन गया सी ना मैं भी तो बड़ा बाबा बन जांदा हिस्टरी तो देखो ना और बस जिन्हों मंगर पै गए बस ठीक है जी वो सोच नू अपनाउण दी लोड़ है साडी सोच की सी उस नाल लड़न उहदे नाल लगन दी लोड़ है जे तुसी नहीं अंबरधारी हो सकते नहीं केस रख सकते तुसी उन्ना क तां कर सकते हो जिन्ना क सिस्टम नाल जुड़िया होया मेरा बेटे दे बेटी दे बेटा तो देखो मेरा केस नहीं हैगे वो पग नहीं बनता वो नशे नहीं करता पढ़ता है मेरी बेटी मेरा वाइफ और मैं असी 3:30 बजे उठना है जी 3:30 बजे उठ के 4:45 बजे तक तैयार होकर पाठ शुरू कर देना उन्होंने पाठ खत्म हो जाना उन्होंने 4:15 पै जाए ठीक है और मैं आपका ध्यान करना है मैं वह शुकराना करना अलग पुरख का बस जपजी साहब का पाठ असं करना ही करना है मेरी आवे दुप धुप आवे सूरज आवे बुखार चढ़े जो मर्जी होवे लेट आईए जदों भी आईए करना ही करना क्योंकि वो तेन शांति मिलती है सानू पॉजिटिविटी मिलती है असं वह कितों आए वो जुड़ते हैं साढ़े अंदर पॉजिटिव आँदी है साढ़े थॉट पॉजिटिव रेंगे सारा दिन साढ़े सानू एक बहुत वड्डी ना ताकत मिलती है किसी भी धर्म ना जुड़ के देख लो ताकत मिलती है ना कि पखंडियों ना जुड़न की बेचारे जेड़ा सरीक जम लिया रब का जेड़ा भी कोई जो कोई पानी च तरके दिखा दे जा कोई थोनू अग च भज के दिखा दे जा सानू कोई हवा च उड के दिखा दे वो जादूगर तो हो सकता है रब नहीं हो सकता रब तो एक ही है खुदा वाहिगुरु अकाल पुरख बस ए तो सुबह कुछ नहीं जे हैगा एथों एक बार तुर गया मनिंदर मुड़ के आना ले मैं तुहानू सारी सन्नत दे दिना जा तुहानू मैथों अरबां खरबां संखा रुपया दे दिना दुबारे आजू अज सा प्रकाश सिंह बादल दे घरों बीबी सुरिंदर कौर बादल की मौत हुई होर भी है मैं वैसे उदाहरण दे रहा कि अजो सारा राज भाग दे दे तां भी नहीं आ सकती छोटी जी खेड है मेरी अज 50 साल की उम्र होगी जे सही चल गया तो 20-25 होर साल है अ नहीं पता कदों उड जाना सही है ये करके जिंदगी सौक ना निकल जाए प्यार ना निकल जाए वो रजा च निकल जाए अरबा पति भी एक गल है जोड़ा फकीर है वह भी एक गल है गरीब है वह भी एक गल है धक्का ना हो किसी नाल संसार वधिया तरीके जीवे तो वधिया भी इतने अंत छेती है अंत छेती बहुत छे जज मैं जो उसनू बोल गया ये जिथे भी मेरा स्वार्थ पुछ वो छिपया वह मैं जवाब कुदरत ने दे देना महीने 20 दिन च मेरे कोई सट्ट बज सकती है मैं कोई दौरा पै सकता है मैनू कोई बीमारी उगड़ सकती है नवी ये ऐटोमैटिक है यार ऐटोमैटिक जो तुम किसी ने तुम अज चोरी फरेब करोगे ना तुम किसी की धी तक लो ऐटोमैटिक थोनू दिखता नहीं पर थोड़े घर ना उदा हो जाना है गुआढ़िया गुआढ़िया देख लिया तेरे चाचे ताए सकिया जोड़ा ने दूजे का घर पट्टिया वह आपका गया निजम है कुदरत कुदरत के निजमान नाल कोई क्योंकि सारे एक चीज़ के उपज है ना सारे उस चीज़ के देन ये करके जो तुम उसको धोखा देना तेन धोखा ही दे सकता ना मैं अज मैं तू इन किन्ने लोग देखे वो लोगों मैं धोखा दे रहा तो मेरा भी अंत छेती आ जाना बस आ चीज़ में जानना मैं होर दस बहुत धन्यवाद जी थैंक यू समा देने तो गलबात की तुम सुनिया ही है कि जिहड़ा उन्होंने कहा कहिंदे तांत्रिक विद्या का मकसद कुछ होर सी बन कुछ होर गया
ਤੇ ਅੱਜ ਕੋਈ ਵੀ ਤੁਹਾਨੂੰ ਅਜਿਹਾ ਵਿਅਕਤੀ ਨਹੀਂ ਮਿਲੇਗਾ ਜਿਹੜਾ ਸੱਚੀ ਵਾਕਈ ਕੋਈ ਤੰਤਰ ਜੇ ਹੋਵੇਗਾ ਉਹ ਤੁਹਾਨੂੰ ਨਾਲ ਕੋਈ ਗੱਲ ਹੀ ਨਹੀਂ ਕਰੇਗਾ ਕਿਉਂਕਿ ਉਹ ਇਹ ਚੀਜ਼ਾਂ 'ਚ ਪੈਂਦੇ ਹੀ ਨਹੀਂ ਅਤੇ ਉਹਨਾਂ ਨੇ ਜਿਹੜੀਆਂ ਆਪਦੀਆਂ ਆਪਦੇ ਨਾਲ ਰਿਲੇਟਡ ਜੋ ਵੀ ਕੁਛ ਸੀ ਤੁਹਾਡੇ ਸਾਹਮਣੇ ਖੁੱਲ੍ਹ ਕੇ ਰੱਖਿਆ ਹੁਣ ਤੁਹਾਡੀ ਮਰਜ਼ੀ ਹੈ ਕਿ ਕਿਸ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਬਦਲਾਅ ਲੈ ਕੇ ਆਉਣਾ ਚੰਗੇ ਪਾਸੇ ਇਹਨਾਂ ਵਹਿਮਾਂ ਭਰਮਾਂ ਨੂੰ ਛੱਡ ਕੇ ਜਾਣਾ ਜਾਂ ਉਹਨਾਂ ਦੇ ਵਿੱਚ ਚੁੰਬੜ ਕੇ ਇਸੇ ਤਰੀਕੇ ਦੇ ਨਾਲ ਇੱਕ ਅਨਪੜ੍ਹਤਾ ਵਾਲੀ ਜ਼ਿੰਦਗੀ ਜਿਉਂ ਕੇ ਜਾਣੀ ਆ।